ਇੱਦਾਂ ਦੀਆਂ ਗੱਲਾਂ ਪਬਲਿਕਲੀ ਬੋਲੀ ਦੀਆਂ ਹੁੰਦੀਆਂ, ਮਨ 'ਚ ਨਹੀਂ ਰੱਖੀ ਦੀਆਂ ਹੁੰਦੀਆਂ। ਮੈਨੂੰ ਕਿਵੇਂ ਪਤਾ ਲੱਗਣਾ? ਵੈਸੇ ਮੈਨੂੰ ਪਤਾ ਹੈ, ਇਹ ਥੋੜ੍ਹੀ ਹੈ ਵੀ ਤੁਸੀਂ ਦੱਸੋਗੇ ਤਾਂ ਮੈਨੂੰ ਪਤਾ ਲੱਗਣਾ। ਪਰ ਫਿਰ ਵੀ ਜੋ ਸਾਹਮਣੇ ਕੋਈ ਕਹਿੰਦਾ ਫਿਰ ਚੰਗਾ ਵੀ ਲੱਗਦਾ ਹੈ ਨਾ, ਉਹਨੂੰ ਦੱਸਣਾ ਕੀ ਹੋਣਾ। ਚਲੋ ਜੀ, ਅੱਜ ਸਾਡਾ ਨਵਾਂ ਬੈਚ ਹੈਗਾ ਪੰਜਾਬੀ ਲਿਟਰੇਚਰ ਦਾ। ਪਹਿਲੇ ਦਿਨ ਮੇਰੀ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ। ਸੈਕਸ਼ਨ ਏ ਜਿਹੜਾ ਹੈਗਾ ਪੰਜਾਬੀ ਲਿਟਰੇਚਰ ਦਾ ਅਸੀਂ ਸ਼ੁਰੂ ਕਰਾਂਗੇ ਅੱਜ, ਹੈ ਨਾ। ਪੰਜਾਬੀ ਲਿਟਰੇਚਰ ਦਾ ਪੇਪਰ 1 ਉਹਦਾ ਸੈਕਸ਼ਨ ਏ, ਤੁਹਾਨੂੰ ਇੰਨਾ ਪਤਾ ਹੀ ਹੋਣਾ ਚਾਰ ਸੈਕਸ਼ਨ ਹੁੰਦੇ ਨੇ, ਹੈ ਨਾ। ਪੇਪਰ 1 ਦੇ ਵਿੱਚ 2 ਸੈਕਸ਼ਨ, ਪੇਪਰ 2 ਦੇ ਵਿੱਚ 2 ਸੈਕਸ਼ਨ। ਪੇਪਰ 1 ਦੇ ਵਿੱਚ ਜਿਹੜੇ 2 ਸੈਕਸ਼ਨ ਨੇ, ਸੈਕਸ਼ਨ ਏ ਅਤੇ ਬੀ, ਕੀ ਕੁਛ ਹੈ ਉਹਨਾਂ 'ਚੋਂ ਮੋਟਾ ਮੋਟਾ ਦੇਖੀਏ ਤਾਂ, ਸੈਕਸ਼ਨ ਏ ਕਿਸ ਚੀਜ਼ ਨਾਲ ਰਿਲੇਟਡ ਹੋਵੇ? ਪੰਜਾਬੀ ਭਾਸ਼ਾ ਨਾਲ। ਇੱਕਦਮ ਕੋਈ ਭਾਸ਼ਾ ਨਹੀਂ ਬਣਦੀ, ਕਾਫੀ ਲੰਬਾ ਟਾਈਮ ਲੱਗਦਾ ਉਹਨੂੰ ਬਣਨ ਵੇਲੇ। ਅੱਜ ਜਿਸ ਫੋਰਮ ਦੇ ਵਿੱਚ ਅਸੀਂ ਪੰਜਾਬੀ ਦੇਖ ਰਹੇ ਹਾਂ, ਇਹ ਪੰਜਾਬੀ ਹਮੇਸ਼ਾ ਤੋਂ ਇੱਦਾਂ ਦੀ ਨਹੀਂ ਹੋਣੀ। ਸ਼ੁਰੂ 'ਚ ਕੋਈ ਹੋਰ ਲੈਂਗੁਏਜ ਹੋਣੀ ਆ, ਫਿਰ ਉਸ ਤੋਂ ਬਦਲਣੀ ਹੋਣੀ ਆ, ਫਿਰ ਉਸ ਤੋਂ ਬਦਲੀ ਹੋਣੀ ਆ, ਫਿਰ ਬਦਲਦੇ 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 ਅੱਜ ਦੀ ਪੰਜਾਬੀ ਦੇਖਣ ਨੂੰ ਮਿਲਦੀ। ਇਸ ਭਾਸ਼ਾ ਨੇ ਸ਼ੁਰੂ ਤੋਂ ਲੈ ਕੇ, ਓਰੀਜਨ ਤੋਂ ਲੈ ਕੇ ਹੁਣ ਤੱਕ ਦਾ ਕਿਵੇਂ ਇਹਨੇ ਨਿਕਾਸ ਕੀਤਾ ਅਤੇ ਕਿਵੇਂ ਇਹਨੇ ਵਿਕਾਸ ਕੀਤਾ। ਮੁੱਖ ਤੌਰ 'ਤੇ ਜਿਹੜਾ ਹੈਗਾ ਇਹ ਤੁਹਾਡਾ ਪੇਪਰ 1 ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੈ, ਠੀਕ ਹੈ। ਸੈਕਸ਼ਨ ਏ ਦੇ ਵਿੱਚ ਥੋੜ੍ਹਾ ਜਿਹਾ, ਸੈਕਸ਼ਨ ਏ ਸਾਨੂੰ ਇਸ ਚੀਜ਼ ਬਾਰੇ ਵੀ ਦੱਸਦਾ ਹੈਗਾ ਵੀ ਜਿਹੜਾ ਹੈਗਾ ਆਪਣਾ ਪੰਜਾਬੀ, ਜਿਹੜਾ ਮੂਲ ਸ਼ੁਰੂਆਤੀ ਤੌਰ 'ਤੇ ਜਿਹੜਾ ਪੰਜਾਬੀ ਲਿਟਰੇਚਰ ਆ, ਪੰਜਾਬੀ ਸਾਹਿਤ, ਉਹ ਕਿੱਦਾਂ ਲਿਖਿਆ ਗਿਆ, ਉਹ ਵਿਕਾਸ ਨਾਲ ਹੀ ਜੋੜ ਕੇ ਅਸੀਂ ਪੜ੍ਹਦੇ ਹਾਂ। ਕਿਉਂਕਿ ਜੇ ਲਿਟਰੇਚਰ ਲਿਖਿਆ ਜਾਏਗਾ ਤਾਂ ਹੀ ਤਾਂ ਲੈਂਗੁਏਜ ਡਿਵੈਲਪ ਹੋਏਗੀ, ਹੈ ਨਾ। ਜਿਵੇਂ ਨਾਥ ਜੋਗੀ ਸਾਹਿਤ ਤੋਂ ਪੰਜਾਬੀ ਭਾਸ਼ਾ ਦਾ ਇੱਕ ਹਿਸਾਬ ਨਾਲ ਵਿਕਾਸ ਸ਼ੁਰੂ ਮੰਨਿਆ ਜਾਂਦਾ, ਪੰਜਾਬੀ ਸਾਹਿਤ ਦੀ ਸ਼ੁਰੂਆਤ ਨਾਥ ਜੋਗੀ ਸਾਹਿਤ ਤੋਂ ਮੰਨੀ ਜਾਂਦੀ ਹੈ। ਦੇਖਦੇ ਹਾਂ, ਇਸ ਪੇਪਰ ਨੂੰ ਥੋੜ੍ਹਾ ਡਿਟੇਲ 'ਚ ਦੇਖਾਂਗੇ। ਬਟ ਇਸ ਤੋਂ ਇਲਾਵਾ ਜਿਹੜਾ ਸੈਕਸ਼ਨ ਬੀ ਆ, ਕੁਛ ਬੱਚੇ ਨਵੇਂ ਨੇ, 2 ਬੱਚਿਆਂ ਦੇ ਨਿਊ ਐਡਮਿਸ਼ਨ ਨੇ, ਅਤੇ ਉਹਨਾਂ ਲਈ ਮੈਂ ਇਹ ਚੀਜ਼ਾਂ ਦੁਆਰਾ ਦੱਸ ਰਿਹਾ। ਦੇਖੋ, ਸੈਕਸ਼ਨ ਬੀ ਜਿਹੜਾ ਹੈਗਾ ਪੇਪਰ 1 ਦਾ, ਉਹ ਮੇਨ ਫਿਰ ਅਸੀਂ ਆਧੁਨਿਕ ਸਾਹਿਤ ਦੇ ਉੱਤੇ ਜ਼ਿਆਦਾ ਗੱਲ ਕਰਦੇ ਹਾਂ, ਆਧੁਨਿਕ ਪੰਜਾਬੀ ਸਾਹਿਤ। ਇਹਦੀਆਂ ਕਈ ਸਾਰੀਆਂ ਪ੍ਰਵਿਰਤੀਆਂ ਨੇ, ਜਿਵੇਂ ਰਹੱਸਵਾਦ ਇੱਕ ਪ੍ਰਵਿਰਤੀ ਹੈ, ਜਿਵੇਂ ਨਵ ਰਹੱਸਵਾਦ ਇੱਕ ਪ੍ਰਵਿਰਤੀ ਹੈ, ਜਿਵੇਂ ਪ੍ਰਗਤੀਵਾਦ ਇੱਕ ਪ੍ਰਵਿਰਤੀ ਹੈ, ਜਿਵੇਂ ਨਵ ਪ੍ਰਗਤੀਵਾਦ ਇੱਕ ਪ੍ਰਵਿਰਤੀ ਹੈ, ਜਿਵੇਂ ਜਿਹੜਾ ਤੁਹਾਨੂੰ ਸਭ ਤੋਂ ਵੱਧ ਪਸੰਦ ਰੋਮਾਂਸਵਾਦ, ਇਹ ਵੀ ਇੱਕ ਪ੍ਰਵਿਰਤੀ ਹੈ, ਹੈ ਨਾ। ਇਹ ਸਾਰੀਆਂ ਪ੍ਰਵਿਰਤੀਆਂ ਜਿਹੜੀਆਂ ਨੇ ਇਹ ਅਸੀਂ ਇਸ ਪੇਪਰ ਦੇ ਵਿੱਚ ਪੜ੍ਹਦੇ ਹੁੰਦੇ। ਫਿਰ ਹੁਣ ਰਹੱਸਵਾਦ ਦੀ ਪ੍ਰਵਿਰਤੀ ਹੈ, ਅਤੇ ਕਿਸੇ ਨੇ ਤਾਂ ਰਹੱਸਵਾਦੀ ਸਾਹਿਤ ਲਿਖਿਆ ਹੋਣਾ, ਹੈ ਨਾ, ਕਾਵਿ ਲਿਖਿਆ ਹੋਣਾ, ਫਿਰ ਉਹਨਾਂ ਨੂੰ ਪੜ੍ਹਦੇ ਆ। ਮੁੱਖ ਤੌਰ 'ਤੇ ਅਗਰ ਅਸੀਂ ਦੇਖੀਏ ਇਹਦੇ ਵਿੱਚ ਓਵਰਆਲ ਸਾਧੂ ਜ਼ਿਆਦਾਤਰ ਜਿਹੜੇ ਨੇ ਸਾਹਿਤਕਾਰ, ਔਥਰਸ, ਕਵੀ, ਇਹ ਪੜ੍ਹਦੇ ਹੁੰਦੇ। ਜਿਵੇਂ ਸੁਹਜਵਾਦ ਦੀ ਪ੍ਰਵਿਰਤੀ ਕੀ ਹੈ, ਹੈ ਨਾ, ਪ੍ਰਯੋਗਸ਼ੀਲ ਕਾਵਿਧਾਰਾ ਕੀ ਹੈ, ਉਹਦੇ ਵਿੱਚ ਕਿਹੜੇ ਕਿਹੜੇ ਔਥਰ।
ਫਿਰ ਤੁਸੀਂ ਜਿੱਥੋਂ ਕਈ ਲੋਕਾਂ ਨੇ ਪ੍ਰਗੀਤ ਪੜ੍ਹਿਆ ਹੋਣਾ, ਪ੍ਰਗੀਤ ਤੋਂ ਬਾਅਦ ਫਿਰ ਕਹਾਣੀਆਂ ਹੈ ਨਾ, ਨਿੱਕੀ ਕਹਾਣੀਆਂ ਨੇ, ਨਾਟਕ, ਡਰਾਮਾ ਸਾਰੇ ਮੇਨਲੀ ਤੌਰ 'ਤੇ ਜੇ ਅਸੀਂ ਸੈਕਸ਼ਨ ਬੀ ਨੂੰ ਦੇਖੀਏ ਤਾਂ ਸਾਨੂੰ ਮੁੱਖ ਤੌਰ 'ਤੇ ਇਹ ਪਰਸਨ ਸਪੈਸੀਫਿਕ, ਮਤਲਬ ਕਵੀ ਵੀ ਪੜ੍ਹੋਗੇ, ਕਹਾਣੀਕਾਰ ਵੀ ਪੜ੍ਹੋਗੇ, ਨਾਵਲਕਾਰ ਵੀ ਪੜ੍ਹੋਗੇ, ਸਮਝ ਗਏ ਕਿ ਨਹੀਂ, ਨਾਟਕਕਾਰ ਵੀ, ਫਿਰ ਆਲੋਚਕ ਵੀ, ਇਹ ਮੇਨਲੀ ਬੰਦਿਆਂ 'ਤੇ ਫੋਕਸ ਆ। ਉਹ ਪਹਿਲਾਂ ਵਾਲਾ ਸੈਕਸ਼ਨ ਕਾਹਦੇ 'ਤੇ ਫੋਕਸ ਦੀ ਲੈਂਗੁਏਜ 'ਤੇ ਹੈ ਨਾ। ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਸੈਕਸ਼ਨ ਪੇਪਰ 2 ਜਿਹੜਾ ਹੈਗਾ, ਪੇਪਰ 2 ਜਿਹੜਾ ਹੈਗਾ, ਇਹਦੇ ਵਿੱਚ ਵੀ ਦੋ ਸੈਕਸ਼ਨ, ਇੱਕ ਸੈਕਸ਼ਨ ਏ, ਮੇਨਲੀ ਮੁੱਖ ਤੌਰ 'ਤੇ ਅਸੀਂ ਗੱਲ ਕਰੀਏ ਤਾਂ ਸਪਿਰਚੁਅਲ ਟੈਕਸਟ ਜਿਹੜਾ ਹੈਗਾ ਤੁਹਾਨੂੰ ਇਹਦੇ 'ਚ ਦੇਖਣ ਨੂੰ ਮਿਲੇਗਾ ਹੈ ਨਾ। ਭਗਤ ਫਰੀਦ ਦੀ ਬਾਣੀ ਆ, ਜਪਜੀ ਸਾਹਿਬ ਆ, ਬਾਰਾਂਮਾਂਹ, ਅਤੇ ਨਾਲ ਜਿਹੜਾ ਹੈਗਾ ਸਦੀਵਾਰ। ਇਹਦੇ ਨਾਲ ਨਾਲ ਹੀ ਤੁਹਾਨੂੰ ਸ਼ਾਮ ਉਹ ਜਿਹੜਾ ਹੈਗਾ ਆਪਣਾ ਬੁੱਲੇ ਸ਼ਾਹ ਅਤੇ ਵਾਰਿਸ਼ ਦੀ ਹੀਰ, ਇਹ ਮੋਟਾ ਮੋਟਾ ਸਿਲੇਬਸ ਆ ਇਹਦੇ ਵਿੱਚ। ਇਹਦੇ ਵਿੱਚ ਦੋ ਤਰੀਕੇ ਨਾਲ ਆਪਾਂ ਪੜ੍ਹਦੇ ਹੁੰਦੇ ਹਾਂ, ਇੱਕ ਵਿਆਖਿਆ, ਇੱਕ ਕੁਸ਼ਚਨਸ। ਅੰਦਰੋਂ ਕੋਟੇਸ਼ਨਸ ਕੋਈ ਚੱਕ ਕੇ ਪੁੱਛ ਲਈ ਜਾਵੇ, ਜਿਵੇਂ ਜਪਜੀ ਸਾਹਿਬ ਤੋਂ ਪੁੱਛ ਲੈਣ, ਕੋਈ ਐਕਸਪਲੇਨੇਸ਼ਨ ਚੱਕ ਕੇ ਪੁੱਛ ਲੈਣ। ਤੀਰਥ ਨਾਵਾਂ ਜੇਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ, ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ, ਹੈ ਨਾ। ਐਕਸਪਲੇਨੇਸ਼ਨ ਪੁੱਛ ਲੈਣ, ਤੁਸੀਂ ਉਹਦਾ ਐਕਸਪਲੇਨ ਕਰਨਾ ਹੈਗਾ, ਠੀਕ ਹੈ। ਦੂਜਾ, ਜਪਜੀ ਸਾਹਿਬ ਦੇ ਵਿੱਚ ਪੰਜ ਖੰਡਾਂ ਬਾਰੇ ਦੱਸੋ, ਕਿਹੜੇ ਕਿਹੜੇ ਪੰਜਾਂ ਖੰਡਾਂ ਬਾਰੇ ਬਿਆਨ ਕੀਤਾ ਗਿਆ। ਇਹ ਸਵਾਲ ਟਾਈਪ ਵਿੱਚ ਸਿੱਧਾ ਪੁੱਛ ਲਿਆ ਤੁਹਾਨੂੰ, ਉਹਦੇ 'ਚ ਐਕਸਪਲੇਨੇਸ਼ਨ ਪੁੱਛੀ, ਇਹ ਸਾਰੇ ਨਾਲ ਹੋਏਗਾ। ਬੁੱਲੇ ਸ਼ਾਹ 'ਚ ਵੀ ਇੱਦਾਂ, ਵਾਰਿਸ਼ ਸ਼ਾਹ ਦੀ ਹੀਰ ਵੀ ਇੱਦਾਂ, ਚਾਰੋਂ ਜਿਹੜੀਆਂ ਸਪਿਰਚੁਅਲ ਟੈਕਸ ਨੇ ਉਹਦੇ 'ਚ ਵੀ ਇੱਦਾਂ। ਫਿਰ ਸਾਡਾ ਆਉਂਦਾ ਹੈਗਾ ਇਸੇ ਪੇਪਰ ਦੇ ਵਿੱਚੋਂ ਸੈਕਸ਼ਨ ਬੀ। ਇਹਦੇ ਵਿੱਚ ਮੋਟੇ ਤੌਰ 'ਤੇ ਤੁਹਾਨੂੰ ਦੋ ਕਵੀ ਦੇ ਤੌਰ 'ਤੇ ਅਗਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਚਾਤ੍ਰਿਕ ਮਿਲੇਗਾ ਅਤੇ ਨਾਲ ਸ਼ਾਹ ਮੁਹੰਮਦ ਦਾ ਜੰਗਨਾਮਾ। ਇਹਨਾਂ 'ਚੋਂ ਵੀ ਸੇਮ ਸਵਾਲ ਅਤੇ ਐਕਸਪਲੇਨੇਸ਼ਨ। ਫਿਰ ਤੁਹਾਡੇ ਜਿਹੜੇ ਵੀ ਹੁਣ ਜਿਵੇਂ ਆਪਾਂ ਨਾਵਲ ਨੇ ਉਹ ਸਭ ਇਹਦੇ 'ਚ ਮਿਲਣਗੇ ਤੁਹਾਨੂੰ, ਨਾਨਕ ਸਿੰਘ ਦੇ ਤਿੰਨ ਨਾਵਲ ਨੇ, ਪਵਿੱਤਰ ਪਾਪੀ, ਇੱਕ ਮਿਆਨ ਦੋ ਤਲਵਾਰਾਂ ਅਤੇ ਚਿੱਟਾ ਲਹੂ। ਫਿਰ ਸਫ਼ਰਨਾਮੇ ਇਹਦੇ 'ਚ ਮਿਲਣਗੇ ਤੁਹਾਨੂੰ ਬਲਰਾਜ ਸਾਹਨੀ ਦੇ, ਜਿਹੜੇ ਬਲਵੰਤ ਗਾਰਗੀ ਨੇ ਉਹਦੇ ਨਾਟਕ ਮਿਲਣਗੇ ਹੈ ਨਾ, ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਲੇਖ ਮਿਲਣਗੇ, ਅਤੇ ਨਾਟਕ, ਨਾਵਲ, ਦੋ ਸਫ਼ਰਨਾਮੇ, ਇਹ ਸਾਰਾ ਸੈਗਮੈਂਟ ਤੁਹਾਨੂੰ ਇਹਦੇ 'ਚ ਮਿਲੇਗਾ। ਲਾਸਟ ਦੇ ਵਿੱਚ ਜਿਹੜੇ ਸ਼ਹੀਦ ਸੰਤ ਸਿੰਘ ਸੇਖੋਂ ਦੀਆਂ ਆਲੋਚਨਾ ਦੀਆਂ ਕਿਤਾਬਾਂ ਨੇ। ਹੁਣ ਜਿਹੜਾ ਇਹ ਸੈਗਮੈਂਟ ਹੈਗਾ ਇਹਦੇ ਵਿੱਚੋਂ ਵੀ ਸਵਾਲ ਆਉਣੇ ਨੇ, ਅਤੇ ਵਿੱਚ ਥੋੜ੍ਹੇ ਕੱਢ ਕੇ ਕੁਛ ਨਾ ਕੁਛ ਗੱਦ ਦੇ ਪੈਰਾਂ ਵੀ ਪੁੱਛੇ ਜਾਣੇ, ਕਿੱਥੇ ਲਿਖਿਆ ਹੋਇਆ ਸੀ, ਕੀ ਕਹਿਣਾ ਚਾਹੁੰਦੇ ਸੀ, ਕਿਹਦੇ ਨਾਲ ਗੱਲਬਾਤ ਹੋ ਰਹੀ ਸੀ ਆਪਸ, ਠੀਕ ਹੈ। ਉਹਦੇ ਵਿੱਚ ਤੁਸੀਂ ਵਿਸ਼ਾ ਪੱਖ ਅਤੇ ਰੂਪਕ ਪੱਖ ਕਰਕੇ ਇਹਦੇ 'ਚ ਵੀ ਉੱਦਾਂ ਹੀ ਲਿਖੋ। ਕਹਿਣ ਦਾ ਮਤਲਬ ਇਹ ਹੈਗਾ ਵੀ ਇਹ ਮੋਟਾ ਮੋਟਾ ਤੁਹਾਡਾ ਸਿਲੇਬਸ ਹੈਗਾ। ਅੱਜ ਜਿਹੜਾ ਅਸੀਂ ਹੈਗਾ ਫਸਟ ਪੇਪਰ ਜਿਹੜਾ ਸ਼ੁਰੂ ਕਰਾਂਗੇ, ਹੁਣ ਜਿਹੜਾ ਪੇਪਰ 1 ਆ ਅਤੇ ਇਹਦਾ ਸੈਕਸ਼ਨ ਏ ਆ, ਮੈਂ ਤੁਹਾਨੂੰ ਦੱਸਿਆ ਵੀ ਇਹ ਭਾਸ਼ਾ ਦੇ ਉੱਤੇ ਕੇਂਦਰਿਤ ਆ, ਯੂਪੀਐਸਸੀ ਦੇ ਜਿਹੜਾ ਪੇਪਰ ਆ ਨਾ ਪੰਜਾਬੀ ਲਿਟਰੇਚਰ ਦਾ, ਉਹਨੂੰ ਆਪਾਂ ਨੋਰਮਲੀ ਕੀ ਕਹਿੰਦੇ ਹਾਂ, ਪੰਜਾਬੀ ਲਿਟਰੇਚਰ, ਨਿਊ ਬੈਚ ਆਫ ਪੰਜਾਬੀ ਲਿਟਰੇਚਰ ਸਟਾਰਟਿੰਗ ਫਰੋਮ ਨਾਓ।
ਬਟ ਇਸ ਪੇਪਰ ਦਾ ਨਾਮ ਪਤਾ ਕੀ ਹੈ? ਲਿਟਰੇਚਰ ਆਫ ਪੰਜਾਬੀ ਲੈਂਗੁਏਜ, ਪੰਜਾਬੀ ਭਾਸ਼ਾ ਦਾ ਸਾਹਿਤ। ਇਹਦਾ ਮਤਲਬ ਪਹਿਲਾ ਵਰਡ ਕੀ ਆ ਰਿਹਾ ਹੈਗਾ, ਅਤੇ ਇੱਥੋਂ ਹੀ ਸਿਲੇਬਸ ਦੀ ਸ਼ੁਰੂਆਤ ਵੀ ਹੁੰਦੀ ਹੈ। ਪਹਿਲਾਂ ਭਾਸ਼ਾ ਨੂੰ ਸਮਝੋ, ਫਿਰ ਉਸ ਤੋਂ ਬਾਅਦ ਉਸੇ ਭਾਸ਼ਾ ਦਾ ਲਿਟਰੇਚਰ ਪੜ੍ਹੋ। ਹੁਣ ਭਾਸ਼ਾ ਜਿਹੜੀ ਹੈ ਨਾ, ਇੱਕ ਹਿਸਾਬ ਨਾਲ ਇਹਦੇ ਵਿੱਚੋਂ ਵਿਆਕਰਨਕ ਹਿੱਸਾ ਤੁਸੀਂ ਦੇਖ ਸਕਦੇ ਹੋ, ਗ੍ਰਾਮੈਟੀਕਲ ਪੋਰਸ਼ਨ। ਕਿਵੇਂ ਇਹਦੀ ਉਤਪਤੀ ਹੋਈ, ਖਾਸ ਕਰਕੇ ਪੰਜਾਬੀ ਭਾਸ਼ਾ, ਫਿਰ ਇਹਨੇ ਨਿਕਾਸ ਕਿਵੇਂ ਕੀਤਾ। ਜਿਵੇਂ ਆਪਾਂ ਸ਼ੁਰੂਆਤੀ ਪੜਾਅ ਜਿਹੜੇ ਦੇਖਦੇ ਹਾਂ ਨਾ, ਇੱਕ ਵਾਰੀ ਸਵਾਲ UPSC ਪੁੱਛਦਾ ਨਿਕਾਸ ਬਾਰੇ, ਇੱਕ ਵਾਰੀ ਪੁੱਛਦਾ ਵਿਕਾਸ ਬਾਰੇ। ਇਹ ਫਿਕਸ ਸਵਾਲ ਆ, ਆਉਣਾ ਹੀ ਆਉਣਾ ਪੇਪਰ 'ਚ। ਇੱਕ ਵਾਰੀ ਨਿਕਾਸ ਪੁੱਛਣ, ਜਿਸ ਵਾਰ ਨਿਕਾਸ ਆ ਗਿਆ ਅਗਲੀ ਵਾਰੀ ਵਿਕਾਸ ਦੇ। ਹੁਣ ਨਿਕਾਸ ਅਤੇ ਵਿਕਾਸ ਦੇ ਵਿੱਚੋਂ ਇਹ ਸ਼ੁਰੂਆਤੀ ਪੜਾਅ ਨੇ, ਸੰਸਕ੍ਰਿਤ ਤੋਂ ਕਿੱਦਾਂ ਪੰਜਾਬੀ ਭਾਸ਼ਾ ਦੀ ਉਤਪਤੀ ਹੁੰਦੀ ਆ, ਕਿਵੇਂ ਸੰਸਕ੍ਰਿਤ ਜਿਹੜੀ ਹੈ ਵੈਦਿਕ ਅਤੇ ਕਲਾਸਿਕ ਦੇ ਵਿੱਚ ਵੰਡੀ ਜਾਂਦੀ ਆ, ਦੱਸਾਂਗੇ ਹੁਣ ਆਪਾਂ, ਗੱਲ ਵੀ ਕਰਾਂਗੇ ਡਿਟੇਲ। ਫਿਰ ਅੱਗੇ ਜਾ ਕੇ ਉਸੇ ਤੋਂ ਹੀ ਪਾਲੀ ਭਾਸ਼ਾ ਬਣਦੀ ਹੈ, ਫਿਰ ਉਹਦੇ ਤੋਂ ਹੀ ਚੱਲ ਕੇ ਅੱਗੇ ਜਾ ਕੇ ਪ੍ਰਾਕਿਰਤਾਂ ਨਿਕਲਦੀਆਂ, ਫਿਰ ਪ੍ਰਾਕਿਰਤਾਂ ਤੋਂ ਫਿਰ ਅਪਭ੍ਰੰਸ਼ਾਂ ਨਿਕਲਦੀਆਂ, ਅਪਭ੍ਰੰਸ਼ਾਂ ਤੋਂ ਕਰਦੇ ਕਰਦੇ ਫਿਰ ਨਾਚ ਹੋ ਗਈ ਸਾਹਿਤ, ਹੌਲੀ 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 ਪੰਜਾਬੀ ਭਾਸ਼ਾ ਵਿਕਸਿਤ ਕਰਦੀ ਹੈ ਨਾ, ਕਿ ਅਪਭ੍ਰੰਸ਼ ਦੇ ਵਿੱਚੋਂ ਫਿਰ ਪੰਜਾਬੀ ਦੀ ਉਤਪਤੀ ਹੁੰਦੀ ਹੈ। ਇੱਕ ਸਵਾਲ UPSC ਇਹ ਵੀ ਪੁੱਛਦਾ ਰਹਿੰਦਾ, ਕਿਹੜੀ ਅਪਭ੍ਰੰਸ਼ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ, ਇਹ ਵੀ ਲਿਖਾਂਗੇ। ਇਹਦਾ ਮਤਲਬ ਇਹ ਜਿਹੜਾ ਸ਼ੁਰੂਆਤੀ ਪੜਾਅ ਜਿੱਥੋਂ ਪੰਜਾਬੀ ਦੀ ਮੂਲ ਨਿਕਲਿਆ ਹੈਗਾ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਨਿਕਾਸ। ਵਿਕਾਸ ਫਿਰ ਹੁਣ ਪੰਜਾਬੀ ਬਣ ਗਈ, ਹੁਣ ਉਹ ਨਿਖਰੇਗੀ, ਹੋਰ ਬੈਟਰ ਹੋਏਗੀ। ਹੁਣ ਤਾਂ ਇਹ ਬਸ ਇੱਕ ਬਣ ਰਹੀ ਸੀ ਲੈਂਗੁਏਜ, ਹੁਣ ਉਹਨੇ ਹੋਰ ਬੈਸਟ ਫਾਰਮ ਦੇ ਵਿੱਚ ਆਉਣਾ। ਉਹ ਫਿਰ ਕਿੱਥੋਂ ਸ਼ੁਰੂ ਹੁੰਦਾ? ਨਾਚ ਜੋਗੀ ਸਾਹਿਤ ਆਉਂਦਾ, ਫਿਰ ਅੱਗੇ ਜਾ ਕੇ ਤੁਸੀਂ ਦੇਖੋਗੇ, ਤੁਹਾਨੂੰ ਭਗਤ ਫਰੀਦ ਦੀ ਬਾਣੀ ਦਿਖਦੀ ਹੈ, ਭਗਤ ਫਰੀਦ ਦੀ ਬਾਣੀ, ਫਿਰ ਅੱਗੇ ਜਾ ਕੇ ਤੁਸੀਂ ਕਿੱਸਾ ਕਾਵਿ ਦੇਖਦੇ ਹੋ ਹੈ ਨਾ, ਗੁਰਮਤ ਕਾਵਿ, ਸੂਫੀ ਕਾਵਿ ਨਾਲ ਚੱਲ ਰਿਹਾ ਤੁਹਾਡੇ, ਅਤੇ ਨਾਲ ਬੀਰ ਕਾਵਿ। ਇਹ ਕਰਦੇ ਕਰਦੇ ਫਿਰ ਤੁਸੀਂ ਮਾਡਰਨ ਤੱਕ, ਇਹ ਤੁਹਾਨੂੰ ਮਾਡਰਨ ਤੱਕ ਛੱਡ ਜਾਂਦੀ, ਮਾਡਰਨ ਫਿਰ ਸੈਕਸ਼ਨ ਬੀ ਤੁਹਾਨੂੰ ਆਪੇ ਸੰਭਾਲ ਲੈਂਦਾ, ਇਹਨਾਂ ਨੇ ਧੱਕਾ ਲਾਉਣਾ ਤੁਹਾਨੂੰ ਵੀ ਇੱਥੋਂ ਤੱਕ ਪਹੁੰਚੋ, ਫਿਰ ਅੱਗੇ ਜਿਹੜਾ ਤੁਸੀਂ ਆਪ ਦੇਖੋ, ਮੈਂ ਸਾਨੂੰ ਨਹੀਂ ਪਤਾ ਹੈਗਾ। ਸਮਝ ਗਏ ਮੇਰੀ ਗੱਲ? ਇਹਦਾ ਮਤਲਬ ਜਿਹੜਾ ਸ਼ੁਰੂਆਤੀ ਪੜਾਅ ਹੈਗਾ ਪੰਜਾਬੀ ਦਾ, ਉਹ ਅਸੀਂ ਵਿਕਾਸ ਦੇ ਤੌਰ 'ਤੇ ਦੇਖਾਂਗੇ, ਜਿਹੜਾ ਬਾਅਦ ਵਾਲਾ ਹੈਗਾ ਵਿਕਾਸ। ਹੁਣ ਨਾਲ ਇਹਦੇ ਕੁਝ ਗ੍ਰੈਮੈਟੀਕਲ ਪੋਰਸ਼ਨ ਵੀ ਹੈਗਾ, ਜਿਵੇਂ ਧੁਨੀ, ਵਿਗਿਆਨ। ਪੰਜਾਬੀ ਦੀਆਂ ਜਿਹੜੀਆਂ ਧੁਨੀਆਂ ਨੇ ਉਹ ਕਿੱਦਾਂ, ਸਵਰ ਵਿਅੰਜਨ ਕਿਵੇਂ, ਕਿਹੜੇ ਕਿਹੜੇ ਤਰ੍ਹਾਂ ਦੇ ਨੇ, ਕਿੱਦਾਂ ਪੈਦਾ ਹੋਏ, ਕਿੱਦਾਂ ਵਾਇਜਾਂ ਨਿਕਲਦੀਆਂ ਨੇ, ਬੜਾ ਕੁਝ ਦੇਖਣ ਨੂੰ ਮਿਲੂਗਾ ਤੁਹਾਨੂੰ। ਫਿਰ ਸ਼ਬਦ ਕਿਵੇਂ ਬਣਦੇ ਨੇ, ਫਿਰ ਵਾਕ ਕਿਵੇਂ ਬਣਦੇ ਨੇ, ਫਿਰ ਵਾਕੰਸ਼ ਕੀ ਹੁੰਦੇ ਨੇ, ਨਾ ਵਾਕੰਸ਼ ਕੀ ਹੁੰਦਾ, ਕਿਰਿਆ ਵਾਕੰਸ਼ ਕੀ ਹੁੰਦਾ। ਸਮਝ ਗਏ ਮੇਰੀ ਗੱਲ? ਇਹ ਪੁੱਛ। ਫਿਰ ਉਪਭਾਸ਼ਾ, ਪੰਜਾਬੀ ਆਪਣੇ ਆਪ ਦੇ ਵਿੱਚ ਇੱਕ ਭਾਸ਼ਾ, ਪਰ ਪੰਜਾਬੀ ਹਰੇਕ ਥਾਂ ਸੇਮ ਨਹੀਂ ਬੋਲੀ ਜਾ ਸਕਦੀ। ਕੋਈ ਵੀ ਲੈਂਗੁਏਜ ਚੁੱਕ ਲਓ, ਹਰੇਕ ਦਾ ਆਪਣਾ ਹੀ ਟੋਨ ਹੈਗਾ। ਅੰਮ੍ਰਿਤਸਰ ਵਾਲੇ ਮਾਝੇ ਵਾਲੇ ਹੋਰ ਬੋਲਦੇ ਆ, ਦੁਆਬੇ ਵਾਲੇ ਹੋਰ ਬੋਲਦੇ ਆ, ਮਲਵਈ ਬੰਦੇ ਹੋਰ ਹੀ ਬੋਲੀ ਜਾਂਦੇ, ਲੁਧਿਆਣੇ ਵਾਲੇ। ਸਮਝ ਆ ਗਈ ਮੇਰੀ ਗੱਲ? ਟੋਨ ਚੇਂਜ ਹੋ ਜਾਏਗੀ, ਵਰਡ ਵੀ ਕੁਛ ਹੋਰ ਹੀ ਯੂਜ਼ ਕਰੀ ਜਾਣੇ। ਉਹ ਉਪਭਾਸ਼ਾਵਾਂ ਪੰਜਾਬੀ ਦੀਆਂ ਕਿਹੜੀਆਂ ਨੇ, ਅਤੇ ਉਹਨਾਂ ਦੇ ਵਿੱਚ ਸਥਾਨਕ ਕੀ ਰੰਗਣ ਅਤੇ ਆਪਸ ਦੇ ਵਿੱਚ ਡਿਫਰੈਂਸ ਕੀ ਹੈ, ਕਾਮਨ ਕੀ ਹੈ, ਅਤੇ ਡਿਫਰੈਂਸ ਕੀ ਹੈ, ਉਹ ਸਾਨੂੰ ਪਤਾ ਹੋਣਾ ਚਾਹੀਦਾ ਹੈਗਾ ਇਸ ਪੇਪਰ ਦੇ ਪੁਆਇੰਟ ਆਫ ਵਿਊ, ਠੀਕ ਹੈ। ਫਿਰ ਉਪਭਾਸ਼ਾ ਦੇ ਨਾਲ ਨਾਲ ਫਿਰ ਸਾਡੀ ਜਿਹੜੀ ਗੁਰਮੁਖੀ ਲਿਪੀ ਹੈ, ਪਹਿਲਾਂ ਅਰਧ ਨਾਗਰੀ ਲਿਪੀ ਨਿਕਲੀ, ਫਿਰ ਉਸ ਤੋਂ ਬਾਅਦ ਗੁਰਮੁਖੀ ਲਿਪੀ ਦਾ ਵਿਕਾਸ ਹੋਇਆ,
ਫਿਰ ਪੰਜਾਬੀ ਭਾਸ਼ਾ ਲਈ ਗੁਰਮੁਖੀ ਹੀ ਢੁਕਵੀਂ ਲਿਪੀ ਕਿਉਂ? ਹਰ ਵਾਰ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ, ਫਿਰ ਇਹ ਵਾਲਾ ਪੁਰਸ਼ਨ ਆਉਂਦਾ ਲਿਪੀ ਨੂੰ ਲੈ ਕੇ। ਇਹਨੂੰ ਦੇਖਾਂ, ਪੰਜਾਬੀ ਨੂੰ ਹੋਰ ਲਿਪੀਆਂ 'ਚ ਲਿਖਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਸਭ ਤੋਂ ਢੁਕਵੀਂ ਲਿਪੀ ਕਿਹੜੀ ਸੀ? ਗੁਰਮੁਖੀ, ਹੈ ਨਾ, ਲਿਪੀ ਵਾਲਾ ਜਿਹੜਾ ਪੁਰਸ਼ਨ। ਫਿਰ ਨਾਲ ਨਾਲ ਜਿਹੜਾ ਆਪਾਂ ਸਾਹਿਤ, ਜਿਵੇਂ ਤੁਹਾਨੂੰ ਮੈਂ ਦੱਸਿਆ ਨਾਥ ਜੋਗੀ ਦਾ ਸਾਹਿਤ ਹੈਗਾ, ਠੀਕ ਹੈ, ਸੂਫੀ ਕਾਵਿ ਆ, ਕਿੱਸਾ ਕਾਵਿ, ਗੁਰਮਤ ਕਾਵਿ, ਵੀਰ ਕਾਵਿ, ਨਾਲ ਜਨਮ ਸਾਖੀਆਂ, ਇੱਕ ਤਾਂ ਇਹਨੇ ਬੜਾ ਲਹੂ ਪੀਤਾ, ਵਾਰ ਵਾਰ ਆ ਜਾਂਦਾ ਹੈ। ਇਹ ਸਾਡਾ ਪੇਪਰ 1 ਦੇ ਸੈਕਸ਼ਨ ਏ ਦਾ ਸਿਲੇਬਸ ਜਿਹਨੂੰ ਅਸੀਂ ਪੜ੍ਹਨਾ ਹੈ ਨਾ। ਦੇਖਣ ਨੂੰ ਗੁੱਡ ਆਫਟਰਨੂਨ ਰਵਨੀਤ, ਦੇਖਣ ਨੂੰ ਸੌਖਾ ਵੀ ਲੱਗ ਸਕਦਾ, ਔਖਾ ਵੀ ਲੱਗ ਸਕਦਾ। ਮੇਰੇ ਤੋਂ ਪੁੱਛੋ ਸੌਖਾ ਕਿ ਔਖਾ, ਪੁੱਛੋ ਫਿਰ, ਤੁਹਾਡੇ 'ਤੇ ਡਿਪੈਂਡ ਕਰਦਾ। ਦੂਸਰਾ ਜਿਹਦੇ ਤੋਂ ਪੜ੍ਹ ਰਹੇ ਹੋ ਉਹਦੇ 'ਤੇ ਡਿਪੈਂਡ ਕਰਦਾ। ਮੈਂ ਕਿਸ ਤਰੀਕੇ ਦਾ ਟੀਚਰ ਹਾਂ ਉਸ 'ਤੇ ਬੜਾ ਕੁਛ ਡਿਪੈਂਡ ਕਰਦਾ ਹੈਗਾ ਵੀ ਇਹ ਪੇਪਰ ਤੁਹਾਡਾ ਕਿਵੇਂ ਪ੍ਰਪੇਅਰ ਹੋਣਾ। ਹੁਣ ਅਸੀਂ ਇਹਨੂੰ ਕਿਵੇਂ, ਰਵਨੀਤ ਕਹਿ ਦਈਏ ਕਿ ਸਰ ਤੁਸੀਂ ਕਰਵਾਓਗੇ ਤਾਂ ਸੌਖਾ ਹੀ, ਥੈਂਕ ਯੂ। ਠੀਕ ਹੈ, ਸੌਖਾ ਬਣਾ ਦੇਣਾ ਆਪਾਂ ਇਹਨੂੰ, ਸੌਖਾ ਹੈ ਨਹੀਂ ਗਏ, ਇਹ ਤਾਂ ਡਰਦੇ ਲੋਕ। ਆਪਾਂ ਇਹਦੇ 'ਚ ਕਿਵੇਂ ਕਰਾਂਗੇ ਇਹਨੂੰ? ਦੇਖੋ, ਤੁਹਾਨੂੰ ਪਤਾ ਹੈਗਾ ਜਿਹੜਾ ਨਵਾਂ ਬੱਚਾ, ਡੈਮੋ ਵਾਲਾ ਬੱਚਾ, ਰਵੀ ਤੁਸੀਂ ਫੋਕਸ ਕਰਿਓ। ਦੇਖੋ ਵੀ, ਇੱਕ ਫਿਕਸ ਦਾ ਸਿਸਟਮ ਹੈਗਾ ਮੇਰਾ ਪੜ੍ਹਾਉਣ ਦਾ, ਕਿ ਵੀ ਅਸੀਂ ਇਸ ਇੱਕ ਟੋਪਿਕ 'ਤੇ 300 ਤੋਂ 350 ਵਰਡ ਲਿਖਣੇ ਹੈਗੇ। ਇਹਦੇ ਵਿੱਚ ਅਸੀਂ ਤਿੰਨੋਂ ਤਰ੍ਹਾਂ ਦੇ ਸਵਾਲ ਡੀਲ ਕਰਾਂਗੇ, 150 ਵਰਡ ਵਾਲੇ ਵੀ, 250 ਵਾਲੇ ਵੀ, 300। ਕੁਛ ਵੀ ਨਵਾਂ ਤੁਸੀਂ ਨਹੀਂ ਕਰਨਾ ਹੈਗਾ, ਤੁਹਾਡੀ ਆਪਣੀ ਜਿਹੜੀ ਕ੍ਰੀਏਟੀਵਿਟੀ ਆ ਉਹ ਤੁਸੀਂ ਆਪਣੇ ਘਰ ਰੱਖ ਲਓ। ਕਰਨਾ ਚਾਹੋ ਕਰੋ, ਕੋਈ ਮੇਰੇ ਵੱਲੋਂ ਕੋਈ ਰੋਕ ਨਹੀਂ ਹੈਗੀ, ਬਟ ਤਾਂ ਕਰੋ ਜੇ ਮੇਰੇ ਤੋਂ ਵਧੀਆ ਲਿਖ ਸਕੋ, ਜਾਂ ਫਿਰ ਜੇ ਕੰਟੈਂਟ ਦੀ ਘਾਟ ਹੋਵੇ, ਤੁਹਾਨੂੰ ਲੱਗੇ ਵੀ ਹਾਂ ਹੋਰ ਮੇਰੇ ਅੰਦਰ ਭਰਿਆ ਹੋਇਆ ਅਤੇ ਮੈਂ ਦਿਖਾਉਣਾ, ਫਿਰ ਤੁਸੀਂ ਕਰ ਸਕਦੇ ਹੋ, ਨਹੀਂ ਤਾਂ ਤੁਹਾਨੂੰ ਕੋਈ ਵੀ ਲੋੜ ਨਹੀਂ। ਇੱਦਾਂ ਕਿਉਂ ਬੈਠਾ ਤੂੰ? ਦੂਸਰਾ, ਅਸੀਂ ਕੀ ਕਰਨਾ ਹੈਗਾ, ਇਸੇ ਨੂੰ ਹੀ ਪ੍ਰੋਪਰ ਤਰੀਕੇ ਨਾਲ ਕੀ ਕਰਨਾ ਹੈਗਾ, ਰੱਟਾ ਮਾਰਨਾ ਇੱਕ ਹਿਸਾਬ ਨਾਲ। ਅਸੀਂ ਜੋ ਸਾਡੇ ਕੋਲ 300 ਜਾਂ 350 ਵਰਡ ਨੇ, ਇਹਨੂੰ ਹੀ ਅਸੀਂ ਰੱਟਾ ਮਾਰ ਕੇ ਨਾ ਪ੍ਰੋਪਰ ਤਰੀਕੇ ਨਾਲ ਲਿਖਣ ਦੀ ਪ੍ਰੈਕਟਿਸ ਕਰਨੀ ਹੈ। ਆਂਸਰ ਰਾਈਟਿੰਗ ਕਿਵੇਂ ਕਰਾਂਗੇ? ਅੱਜ ਜੋ ਪੜ੍ਹਿਆ ਜਾਏਗਾ ਕੱਲ੍ਹ ਉਹਦਾ ਟੈਸਟ ਹੋਏਗਾ। ਸਾਰਿਆਂ ਲਈ ਮੈਂ ਗੱਲ ਕਹਿ ਰਿਹਾ, ਪੁਰਾਣਾ ਖਤਮ, ਉਹ ਬਾਅਦ 'ਚ ਦੇਖਾਂ। ਅੱਜ ਜੋ ਹੋਏਗਾ ਕੱਲ੍ਹ ਇਹਦਾ ਨਾਲ ਨਾਲ ਆਂਸਰ ਰਾਈਟਿੰਗ ਦੇ ਫੋਰਮ ਦੇ ਵਿੱਚ ਟੈਸਟ ਸ਼ੁਰੂ ਹੋ ਜਾਏਗਾ। ਘੱਟੋ ਘੱਟ ਇਸ ਪੇਪਰ ਦੀ ਆਂਸਰ ਰਾਈਟਿੰਗ ਤੁਸੀਂ ਪੈਰਾਲਲ ਜ਼ਰੂਰ ਕਰਨਾ, ਇਹਦੇ ਵਿੱਚ ਰਿਸਕ ਨਹੀਂ ਲਿਆ ਜਾ ਸਕਦਾ। ਇਹ ਪੇਪਰ ਬੜਾ, ਜਿਹੜਾ ਸੈਕਸ਼ਨ ਇਹ ਆ ਨਾ, ਇਹ ਦੋਨੋਂ ਤਰੀਕੇ ਨਾਲ ਵਰਕ ਕਰਦਾ ਹੈਗਾ, ਸਕੋਰਿੰਗ ਵੀ ਬੜਾ ਅਤੇ ਘੱਟ ਟਾਈਮ 'ਚ ਪੜ੍ਹਨ ਵਾਲਾ ਪੇਪਰ ਆਏ ਸੈਕਸ਼ਨ ਹੀ, ਸਕੋਰਿੰਗ ਬਹੁਤ ਜ਼ਿਆਦਾ, ਬਟ ਇਹ ਰਿਸਕੀ ਵੀ ਆ ਜੇ ਤੁਸੀਂ ਇਹਨੂੰ ਈਜ਼ੀ ਲੈ ਲਿਆ।
ਇਹ ਕਹਿੰਦਾ ਮੈਨੂੰ ਇਹ ਆਪਣੀ ਇੰਪੋਰਟੈਂਸ ਜੀ ਥੋੜ੍ਹੀ ਬਣਾ ਕੇ ਰੱਖਦਾ, ਮੈਨੂੰ ਈਜ਼ੀ ਨਹੀਂ ਲੈ ਸਕਦੇ ਤੁਸੀਂ। ਪ੍ਰੋਪਰ ਫੋਕਸ ਕਰਕੇ ਪੜ੍ਹ, ਕਿਉਂਕਿ ਭੁੱਲਣ ਵਾਲੀਆਂ ਚੀਜ਼ਾਂ ਬਹੁਤ ਆਉਣੀਆਂ, ਕਿਹੜੀ ਅਪਭ੍ਰੰਸ਼ 'ਚ ਅੱਛਾ ਇਹ ਬਦਲ ਗਿਆ, ਇਹ ਵਰਡ ਐਵੇਂ ਹੋ ਗਿਆ, ਇਸ ਅਪਭ੍ਰੰਸ਼ 'ਚ ਇਹ ਵਰਡ ਐਵੇਂ ਹੋ ਗਿਆ, ਕਿੰਨੇ ਕੋ ਯਾਦ ਕਰੀਏ, ਕਿਵੇਂ ਕਰੀਏ। ਤੁਸੀਂ ਕਿਸੇ ਵੀ, ਮੰਨ ਲਓ ਤੁਹਾਡੇ ਕੋਲ ਕਿਸੇ ਹੋਰ ਦੇ ਨੋਟਸ ਵੀ ਹੋਣ ਜਾਂ ਸਰਚ ਕਰਕੇ ਵੀ ਤੁਸੀਂ ਦੇਖੋ, ਇਹਨਾਂ ਨਿਕਾਸ ਅਤੇ ਵਿਕਾਸ ਲਈ ਨਾ ਕਿਤਾਬਾਂ ਲਿਖੀਆਂ ਹੋਈਆਂ ਨੇ, ਕਿਤਾਬਾਂ ਨਿਕਾਸ ਲਈ ਅਤੇ ਕਿਤਾਬਾਂ ਵਿਕਾਸ ਲਈ। ਪਰ ਆਪਾਂ ਨੂੰ ਸਵਾਲ ਮੈਕਸੀਮਮ 150 ਵਰਡ ਦਾ ਪੁੱਛਿਆ ਜਾਣਾ ਹੈਗਾ, 200 ਦਾ ਵੱਖਰਾ ਆ ਜੇ, 250-300, ਇਹਦਾ ਮਤਲਬ 2 to 2.5 ਪੇਜ ਅਸੀਂ ਲਿਖਣਾ ਹੈਗਾ, ਫਿਰ ਅਸੀਂ ਕਿਵੇਂ ਕਰੀਏ ਇਹਨੂੰ, ਉਹਨਾਂ ਕਿਤਾਬਾਂ ਤੋਂ ਕਿਵੇਂ ਕੰਟੈਂਟ ਕੱਢਾਂਗੇ। ਅਸੀਂ ਇਹਨੂੰ ਸਪੈਸੀਫਿਕ ਕਰ ਲੈਣਾ ਹੈਗਾ, ਅਪਭ੍ਰੰਸ਼ ਲਿਮਿਟਡ ਲਿਖਾਂਗੇ, ਬਟ ਉਹਨਾਂ ਕੋ ਮੈਂ ਜ਼ਰੂਰ ਲਿਖਾਣਾ ਵੀ ਵੱਖਰਾ ਕਰਕੇ ਵੀ ਅਪਭ੍ਰੰਸ਼ ਪੁੱਛ ਲੈਣਾ ਉਹ, ਤਾਂ ਵੀ ਤੁਸੀਂ ਫਸੋ ਨਾ। ਸਿੱਧਾ ਨਿਕਾਸ ਇੱਦਾਂ ਨਹੀਂ ਲਿਖਾਉਣਾ ਵੀ 1.5 ਪੇਜ ਲਿਖਾ ਕੇ ਚਲੋ ਭੱਜੋ, ਇੱਦਾਂ ਨਹੀਂ। ਹਰ ਦੇ ਵਿੱਚ ਜਿਵੇਂ ਪ੍ਰਾਕਿਰਤਾ ਨੂੰ ਲੈ ਕੇ ਪੁੱਛ ਲਏ, ਪਾਲੀ ਨੂੰ ਲੈ ਕੇ ਪੁੱਛ ਲਏ, ਅਪਭ੍ਰੰਸ਼ ਨੂੰ ਲੈ ਕੇ ਵੱਖਰਾ ਪੁੱਛ ਲਏ, ਅਸੀਂ ਉਹਦੇ ਲਈ ਪ੍ਰਿਪੇਅਰ ਰਹਿਣੇ ਚਾਹੀਦੇ ਹਾਂ, ਸਾਨੂੰ ਪ੍ਰੋਬਲਮ ਨਾ ਹੋ। ਹੁਣ ਤੁਹਾਨੂੰ ਮੈਂ ਦੱਸਦਾ ਇਹਦੇ 'ਚ ਕਿਉਂ ਮੈਂ ਕਹਿ ਰਿਹਾ ਸੀ ਇਹ ਸੌਖਾ ਟਾਈਪ ਦਾ, ਕਿਉਂਕਿ ਧੁਨੀ ਵਿਗਿਆਨ ਦੇ ਵਿੱਚੋਂ ਨਾ, ਜਿੰਨੇ ਵੀ ਟੋਪਿਕ ਨੇ ਇਹਦੇ 'ਚੋਂ ਧੁਨੀ ਵਿਗਿਆਨ 'ਚੋਂ ਕੁਸ਼ਚਨ ਤੁਹਾਨੂੰ ਪੇਪਰ 'ਚ ਆਉਣਾ ਹੀ ਆਉਣਾ, ਭਾਵੇਂ ਦੁਨੀਆ ਇੱਧਰ ਦੀ ਇੱਧਰ ਹੋ ਜਾਵੇ, ਤੁਹਾਨੂੰ ਰੂਪ ਵਿਗਿਆਨ 'ਚੋਂ ਕੁਸ਼ਚਨ ਆਉਣਾ ਹੀ ਆਉਣਾ। ਉਸ ਪੇਪਰ ਦੇ ਵਿੱਚ ਤਾਂ ਤੁਹਾਡਾ ਕੰਪੈਰੀਜ਼ਨ ਸੀ, ਹੋ ਸਕਦਾ ਇੱਕ ਵਾਰੀ ਨਾ ਵੀ ਪੁੱਛੇ ਭਾਈ ਵੀਰ ਸਿੰਘ ਹੈਗੇ ਨੇ ਨਾ, ਉਹਦੇ 'ਚ ਭਾਈ ਵੀਰ ਸਿੰਘ ਨਾ ਪੁੱਛਣ, ਪ੍ਰੋਫੈਸਰ ਪੂਰਨ ਸਿੰਘ ਪੁੱਛ ਲੈਣ, ਪ੍ਰੀਤਮ ਸਿੰਘ ਸਫੀਰ ਨਾ ਪੁੱਛ ਕੇ ਡਾਕਟਰ ਜਸਵੰਤ ਸਿੰਘ ਨੇ ਕੀ ਪੁੱਛ ਲੈਣ, ਉਹਦੇ ਵਿੱਚ ਫਿਰ ਵੀ ਵਿਕਲਪ ਆ, ਆਪਸ਼ਨ ਆ। ਇਹਦੇ ਵਿੱਚ ਇਹ ਆ ਵੀ ਇਹਨੇ ਆਉਣਾ ਹੀ ਆਉਣਾ। ਤੁਹਾਨੂੰ ਮੈਂ ਦੱਸਦਾ ਕਿਹੜੇ ਕਿਹੜੇ ਟੋਪਿਕ, ਜਿਹੜੇ ਸਿਲੇਬਸ ਮੈਂ ਤੁਹਾਨੂੰ ਦੱਸੇ ਆ ਨਾ ਉਹ ਸਾਰੇ ਇਹਨੇ ਆਉਣਾ ਹੀ ਆਉਣਾ। ਸੋਚ ਕੇ ਦੇਖੋ ਇਸ ਤੋਂ ਬੈਸਟ ਆਪਸ਼ਨ ਕੀ ਹੋਏਗੀ, ਪਤਾ ਹੈ ਸਾਨੂੰ ਇਹਦੇ 'ਚੋਂ ਕੁਸ਼ਚਨ ਆਉਣਾ ਹੀ ਆਉਣਾ, ਦੁਨੀਆ ਇੱਧਰ ਦੀ ਇੱਧਰ ਹੋ ਜਾਏ ਗੁਰਮੁਖੀ ਲਿਪੀ 'ਚੋਂ ਸਵਾਲ ਆਉਣਾ ਹੀ ਆਉਣਾ, ਉਪਭਾਸ਼ਾ ਦੇ ਵਿੱਚੋਂ ਸਵਾਲ ਆਉਣਾ ਹੀ ਆਉਣਾ। ਇਹ ਗੱਲ ਵੱਖਰੀ ਹੈ ਵੀ ਉਹ ਕਿਹੜੀਆਂ ਉਪਭਾਸ਼ਾਵਾਂ ਪੁੱਛਦਾ ਉਹ, ਅਸੀਂ ਫਿਰ ਵੀ ਮਾਝੀ ਅਤੇ ਮਲਵਈ ਮੇਨ ਰਹਿੰਦੀਆਂ ਨੇ, ਆਉਣਾ ਹੀ ਆਉਣਾ ਕੁਛ ਵੀ ਹੋ ਜਾਵੇ। ਪੰਜਾਬੀ ਨੂੰ ਸੁਰਾਤਮਕ ਭਾਸ਼ਾ ਕਿਉਂ ਕਹਿੰਦੇ ਨੇ, ਇਹ ਸਵਾਲ ਆਉਣਾ ਹੀ ਆਉਣਾ, ਸਮਝ ਗਏ ਮੇਰੀ ਗੱਲ, ਇਹ ਸਵਾਲ ਬਣਦੇ ਹੀ ਬਣਦੇ ਨੇ, ਫਿਕਸ ਨੇ। ਜਿਵੇਂ ਸੂਫੀ ਕਾਵਾ ਉਹ ਵੀ 3-4 ਉਹਨਾਂ 'ਚੋਂ ਵੀ ਲਗਭਗ ਫਿਕਸ ਹੀ ਰਹਿੰਦਾ, ਕਿਉਂਕਿ ਉੱਪਰ ਵਾਲੇ ਸੈਗਮੈਂਟ 'ਚੋਂ ਕੀ ਪੁੱਛੇ ਉਹ, ਜੋ ਇਹ ਨਾ ਪੁੱਛੇ ਤਾਂ ਇਹੀ ਪੁੱਛੇਗਾ ਉਹ। ਅਸੀਂ ਧੁਨੀ ਵਿਗਿਆਨ ਨੂੰ ਇੰਨੇ ਪ੍ਰੋਪਰ ਤਰੀਕੇ ਨਾਲ ਪੜ੍ਹ ਲਾਂਗੇ ਕਿ ਉਹ ਇੱਕ ਹੋਲਿਸਟਿਕ ਸਵਾਲ ਪੁੱਛੇ ਤਾਂ ਵੀ ਹੋ ਜਾਏ, ਜੇ ਉਹ ਸਿੱਧਾ ਪੁੱਛੇ ਸਵਰਨ ਦੱਸੋ, ਸਵਰ ਦੱਸੋ, ਵਿਅੰਜਨ ਦੱਸੋ, ਇਹਨਾਂ ਦਾ ਵਰਗੀਕਰਨ ਦੱਸੋ, ਅਸੀਂ ਉਹ ਵੀ ਕਰ ਲਾਂਗੇ। ਮੈਂ ਤੁਹਾਨੂੰ ਇੱਕ ਲਾਈਨ 'ਚ ਕਹਿ ਸਕਦਾ ਵੀ ਇਹ ਵੈਸੇ ਤਾਂ ਪੂਰਾ ਪੰਜਾਬੀ ਦਾ ਪੇਪਰ ਜਿਹੜਾ ਹੈਗਾ ਉਹ ਤੁਸੀਂ ਦੇਖੋਗੇ ਉਹਦੇ 'ਚ ਰੱਟਾ ਮਾਰਨਾ ਤੁਸੀਂ ਜ਼ਰੂਰੀ ਹੈ, ਬਟ ਇਸ ਪੇਪਰ 'ਚ ਸਪੈਸ਼ਲ ਤਰ੍ਹਾਂ ਦੇ ਰੱਟ ਦੀ ਲੋੜ ਆ। ਜਿਹੜਾ ਤੁਹਾਡਾ ਲੈਵਲ ਸੀ ਨਾ ਕਾਲਜ ਟਾਈਮ 'ਚ, ਉਹ ਲੈਵਲ ਤੁਹਾਨੂੰ ਇੱਥੇ ਦਿਖਾਉਣਾ ਪੈਣਾ। ਕਾਲਜ ਤੁਸੀਂ ਆਪਸ ਇਹੀ ਲੈ ਕੰਪੀਟੀਸ਼ਨ ਸੀ ਕਿਹੜਾ ਖਤਰਨਾਕ ਲੈਵਲ ਦਾ ਰੱਟਾ ਮਾਰਨਾ। ਅੰਡਰਸਟੈਂਡਿੰਗ ਤਾਂ ਨਹੀਂ ਕਰਦੇ ਹੁੰਦੇ ਸੀ, ਹੈ ਹੀ ਨਹੀਂ ਸੀ ਕੀ ਕਰੀਏ, ਟੀਚਰ ਨੂੰ ਨਹੀਂ ਪਤਾ ਸੀ, ਟੀਚਰ ਵੀ ਕਹਿੰਦਾ ਹੁੰਦਾ ਸੀ ਬਸ ਇਸ ਤੋਂ ਇਹ ਜ਼ਿਆਦਾ ਇੱਧਰ ਉੱਧਰ ਨਹੀਂ ਜਾਣਾ। ਇੱਥੇ ਤਾਂ ਕੋਨਸੈਪਟ ਦੀ ਗੱਲ ਆ, ਸਮਝਣਾ ਵੀ ਜ਼ਰੂਰੀ ਹੈ, ਜੀ ਐਸ ਤਾਂ ਸਾਰਾ ਹੀ ਸਮਝਣਾ ਜ਼ਰੂਰੀ, ਨਹੀਂ ਤਾਂ ਗੱਲ ਹਵਾ ਹੀ ਲੱਗਣੀ। ਪੰਜਾਬੀ ਲਿਟਰੇਚਰ ਦੀ ਖੂਬੀ ਇਹ ਤੁਸੀਂ ਰੱਟਾ ਮਾਰ ਕੇ ਕੰਮ ਕਰ ਸਕਦੇ, ਇਸ ਪੇਪਰ 'ਚ ਰੱਟੇ ਦੀ ਬਹੁਤ ਲੋੜ ਆ। ਇਸ ਲੈਵਲ 'ਚ ਤੁਹਾਡੇ 'ਚ ਜਿਹੜੀ ਉਹ ਖੂਬੀ ਹੈ ਜਿਹੜੀ ਕਾਲਜ ਟਾਈਮ 'ਚ ਸੀ, ਉਹਨੂੰ ਤੁਹਾਨੂੰ ਪੁਨਰ ਜਾਗ੍ਰਿਤ ਕਰਨਾ ਪੈਣਾ।
ਉਹ ਹੁਣ ਤੁਸੀਂ ਯੋਗ ਕਰਕੇ ਕਰੋ ਜਾਂ ਭਾਵੇਂ ਕਈ ਦਿਨ ਸੌਂ ਕੇ ਕਰੋ, ਕੁਛ ਵੀ ਕਰਕੇ ਕਰੋ, ਉਹਨੂੰ ਜਾਗ੍ਰਿਤ ਕਰਨਾ ਪੈਣਾ। ਜਿਨ੍ਹਾਂ ਦੀ ਜਾਗ੍ਰਿਤ ਆਲਰੇਡੀ ਹੈਗੀ ਆ ਉਹਨਾਂ ਨੂੰ ਬਹੁਤਾ ਐਫਰਟ ਕਰਨ ਦੀ ਲੋੜ ਨਹੀਂ ਹੈਗੀ, ਹੈ ਕਿ ਨਹੀਂ? ਜਿਨ੍ਹਾਂ ਦੀ ਜਾਗ੍ਰਿਤ ਆ, ਜਿਨ੍ਹਾਂ ਦੀ ਨਹੀਂ ਜਾਗ੍ਰਿਤ ਆ, ਮਤਲਬ ਇੰਦਰੀਆਂ ਜਿਹੜੀਆਂ ਨੇ ਡਾਊਨ ਨੇ, ਉਹ ਆਪਣਾ ਪੂਰਾ ਰੋਲ ਜਗਾ ਕੇ ਫਿਰ ਤੋਂ ਰੱਟਾਫਿਕੇਸ਼ਨ ਵਾਲੀ ਗੱਲ ਜਿਹੜੀ ਹੈ ਇੱਥੇ ਕਰਕੇ ਦਿਖਾਓ। ਸਮਝ ਆ ਗਈ ਗੱਲ ਕਿ ਨਹੀਂ? ਇਸ ਪੇਪਰ ਦੇ ਵਿੱਚ ਖਾਸ ਕਰਕੇ ਤੇ ਏ ਟੂ ਜ਼ੈਡ ਮੈਂ ਤੁਹਾਨੂੰ ਲਿਖਾਣਾ, ਜਿਵੇਂ ਪਿਛਲੇ ਬੈਚਾਂ 'ਚ ਹੁੰਦਾ ਰਿਹਾ ਉਵੇਂ ਅਸੀਂ ਇਹਦੇ 'ਚ ਕਰਨਾ। ਜਿਹੜੇ ਬਾਕੀ ਸੈਕਸ਼ਨ ਅਸੀਂ ਪੜ੍ਹੇ ਨੇ ਉਹਨਾਂ 'ਚੋਂ ਵੀ ਅਸੀਂ ਇਵੇਂ ਕਰ, ਉਵੇਂ ਹੀ ਅਸੀਂ ਇਹਦੇ 'ਚ ਕਰਨਾ, ਛੱਡਣਾ ਨਹੀਂ ਹੈਗਾ ਕੁਛ। ਬਸ ਤੁਸੀਂ ਹੁਣ, ਤੁਹਾਡੀ ਜ਼ਿੰਮੇਵਾਰੀ ਇਹ ਹੈਗੀ, ਇੱਕ ਤਾਂ ਡੇਲੀ ਟੈਸਟ ਦਿਓ, ਪ੍ਰੋਪਰ ਸ਼ੁਰੂ ਹੋਏਗਾ ਸਾਡਾ ਹਰ ਦਿਨ ਆਨਸਰ ਰਾਈਟਿੰਗ। ਦੂਸਰਾ, ਨਾਲ ਨਾਲ ਕਰਦੇ ਰਹੋ ਅਤੇ ਆਪਣੇ ਨੋਟਸ ਆਪ ਬਣਾਉਂਦੇ ਰਹੋ ਜੇ ਤੁਹਾਨੂੰ ਲੱਗਦਾ ਵੀ ਕੁਛ ਹੋਰ ਤੁਸੀਂ ਕ੍ਰੀਏਟਿਵਿਟੀ ਕਰਨੀ। ਅਦਰਵਾਈਜ਼ ਜੋ ਤੁਹਾਡੇ ਕੋਲ ਆ ਗਿਆ ਉਹਨੂੰ ਰੱਟਾ ਮਾਰੋ, ਲਿਖਣ ਦੀ ਕੋਸ਼ਿਸ਼ ਕਰੋ, ਪ੍ਰੈਕਟਿਸ ਕਰਦੇ ਰਹੋ। ਇਸ ਪੇਪਰ 'ਤੇ ਥੋੜ੍ਹਾ ਜਿਹਾ ਜ਼ਿਆਦਾ ਐਫਰਟ ਤੁਹਾਨੂੰ ਸੈਕਸ਼ਨ ਏ 'ਤੇ ਦੇਣਾ ਪੈਣਾ, ਉਹ ਜਿਵੇਂ ਜਿਵੇਂ ਆਪਾਂ ਅੱਗੇ ਵਧਾਂਗੇ ਨਾ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ। ਈਜ਼ੀ ਆਪਾਂ ਕਰ ਦੇਣਾ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਜ਼ਿਆਦਾ ਨਹੀਂ ਲਿਖਾਣਾ, ਜ਼ਿਆਦਾ ਕੋਈ ਪ੍ਰਿੰਟ ਐਂਡ ਕੰਟੈਂਟ ਨਹੀਂ ਹੈਗਾ, ਤੁਹਾਨੂੰ ਪਤਾ ਹੀ ਹੈ, ਉਸ ਤੋਂ ਬਾਹਰ ਜਾਣ ਦੀ ਲੋੜ ਨਹੀਂ ਹੈਗੀ। ਬਸ ਤੁਸੀਂ ਉਹਨੂੰ ਰੱਟਾ ਮਾਰੋ, ਲਿਖੋ, ਪ੍ਰੈਕਟਿਸ ਕਰੋ, ਇਹ ਤੁਹਾਡੇ 'ਤੇ ਚੀਜ਼ਾਂ ਹੈਗੀਆਂ। ਠੀਕ ਹੈ ਜੀ, ਕਰੀਏ ਸ਼ੁਰੂ ਫਿਰ। ਦੇਖੋ, ਕੋਈ ਵੀ ਭਾਸ਼ਾ ਨਾ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਹਮੇਸ਼ਾ ਸੇਮ ਨਹੀਂ ਰਹਿੰਦੀ ਅਤੇ ਇੱਕ ਦਿਨ 'ਚ ਪੈਦਾ ਨਹੀਂ ਹੁੰਦੀ। ਹੌਕੇਟਿਕ ਪਰਸਨ ਹੈਗਾ ਉਹ ਕਹਿੰਦਾ ਵੀ ਜਿਵੇਂ ਸਿੱਕਿਆਂ ਦੇ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ ਨਾ, ਜਿਵੇਂ ਸਿੱਕੇ ਆਪਾਂ ਪਹਿਲਾਂ ਕੋਈ ਹੋਰ ਵਰਤਦੇ ਸੀ, ਅੱਜ ਕੋਈ ਹੋਰ, ਅੱਜ ਦੇ ਸਿੱਕੇ ਬੜੇ ਹੀ ਰਿਫੋਰਮਿਸਟ ਸਿੱਕੇ ਨੇ, ਇੰਨੇ ਵਧੀਆ ਨੇ। ਅੱਜ ਦੇ ਨੋਟ ਦੇਖੋ ਤੁਸੀਂ, ਪਹਿਲਾਂ ਮਿੱਟੀ ਦੇ ਸਿੱਕੇ ਸੁੱਕੇ ਬਣਦੇ ਹੁੰਦੇ ਸੀ, ਫਿਰ ਤਾਂਬੇ ਧਾਤੂ ਦੇ ਬਣਨ ਲੱਗ ਗਏ, ਹੁਣ ਤੁਸੀਂ ਦੇਖੋ ਕਿੰਨੇ ਵਧੀਆ ਸਿੱਕੇ ਨੇ। ਇੱਕ ਦਿਨ 'ਚ ਇਹ ਨਹੀਂ ਬਣੇ, ਕਾਫੀ ਟਾਈਮ ਲੱਗਿਆ ਇਹਨਾਂ ਨੂੰ। ਉੱਦਾਂ ਹੀ ਭਾਸ਼ਾ ਵੀ ਇੱਕ ਦਿਨ 'ਚ ਨਹੀਂ ਬਣਦੀ। ਸ਼ੁਰੂ ਸ਼ੁਰੂ 'ਚ ਮੋਟੇ ਤੌਰ 'ਤੇ ਅਸੀਂ ਦੇਖੀਏ ਤਾਂ ਸਾਨੂੰ ਕੀ ਦਿਖਦਾ ਹੈਗਾ, ਵੈਦਿਕ ਸੰਸਕ੍ਰਿਤ ਜਿਹੜੀ ਹੋਣ 'ਚ ਆਉਂਦੀ ਹੈ। ਹੁਣ ਵੈਦਿਕ ਹੀ ਕਿਉਂ ਕਹਿੰਦੇ ਹਾਂ ਉਹਨੂੰ? ਕਿਉਂਕਿ ਉਹਦੇ ਵਿੱਚ ਵੇਦਾਂ ਦੀ ਰਚਨਾ ਕੀਤੀ ਗਈ, ਉਸ ਕਾਲ ਨੂੰ ਵੀ ਵੈਦਿਕ ਕਾਲ ਕਿਹਾ ਜਾਂਦਾ। ਹੁਣ ਤੁਸੀਂ ਕਹੋਗੇ ਵੀ ਸਰ, ਭਾਸ਼ਾ ਦੇ ਵਿੱਚ ਚੇਂਜ ਕਿਉਂ ਆਉਂਦਾ ਰਹਿੰਦਾ ਹੈਗਾ, ਕਿਉਂ, ਇਸ਼ੂ ਕੀ ਹੈਗਾ? ਮੈਂ ਦੱਸਦਾ, ਵੈਦਿਕ ਭਾਸ਼ਾ ਜਦੋਂ ਬਣਾਈ ਨਾ, ਬਾਅਦ 'ਚ ਪੰਡਿਤਾਂ ਨੂੰ ਇਹ ਲੱਗਣ ਲੱਗਾ ਵੀ ਇਹਦੇ ਵਿੱਚ ਨਾ, ਮਤਲਬ ਹਰ ਬੰਦਾ ਯੂਜ ਕਰੀ ਜਾਂਦਾ ਇਹਨੂੰ, ਕਿਉਂ ਨਾ ਇਹਦੇ ਸਖਤ ਨਿਯਮ ਕਰ ਦਿੱਤੇ ਜਾਣ, ਇਹਦੀ ਵਿਆਕਰਣ ਬੜੀ ਔਖੀ ਕਰ ਦਿੱਤੀ ਜਾਵੇ, ਕੋਈ ਹੋਰ ਯੂਜ ਹੀ ਨਾ ਕਰ ਸਕੇ, ਉਹਨੂੰ ਕਲਾਸੀਕਲ ਸੰਸਕ੍ਰਿਤ ਬਣਾ ਤਾ, ਵੈਦਿਕ ਨੂੰ ਕਰੜੇ ਨਿਯਮਾਂ ਦੀ ਕੈਦ ਦੇ ਵਿੱਚ ਕੈਦ ਕਰਕੇ ਰੱਖਤਾ। ਹੁਣ ਕਰਕੇ ਦਿਖਾਓ ਫਿਰ ਕੀ ਹੋਊਗਾ। ਹੁਣ ਜਿਹੜੀ ਭਾਸ਼ਾ ਨੂੰ ਤੁਸੀਂ ਨਿਯਮਬੱਧ ਕਰਤਾ, ਉਹ ਹਰ ਬੰਦਾ ਉਸ ਨਿਯਮ ਨੂੰ ਤਾਂ ਯੂਜ਼ ਨਹੀਂ ਨਾ ਕਰ ਸਕਦਾ, ਹਰ ਬੰਦੇ ਨੂੰ ਉਹ ਗ੍ਰਾਮਰ ਨੌਲੇਜ ਕਿੱਥੋਂ ਆਏਗੀ? ਤੁਸੀਂ ਉਹਨੂੰ ਸਾਹਿਤ ਦੀ ਭਾਸ਼ਾ ਬਣਾਤਾ, ਲਿਖਣ ਵਾਲੀ ਭਾਸ਼ਾ ਬਣਾਤਾ, ਹੁਣ ਆਮ ਪਬਲਿਕ ਕੀ ਕਰੇ? ਫਿਰ ਆਮ ਪਬਲਿਕ ਜਿਹੜੀ ਭਾਸ਼ਾ ਬੋਲੇਗੀ ਨਾ, ਉਹ ਉਸ ਭਾਸ਼ਾ ਨਾਲੋਂ ਵੱਖਰੀ ਹੋਏਗੀ, ਜਿਵੇਂ ਪਾਲੀ, ਜਿਵੇਂ ਪ੍ਰਾਕਿਰਤਾਂ, ਜਿਵੇਂ ਅਪਭ੍ਰੰਸ਼ਾਂ। ਆਮ ਜਨਤਾ ਨਾ ਬੋਲ, ਤੁਹਾਨੂੰ ਪਤਾ ਹੋਣਾ ਮਹਾਤਮਾ ਬੁੱਧ ਨੇ ਆਪਣੇ ਸੰਦੇਸ਼ ਕਿਸ ਰਾਹੀਂ ਦਿੱਤੇ? ਪਾਲੀ ਭਾਸ਼ਾ। ਕਿਉਂ? ਉਹਨੂੰ ਪਤਾ ਸੀ, ਦੋ ਕਾਰਨ ਸੀ, ਗੌਤਮ ਬੁੱਧ ਜਾਂ ਫਿਰ ਮਹਾਵੀਰ ਜੈਨ ਜਿਹੜੇ ਸੀਗੇ, ਉਹ ਕਾਹਦੇ 'ਚ, ਜੈਨ ਨੇ ਕਾਹਦੇ 'ਚ ਦਿੱਤੇ ਬਈ?
ਪ੍ਰਾਕ੍ਰਿਤ ਭਾਸ਼ਾ 'ਚ, ਉਹ ਵੀ ਸਥਾਨਕ ਭਾਸ਼ਾ ਸੀ। ਦੋ ਕਾਰਨ ਹੁੰਦੇ ਸੀ ਇਹਨਾਂ ਦੇ, ਇੱਕ ਤਾਂ ਬੁੱਧ ਧਰਮ ਜਿਹੜਾ ਹੈਗਾ ਜਾਂ ਜੈਨ ਧਰਮ ਜਿਹੜਾ ਹੈਗਾ ਆਇਆ ਹੀ ਕਿਹਦੇ ਅਗੇਂਸਟ ਸੀ, ਬ੍ਰਾਹਮਣਾਂ ਦੇ ਅਗੇਂਸਟ। ਜੇ ਉਹਨਾਂ ਦੀ ਲੈਂਗੁਏਜ ਯੂਜ ਕਰੋਗੇ ਤਾਂ ਫਿਰ ਬ੍ਰਾਹਮਣ ਕੀ ਕਹਿਣਗੇ, ਬਸ ਰਹਿਣ ਦਿੰਦੇ, ਕਿਉਂ ਫਿਰ ਪੰਗਾ ਲਿਆ ਸੀ। ਇੱਕ ਤਾਂ ਇਹ ਚੀਜ਼, ਦੂਸਰੀ ਕਾਪੀ ਨਹੀਂ ਕਰਨਾ ਸੀ ਉਹਨੂੰ, ਕੁਛ ਵੱਖਰਾ ਕਰਨਾ ਸੀ। ਦੂਸਰਾ, ਜੇ ਸੰਸਕ੍ਰਿਤ ਹੀ ਯੂਜ ਕਰਨਗੇ ਆਮ ਜਨਤਾ ਦੇ ਸਮਝ ਹੀ ਨਹੀਂ ਆਉਣੀ, ਲੋਕਲ ਜਿਹੜੀ ਜਨਤਾ ਜਿਹੜੀ ਉੱਥੋਂ ਦੀ ਭਾਸ਼ਾ ਸਮਝ ਸਕਦੀ, ਉਹਨੂੰ ਜੇ ਤੁਸੀਂ ਉਪਦੇਸ਼ ਦੇਣੇ ਆ ਨਾ, ਜੇ ਤੁਸੀਂ ਚਾਹੁੰਦੇ ਹੋ ਆਮ ਭਾਸ਼ਾ 'ਚ ਦਿਓ ਜਿਹੜੀ ਉਹਨਾਂ ਨੂੰ ਸਮਝ ਦੇ ਵਿੱਚ ਆਉਂਦੀ। ਤੁਸੀਂ ਆਪਣੇ ਆਪ ਨੂੰ ਗਿਆਨੀ ਦਿਖਾ ਰਹੇ ਹੋ, ਭਾਵੇਂ ਤੁਸੀਂ ਮਹਾਂਪੁਰਸ਼ ਹੋਣ, ਤੁਹਾਨੂੰ ਤਾਂ ਸਭ ਕੁਛ ਰੱਬ ਨੇ ਮੰਨ ਲਓ ਕਿਰਪਾ ਕੀਤੀ ਹੈ, ਤੁਹਾਨੂੰ ਸਾਰੀਆਂ ਭਾਸ਼ਾਵਾਂ ਆਉਂਦੀਆਂ, ਪਰ ਤੁਸੀਂ ਭਾਸ਼ਾ ਉਹ ਵਰਤੋਂਗੇ ਜਿਹੜੀ ਭਾਸ਼ਾ ਜਨਤਾ ਨੂੰ ਸਮਝ ਆਵੇ, ਨਹੀਂ ਤਾਂ ਤੁਹਾਡੇ ਉਹਦਾ ਕੋਈ ਮਤਲਬ ਹੀ ਨਹੀਂ ਹੈਗਾ। ਸਮਝ ਆ ਗਈ ਮੇਰੀ ਗੱਲ ਕਿ ਨਹੀਂ? ਇਹ ਚੀਜ਼ ਆ। ਕਈ ਵਾਰੀ ਕਾਵਿ ਜਿਹੜਾ ਹੁੰਦਾ ਨਾ, ਜਿਵੇਂ ਹੁਣ ਗੁਰਮਤ ਕਾਵਿ ਆ, ਹੁਣ ਗੁਰਬਾਣੀ ਆਪਾਂ ਦੇਖਦੇ ਹਾਂ, ਤੁਹਾਨੂੰ ਕੀ ਲੱਗਦਾ ਵੀ ਗੁਰੂ ਨਾਨਕ ਸਾਹਿਬ ਜਿੱਥੇ ਵੀ ਜਾਂਦੇ ਹੋਣਗੇ ਉਹ ਹਰੇਕ ਥਾਂ 'ਤੇ ਗੁਰਬਾਣੀ ਦੇ ਰੂਪ ਦੇ ਵਿੱਚ ਹੀ ਜਨਤਾ ਨੂੰ ਸਮਝਾਉਂਦੇ ਹੋਣਗੇ? ਇਹ ਤਾਂ ਪੋਸੀਬਲ ਨਹੀਂ ਨਾ ਹੈਗਾ। ਉਹ ਤਾਂ ਕਦੇ ਕਦੇ ਧੁਰਕੀ ਬਾਣੀ ਆਉਂਦੀ ਸੀ, ਫਿਰ ਉਹ ਨੋਟ ਕਰਦੇ ਸੀ, ਪਰ ਨੋਰਮਲ ਜਨਤਾ ਨੂੰ ਤਾਂ ਗੱਲਾਂ ਨਾਲ ਹੀ ਸਮਝਾਉਂਦੇ ਹੋਣੇ। ਉਹ ਸਮਝ ਕਿਵੇਂ ਆਊਗਾ ਜਨਤਾ? ਇੰਨੇ ਫੋਲੋਅਰ ਕਿਵੇਂ ਬਣ ਗਏ, ਹਰ ਥਾਂ 'ਤੇ ਚੱਲ ਗਏ ਉਹ? ਇੱਕ ਇੰਨੇ ਛੋਟੇ ਜਿਹੇ ਸੈਗਮੈਂਟ ਤੋਂ ਸ਼ੁਰੂ ਹੋਇਆ, ਅੱਜ ਵੀ ਧਰਮ ਇਹ ਚੱਲ ਰਿਹਾ ਹੈਗਾ, ਲੋਕ ਅੱਜ ਵੀ ਇਹਦੇ ਪ੍ਰਿੰਸੀਪਲਸ ਨੂੰ ਫੋਲੋ ਕਰ ਰਹੇ ਆ, ਭਾਵੇਂ ਸੰਖਿਆ ਘੱਟ ਆ 2% ਦੇ ਆਸ, ਬਟ ਲੋਕ ਤਾਂ ਅੱਜ ਵੀ 500 ਸਾਲ ਬਾਅਦ ਯੂਜ ਕਰ ਰਹੇ ਕਿ ਨਹੀਂ ਕਰ ਰਹੇ। ਇਹਦਾ ਮਤਲਬ ਕੁਛ ਸਿਧਾਂਤਾਂ ਦੇ ਵਿੱਚ, ਕੋਈ ਵੀ ਲੈ ਲਓ ਤੁਸੀਂ, ਮਹਾਤਮਾ ਬੁੱਧ ਨੂੰ ਲੈ ਲਓ, ਇੰਨੇ ਸਾਲ ਪਹਿਲਾਂ ਉਹਨਾਂ ਨੇ ਇਹ ਚੀਜ਼ਾਂ ਸ਼ੁਰੂ ਕੀਤੀਆਂ। ਅੱਜ ਵੀ ਚਲੋ ਹਿੰਦੁਸਤਾਨ ਦੇ ਵਿੱਚ ਕਾਫੀ ਹੱਦ ਤੱਕ ਬੁੱਧ ਧਰਮ ਖਤਮ ਹੋ ਗਿਆ, ਬਟ ਬਾਹਰ ਤਾਂ ਬੜਾ ਫੈਲ ਗਿਆ, ਸਾਊਥ ਈਸਟ ਏਸ਼ੀਅਨ ਕੰਟਰੀ ਜਿਹੜੀਆਂ ਨੇ ਬਥੇਰੇ ਨੇ, ਅੱਜ ਵੀ ਮੰਨਦੇ ਨੇ, ਕਈ ਤਾਂ ਕੰਪਲੀਟ ਹੀ ਬੌਧੀ ਕੰਟਰੀ ਨੇ। ਇਹਦਾ ਮਤਲਬ ਕੀ ਹੈਗਾ ਵੀ ਜੇ ਤੁਸੀਂ ਆਮ ਲੋਕਾਂ ਦੀ ਭਾਸ਼ਾ 'ਚ ਨਹੀਂ ਦੱਸੋਗੇ ਨਾ, ਫਿਰ ਨਹੀਂ ਸਮਝਣਾ ਕਿਸੇ ਨੇ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਮ ਪਬਲਿਕ ਦੀ, ਬਟ ਫਿਰ ਤੁਸੀਂ ਨਹੀਂ ਮੰਨਦੇ, ਫਿਰ ਪਾਲੀ ਨਿਯਮਾਂ 'ਚ ਕਰੜਾ ਕੈਦ ਕਰ, ਫਿਰ ਪ੍ਰਾਕਿਰਤਾਂ ਨੂੰ ਕਰੜਾ ਕਰ ਦਿੱਤਾ ਗਿਆ, ਫਿਰ ਅੱਗੇ ਚੱਲ ਕੇ ਅਪਭ੍ਰੰਸ਼ਾਂ। ਅਪਭ੍ਰੰਸ਼ ਦਾ ਮਤਲਬ ਹੁੰਦਾ ਜਿਹੜੀ ਵਿਗੜੇ ਰਾਹ 'ਤੇ ਚੱਲ ਰਹੀ ਹੋਵੇ, ਜਿਹਦਾ ਰਾਹ ਭਟਕ ਗਈ ਹੋਵੇ, ਭਟਕੀ ਹੋਈ ਭਾਸ਼ਾ ਵੀ ਕਹਿੰਦੇ ਹੁਣ, ਭਟਕ ਗਈ ਭਾਸ਼ਾ। ਇਹ ਕੌਣ ਕਹਿੰਦਾ ਜਿਹੜਾ ਜਿਹਨੂੰ ਲੱਗਦਾ ਵੀ ਇਹ ਤਾਂ ਨਿਯਮਾਂ ਨੂੰ ਪਾਲਣ ਨਹੀਂ ਕਰ ਰਹੀ, ਰੂਲਸ ਨੂੰ ਹੀ ਫੋਲੋ ਨਹੀਂ ਕਰ ਰਹੇ? ਜਿਵੇਂ ਆਪਾਂ ਜਨਤਾ ਨੂੰ ਕਹਿੰਦੇ ਹਾਂ, ਕੁੜੀ ਹੋਵੇ ਮੁੰਡਾ ਹੋਵੇ, ਕੋਈ ਵੀ ਘਰਦਿਆਂ ਦੇ ਅਗੇਂਸਟ ਜਾ ਕੇ ਮੈਰਿਜ ਕਰ ਲਈ, ਵਿਗੜਿਆ ਹੋਇਆ ਬੰਦਾ, ਇਹ ਤਾਂ ਸੰਸਕ੍ਰਿਤੀ ਨੂੰ ਹੀ ਨਹੀਂ ਮੰਨ ਰਹੀ, ਕਲਚਰ ਹੀ ਛੱਡ ਗਈ ਆਪਣਾ, ਬੱਠਾ ਬਾਤ ਆ ਇਹਨੇ, ਸਿਸਟਮ ਦੇ ਅਕੋਰਡਿੰਗ ਨਹੀਂ ਚੱਲੀ, ਜੋ ਸਮਾਜ ਕਹਿੰਦਾ ਉਹਦੇ ਅਕੋਰਡਿੰਗ ਚੱਲੋ। ਸਮਾਜ ਨੇ ਆਪਣੀਆਂ ਆਪਣੇ ਨਿਯਮਸ ਬਣਾਏ ਹੋਏ ਆ, ਉਹ ਨਿਯਮ ਸਹੀ ਨੇ ਕਿ ਗਲਤ ਨੇ ਇਹ ਨਹੀਂ ਪਤਾ ਸਮਾਜ ਨੂੰ, ਬਟ ਸਮਾਜ ਨੇ ਤਾਂ ਬਣਾਏ ਹੋਏ ਆ। ਪੂਰਾ ਐਥੀਕਲ ਜਿਹੜਾ ਸਿਲੇਬਸ ਹੈਗਾ UPSC ਦਾ, ਉਹਦੇ ਵਿੱਚ ਆਪਾਂ ਇਹ ਸਭ ਡਿਸਕਸ ਕਰਦੇ ਹੁੰਦੇ ਹਾਂ। ਸਮਾਜ ਨੇ ਕੁਛ ਨਿਯਮ ਬਣਾ ਤੇ ਵੀ ਇਹ ਹੀ ਨਹੀਂ ਕਰਨਾ, ਤੁਸੀਂ ਅਗੇਂਸਟ ਕਾਸਟ ਜਾਣਾ ਹੀ ਨਹੀਂ ਹੈਗਾ, ਤੁਸੀਂ ਧਰਮ ਦੇ ਅਗੇਂਸਟ ਜਾਣਾ ਹੀ ਨਹੀਂ ਹੈਗਾ, ਭਾਵੇਂ ਕੋਈ ਮਰ ਰਿਹਾ ਹੋਵੇ, ਭਾਵੇਂ ਕੋਈ ਕੁਛ ਵੀ ਕਰ ਰਿਹਾ ਹੋਵੇ, ਤੁਸੀਂ ਨਹੀਂ ਛੱਡਣਾ, ਸਮਾਜ ਦੇ ਨਿਯਮ ਨੇ। ਅਤੇ ਜਦੋਂ ਤੁਸੀਂ ਸਮਾਜ ਦੇ ਅਕੋਰਡਿੰਗ ਨਹੀਂ ਚੱਲੋਗੇ, ਸਮਾਜ ਕੀ ਕਰੇਗਾ? ਪਨਿਸ਼ ਕਰੇਗਾ ਤੁਹਾਨੂੰ, ਓਨਰ ਕਿਲਿੰਗ। ਕੀ ਤੁਸੀਂ ਸਮਾਜ ਦੇ ਅਕੋਰਡਿੰਗ ਵਿਆਹ ਨਹੀਂ ਕਰਾਇਆ, ਮਾਰਤਾ ਅਗਲਿਆਂ ਨੇ, ਸਮਾਜ ਕੇ ਤਾਂ ਮੇਰੇ ਅਕੋਰਡਿੰਗ ਚੱਲਣਾ ਪੈਣਾ, ਖਾ ਪੰਚਾਇਤਾਂ। ਉੱਦਾਂ ਹੀ ਜਿਹੜੇ ਸਾਹਿਤਕਾਰ ਜਿਹੜੇ ਵਿਆਕਰਣ ਲਿਖਦੇ ਨੇ ਜਾਂ ਇੱਕਦਮ ਕਿਸੇ ਵੀ ਭਾਸ਼ਾ ਨੂੰ ਨਾ ਜਟਿਲ ਰੂਪ ਦੇ ਵਿੱਚ ਕਰਦੇ ਨੇ, ਕੈਦ ਕਰ ਦਿੰਦੇ,
ਫਿਰ ਉਹ ਉਹਨਾਂ ਤੋਂ ਇਲਾਵਾ ਜਿਹੜੀ ਭਾਸ਼ਾ ਯੂਜ ਹੁੰਦੀ ਉਹ ਕਹਿੰਦੇ ਆ ਮੂਰਖਾਂ ਦੀ ਭਾਸ਼ਾ, ਵਿਗੜੀ ਹੋਈ ਭਾਸ਼ਾ, ਇਹ ਤਾਂ ਨਿਯਮ ਹੀ ਨਹੀਂ ਫੋਲੋ ਕਰਦੀ, ਰੂਲਸ ਨੂੰ ਹੀ ਨਹੀਂ ਮੰਨਦੀ। ਜਿਹੜੀ ਭਾਸ਼ਾ ਰੂਲਸ ਨੂੰ ਫੋਲੋ ਨਾ ਕਰੇ ਉਹਨੂੰ ਕਿਹੜੀ ਭਾਸ਼ਾ ਕਹਾਂਗੇ ਆਪਾਂ? ਫਿਰ ਗੱਲਾਂ ਲੋਕ ਇੱਦਾਂ ਕਰਦੇ, ਸਮਝ ਲਓ ਮੇਰੀ ਗੱਲ। ਇੱਦਾਂ ਭਾਸ਼ਾ ਦਾ ਰੂਪ ਜਿਹੜਾ ਆਪਣੇ ਆਪ ਦੇ ਵਿੱਚ ਚੇਂਜ ਹੁੰਦਾ ਰਹਿੰਦਾ, ਹਮੇਸ਼ਾ ਸੇਮ ਨਹੀਂ ਰਹਿੰਦਾ। ਅੱਜ ਵੀ ਤੁਸੀਂ ਦੇਖੋਗੇ 10-15 ਕੋਹ 'ਤੇ ਭਾਸ਼ਾ ਜਿਹੜੀ ਹੈਗੀ ਹੈ ਚੇਂਜ ਹੋ ਜਾਂਦੀ ਹੈ। ਇੱਥੇ ਕੋਈ ਹੋਰ ਕੁਛ ਬੋਲਦੇ ਆ, 15 ਕਿਲੋਮੀਟਰ ਕੁਛ ਹੋਰ ਹੀ ਲੈਂਗੁਏਜ ਬੋਲਦੇ ਹੋਣੇ, 15 ਕਿਲੋਮੀਟਰ ਹੋਰ ਹੀ ਕੋਈ ਲੈਂਗੁਏਜ ਬਦਲਦੀ ਬਦਲਦੀ ਬਦਲਦੀ, 200 ਕਿਲੋਮੀਟਰ 300 ਕਿਲੋਮੀਟਰ ਕੁਛ ਹੋਰ ਹੀ ਲੈਂਗੁਏਜ ਬੋਲੀ ਜਾਂਦੀ ਹੋਣੀ। ਹੁਣ ਇਹਦਾ ਮਤਲਬ ਇਹ ਨਹੀਂ ਪੂਰੀ ਭਾਸ਼ਾ ਉਪਭਾਸ਼ਾ, ਭਾਸ਼ਾ ਦਾ ਹੀ ਜਿਹੜਾ ਦੂਜਾ ਰੂਪ ਆ, ਇੱਕ ਭਾਸ਼ਾ ਉਹਦਾ ਦੂਜਾ ਰੂਪ ਸਥਾਨਕ ਰੂਪ, ਮਤਲਬ ਉਹਦੇ ਵਿੱਚ ਗੁਣ ਤਾਂ ਭਾਸ਼ਾ ਵਾਲੇ ਹਲੇ ਵੀ ਹੈਗੇ ਨੇ, ਬਟ ਕੀ ਆ ਕੁਛ ਕੁਛ ਚੇਂਜ ਵੀ ਹੈਗਾ, ਕੁਛ ਸਥਾਨਕ ਰੰਗਣ ਵੀ ਹੈਗੀ ਆ। ਠੀਕ ਹੈ ਜੀ, ਚਲੋ ਲਿਖਣਾ ਸ਼ੁਰੂ ਕਰਦੇ ਹਾਂ, ਲਿਖਣਾ ਸ਼ੁਰੂ ਕਰੋ। ਕਿਸੇ ਵੀ ਭਾਸ਼ਾ ਦਾ ਸਰੂਪ ਉਸਦਾ ਆਖਰੀ ਹੈਡਿੰਗ ਲਿਖੋ ਨਾ ਪੇਪਰ 1, ਇਹਦੇ ਵਿੱਚ ਲਿਖੋ ਪੰਜਾਬੀ ਭਾਸ਼ਾ ਦਾ ਨਿਕਾਸ, ਪੰਜਾਬੀ ਭਾਸ਼ਾ ਦਾ ਨਿਕਾਸ। ਪੰਜਾਬੀ ਭਾਸ਼ਾ ਦਾ ਨਿਕਾਸ ਠੀਕ ਹੈ ਜੀ, ਚਲੋ ਜੀ। ਕਿਸੇ ਵੀ ਭਾਸ਼ਾ ਦਾ ਸਰੂਪ, ਕਿਸੇ ਵੀ ਭਾਸ਼ਾ ਦਾ ਸਰੂਪ ਉਸਦਾ ਆਖਰੀ ਤੇ ਪ੍ਰਮਾਣਿਕ ਨਹੀਂ ਹੁੰਦਾ, ਕਿਸੇ ਵੀ ਭਾਸ਼ਾ ਦਾ ਸਰੂਪ ਉਸਦਾ ਆਖਰੀ ਤੇ ਪ੍ਰਮਾਣਿਕ ਨਹੀਂ ਹੁੰਦਾ, ਉਸ ਵਿੱਚ ਲਗਾਤਾਰ ਚੱਲਦੀ ਹਵਾ ਵਾਂਗ, ਉਸ ਵਿੱਚ ਲਗਾਤਾਰ ਚੱਲਦੀ ਹਵਾ ਵਾਂਗ ਚਲਾਏ ਮਾਨਤਾ, ਚਲਾਏ ਮਾਨਤਾ ਦਾ ਗੁਣ ਮੌਜੂਦ ਹੁੰਦਾ ਹੈ। ਉਸ ਵਿੱਚ ਲਗਾਤਾਰ ਚੱਲਦੀ ਹਵਾ ਵਾਂਗ ਚਲਾਏ ਮਾਨਤਾ ਦਾ ਗੁਣ ਮੌਜੂਦ ਹੁੰਦਾ ਹੈ। ਭਾਸ਼ਾ ਮਨੁੱਖ ਦੀ, ਭਾਸ਼ਾ ਮਨੁੱਖ ਦੀ ਸ਼ਖਸੀਅਤ, ਭਾਸ਼ਾ ਮਨੁੱਖ ਦੀ ਸ਼ਖਸੀਅਤ ਦਾ ਮੂੰਹ ਬੋਲਦਾ ਸ਼ੀਸ਼ਾ ਹੈ, ਭਾਸ਼ਾ ਮਨੁੱਖ ਦੀ ਸ਼ਖਸੀਅਤ ਦਾ। ਗੁੱਡ ਆਫਟਰਨੂਨ ਅਰਸ਼ਦੀਪ, ਕਾਫੀ ਲੇਟ ਜੁਆਇਨ ਕੀਤੇ ਹੋ ਤੁਸੀਂ, 2:30 ਵਜੇ ਦਾ ਟਾਈਮਿੰਗ ਹੈ ਬੱਚੇ। ਯਾ ਅਰਸ਼ਦੀਪ ਚੰਡੀਗੜ੍ਹ ਤੋਂ ਫਿਰ ਤੋਂ ਜੁਆਇਨ ਕੀਤਾ ਇਹਨਾਂ ਨੇ, ਬਹੁਤ ਸੋਹਣਾ ਆਂਸਰ ਲਿਖਦੇ ਸੀ, ਤੁਹਾਨੂੰ ਪਤਾ ਹੀ ਹੈ ਕਈ ਵਾਰੀ ਮੈਂ ਕਲਾਸ 'ਚ ਤਾਰੀਫ ਕੀਤੀ ਹੈ। ਅਤੇ ਇੱਦਾਂ ਦਾ ਬੱਚਾ ਦੁਬਾਰਾ ਜੁਆਇਨ ਕਰਦਾ, ਰੀਜੁਆਇਨ ਕਰਦਾ ਕਿਸੇ ਚੀਜ਼ ਨੂੰ ਲੈ ਕੇ ਤਾਂ ਅੱਛਾ, ਠੀਕ ਹੈ ਠੀਕ ਹੈ। ਅਰਸ਼ ਲਿਖੋ, ਭਾਸ਼ਾ ਮਨੁੱਖ ਦੀ ਸ਼ਖਸੀਅਤ ਦਾ। ਅਰਸ਼ਦੀਪ ਜਿਹੜਾ ਥੋੜ੍ਹੀ ਦੇਰ ਪਹਿਲਾਂ ਦਾ ਜਿਹੜਾ ਕੰਟੈਂਟ ਹੈ ਦੁਬਾਰਾ ਰਿਕਾਰਡਡ ਫੋਰਮ 'ਚ ਦੇਖ ਲਿਓ ਵੀ, ਠੀਕ ਹੈ। ਲਿਖਵਾਉਣਾ ਤਾਂ ਹੁਣੇ ਸ਼ੁਰੂ ਕੀਤਾ, ਬਟ ਤੁਸੀਂ ਜਿਹੜਾ ਹੈਗਾ ਹੁਣ ਕਦੋਂ ਦਾ ਮੈਂ ਲੱਗਿਆ 1.5 ਘੰਟੇ ਦਾ, ਉਹਨੂੰ ਦੇਖ ਲਿਓ, ਹੈਲਪ ਮਿਲੂਗੀ, ਹੈ ਨਾ। ਚਲੋ, ਸ਼ਖਸੀਅਤ ਦਾ ਮੂੰਹ ਬੋਲਦਾ ਸ਼ੀਸ਼ਾ ਹੈ, ਲਿਖ ਲਿਆ। ਚਲੋ ਜੀ, ਪੈਰਾਗ੍ਰਾਫ ਚੇਂਜ ਕਰਕੇ ਲਿਖੋ। ਡਾਕਟਰ ਹਾਕੇਟ ਅਨੁਸਾਰ, ਡਾਕਟਰ ਹਾਕੇਟ ਅਨੁਸਾਰ
ਜਿਵੇਂ ਸਿੱਕਿਆਂ ਦਾ ਰੂਪ, ਜਿਵੇਂ ਸਿੱਕਿਆਂ ਦਾ ਰੂਪ ਪੁਰਾਤਨ ਸਮੇਂ ਤੋਂ ਬਦਲਦਾ ਆ ਰਿਹਾ ਹੈ, ਜਿਵੇਂ ਸਿੱਕਿਆਂ ਦਾ ਰੂਪ ਪੁਰਾਤਨ ਸਮੇਂ ਤੋਂ ਬਦਲਦਾ ਆ ਰਿਹਾ ਹੈ ਅਤੇ ਸਿੱਕੇ ਦੀ ਲਗਾਤਾਰ ਵਰਤੋਂ ਨਾਲ ਉਹ ਘਸ ਜਾਂਦੇ ਹਨ ਅਤੇ ਉਹਨਾਂ ਦੀ ਥਾਂ ਨਵੇਂ ਸਿੱਕੇ ਆ ਜਾਂਦੇ ਹਨ ਜਿਵੇਂ ਆਨੇ ਟਕੇ ਰੁਪਏ ਇਤਿਆਦਿ। ਉਸੇ ਤਰ੍ਹਾਂ ਸ਼ਬਦ ਵੀ ਆਪਣਾ ਸਰੂਪ ਬਦਲ ਲੈਂਦੇ ਹਨ ਭਾਰਤੀ ਆਰੀਆਈ ਭਾਸ਼ਾਵਾਂ ਦੀ ਜਨਨੀ ਦਿਖ ਰਿਹਾ ਵੀ ਜਾਂ ਉੱਪਰ ਲਿਖਾਂ? ਆਰਿਆਈ ਭਾਸ਼ਾਵਾਂ ਦੀ ਤੈਨੂੰ ਤਾਂ ਸੁਖਮਣ ਕਿੱਥੋਂ ਵੀ ਦਿਖ ਜਾਣਾ, ਤੂੰ ਥੱਲੇ ਵੀ ਬੈਠਾ ਹੋਵੇ ਨਾ ਤਾਂ ਵੀ ਦਿਖ ਜਾਣਾ ਤੈਨੂੰ, ਤੂੰ ਟੈਨਸ਼ਨ ਨਾ ਲੈ, ਤੇਰੇ 'ਤੇ ਰੱਬ ਨੇ ਬਹੁਤ ਮਿਹਰ ਕੀਤੀ ਹੈ, 3-4 ਬੰਦਿਆਂ ਦੀ ਹਾਈਟ ਤੈਨੂੰ ਇਕੱਲੇ ਨੂੰ ਦੇ ਦਿੱਤੀ ਹੈ ਉਹਨਾਂ ਨੇ। ਬੇਸਮੈਂਟ 'ਚ ਆਉਣ 'ਚ ਪ੍ਰੋਬਲਮ ਤਾਂ ਨਹੀਂ ਹੁੰਦੀ ਤੈਨੂੰ? ਨਹੀਂ ਜਨਨੀ ਸੰਸਕ੍ਰਿਤ ਨੂੰ ਮੰਨਿਆ ਗਿਆ ਹੈ ਕੌਮਾ ਉਸੇ ਤਰ੍ਹਾਂ ਪੰਜਾਬੀ ਦਾ ਮੂਲ ਵੀ ਸੰਸਕ੍ਰਿਤ ਹੀ ਹੈ ਪੈਰਾਗ੍ਰਾਫ ਚੇਂਜ ਕਰੂੰਗੇ। ਪ੍ਰਾਚੀਨ ਹਿੰਦ ਆਰੀਆਈ ਭਾਸ਼ਾ ਕਾਲ ਵਿੱਚ ਦੇਖ ਕੇ ਲਿਖਿਓ ਬਈ, ਆਰੀਆਈ ਭਾਸ਼ਾ ਕਾਲ ਵਿੱਚ ਵੈਦਿਕ ਅਤੇ ਕਲਾਸੀਕਲ ਸੰਸਕ੍ਰਿਤ ਹੋਂਦ ਵਿੱਚ ਆਉਂਦੀਆਂ ਹਨ ਵੇਦਾਂ ਦੀ ਸਿਰਜਣਾ ਕਾਰਨ ਇੱਕਦਮ ਸਪੈਸੀਫਿਕ ਚੀਜ਼ਾਂ ਲਿਖਾਂਗੇ ਵੇਦਾਂ ਦੀ ਸਿਰਜਣਾ ਕਾਰਨ ਇਸ ਭਾਸ਼ਾ ਨੂੰ ਵੈਦਿਕ ਭਾਸ਼ਾ ਦਾ ਨਾਂ ਦਿੱਤਾ ਗਿਆ ਥੱਲੇ ਲਿਖੋ ਡਾਕਟਰ ਮੋਹਨ ਸਿੰਘ ਅਨੁਸਾਰ, ਇਨਵਰਟਡ ਕੌਮਾਂ 'ਚ ਲਿਖਣਾ ਪਿਆ ਹੈ ਨਾ, ਪਹਿਲਾਂ ਲਿਖੋ ਡਾਕਟਰ ਮੋਹਨ ਸਿੰਘ, ਇੱਧਰ ਨਾਮ ਲਿਖੋ ਅਤੇ ਫਿਰ ਡੈਸ਼ ਦੇ ਕੇ ਇਨਵਰਟਡ ਕੌਮਾਂ 'ਚ ਲਿਖੋ। ਡਾਕਟਰ ਮੋਹਨ ਸਿੰਘ ਅਨੁਸਾਰ
ਇਨਵਰਟਡ ਕੋਮਾ 'ਚ ਲਿਖੋ, ਪੰਜਾਬੀ ਇੱਕ ਸੰਸਕ੍ਰਿਤ ਜਾਈ ਬੋਲੀ, ਪੰਜਾਬੀ ਇੱਕ ਸੰਸਕ੍ਰਿਤ ਜਾਈ ਮਤਲਬ ਇਸ ਤੋਂ ਪੈਦਾ ਹੋਈ, ਪੰਜਾਬੀ ਇੱਕ ਸੰਸਕ੍ਰਿਤ ਜਾਈ ਬੋਲੀ ਹੈ ਅਤੇ ਵਰਨ ਸੁਵੰਨੇ ਸੱਭਿਆਚਾਰ ਦਾ ਪ੍ਰਤੀਕ ਹੈ, ਅਤੇ ਵਰਨ ਸੁਵੰਨੇ ਸੱਭਿਆਚਾਰ ਦਾ ਪ੍ਰਤੀਕ ਹੈ। ਇਨਵਰਟਡ ਕੋਮਾ ਬੰਦ। ਇੱਕ ਨਾ ਵਿੱਚ ਜੇ ਗੋਲ ਜਿਹਾ ਬਣਾ ਕੇ ਸਰਕਲ ਬਣਾ ਕੇ ਉਹਦੇ ਵਿੱਚ ਲਿਖੋ ਪੰਜਾਬੀ ਦੇ ਨਿਕਾਸ ਦੇ ਚਾਰ ਮੁੱਖ ਪੜਾਅ, ਪੰਜਾਬੀ ਦੇ ਨਿਕਾਸ ਦੇ ਚਾਰ ਮੁੱਖ ਪੜਾਅ। ਇੱਦਾਂ ਇੱਥੇ ਲਿਖਿਓ ਠੀਕ ਹੈ, ਹੁਣ ਇੱਦਾਂ ਥੱਲੇ ਕਰਕੇ ਨਾ ਚਾਰ ਬਣਾ ਲਓ, ਇੱਕ ਦੋ ਤਿੰਨ, ਬਸ ਨਾਮ ਨਾਮ ਲਿਖਣੇ ਆ। ਪਹਿਲੇ 'ਚ ਲਿਖੋ ਸੰਸਕ੍ਰਿਤ, ਇੱਦਾਂ ਲਿਖੋ ਸੰਸਕ੍ਰਿਤ, ਇਹ ਥੱਲੇ ਲਿਖ ਲਓ, ਇੱਕ ਵੈਦਿਕ ਲਿਖੋ ਇੱਕ ਕਲਾਸੀਕਲ ਲਿਖੋ, ਠੀਕ ਹੈ। ਥੱਲੇ ਲਿਖੋ 1500 BC ਤੋਂ ਲੈ ਕੇ 1500 BC ਤੋਂ ਲੈ ਕੇ 500 BC, BC ਸਮਝਦੇ ਹੋ ਬਿਫੋਰ ਕ੍ਰਾਈਸਟ। ਦੂਸਰਾ ਲਿਖੋ ਇੱਥੇ ਸੰਸਕ੍ਰਿਤ ਤੋਂ ਬਾਅਦ ਇੱਧਰ ਲਿਖੋ ਪਾਲੀ ਭਾਸ਼ਾ, ਦੂਜੇ ਨੰਬਰ 'ਤੇ ਇੱਥੇ ਲਿਖੋ ਪਾਲੀ, ਪਾਲੀ ਭਾਸ਼ਾ, ਅਤੇ ਉਹਦੇ ਥੱਲੇ ਟਾਈਮ ਲਿਖੋ 500 BC ਤੋਂ 100 EC 100 AC, ਈਸੀ ਕਹਿ ਰਿਹਾ, 500 BC ਤੋਂ 100 AC, ਏਡੀ, ਆਫਟਰ ਕ੍ਰਿਸਟ ਵੀ ਕਹਿੰਦੇ ਇਹਨੂੰ, ਏਡੀ ਵੀ ਕਹਿੰਦੇ AC ਵੀ ਕਹਿੰਦੇ, ਕੋਈ ਦਿੱਕਤ ਨਹੀਂ। ਫਿਰ ਤੀਸਰਾ ਲਿਖੋ ਪ੍ਰਾਕਿਰਤਾਂ, ਇਹਦੇ ਵਿੱਚ ਲਿਖੋ ਇੱਕ, ਹੁਣ 100 ਤੋਂ ਡੈਸ਼ ਦੇ ਕੇ ਲਿਖੋ 500 AC, ਇਸ ਵੀ ਲਿਖ ਲਓ, 100 ਤੱਕ ਤਾਂ ਇਹੀ ਹੋ ਗਿਆ, 100 ਤੋਂ 500। ਫਿਰ ਲਾਸਟ ਅੱਗੇ ਲਿਖੋ ਅਪਭ੍ਰੰਸ਼, ਲਾਸਟ ਚੌਥੇ ਨੰਬਰ 'ਤੇ ਅਪਭ੍ਰੰਸ਼, 500 ਤੋਂ 1000 AD ਆਏ ਸੀ, ਜੋ ਵੀ ਲਿਖਣਾ ਚਾਹੋ, 500 ਤੋਂ 1000 AC, ਠੀਕ ਹੈ ਜੀ। ਇਹ ਚਾਰ ਟਾਈਮ, ਟਾਈਮ ਸਮਝ ਆ ਗਿਆ ਕਦੋਂ ਤੋਂ ਕਦੋਂ ਆ, ਪੰਦਰਾਂ ਸੌ ਬੀਸੀ ਤੋਂ ਲੈ ਕੇ, ਮਤਲਬ ਤੁਹਾਨੂੰ ਪਤਾ ਹੀ ਆ ਵੈਦਿਕ ਕਾਲ ਦਾ ਟਾਈਮ ਪੀਰੀਅਡ, ਪਤਾ ਹੈ ਨਾ, ਇੰਡਸ ਵੈਲੀ ਸਿਵਲਾਈਜੇਸ਼ਨ ਖਤਮ ਹੁੰਦੀ ਹੈ ਫਿਰ ਵੈਦਿਕ ਕਾਲ ਸ਼ੁਰੂ ਹੁੰਦਾ। ਵੈਦਿਕ ਕਾਲ ਦੇ ਦੋ ਰੂਪ ਨੇ, ਪੂਰਵ ਵੈਦਿਕ ਕਾਲ, ਉੱਤਰ ਵੈਦਿਕ ਕਾਲ, ਦੋਨਾਂ ਨੂੰ ਮਿਲਾ ਕੇ ਟਾਈਮ ਆਇਆ 1000 ਦੇ ਆਸ ਪਾਸ ਚੱਲਿਆ ਸੀ। ਜੇ ਉਹਦੇ ਵਿੱਚ ਵੀ ਦੇਖਦੇ ਹੁੰਦੇ ਤਾਂ 1500 ਤੋਂ 1000 ਤੱਕ ਚੱਲਦਾ ਹੁੰਦਾ ਕਿਹੜਾ, ਪੂਰਵ ਵੈਦਿਕ ਕਾਲ, 1000 ਤੋਂ 500 ਵੱਲ ਚੱਲਦਾ ਉੱਤਰ ਵੈਦਿਕ ਕਾਲ,
ਠੀਕ ਹੈ, ਅਤੇ 500 ਦੇ ਆਸ ਪਾਸ ਜਾ ਕੇ ਫਿਰ ਤੁਹਾਨੂੰ ਇਹ ਦਿਖਦੀ ਹੈਗੀ ਪਾਲੀ ਭਾਸ਼ਾ, ਇਹ ਮਹਾਤਮਾ ਬੁੱਧ ਦਾ ਹੀ ਟਾਈਮ ਤੁਹਾਨੂੰ ਦਿਖਦਾ। ਠੀਕ ਹੈ ਜੀ, ਥੱਲੇ ਲਿਖੋ ਵੈਦਿਕ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ, ਹੈਡਿੰਗ ਵੈਦਿਕ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ। ਵੈਦਿਕ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਇਹਦੇ ਵਿੱਚ ਪੁਆਇੰਟ ਵਾਈਜ਼ ਲਿਖੋਗੇ। ਪਹਿਲਾ ਪੁਆਇੰਟ, ਇਸ ਵਿੱਚ 52 ਧੁਨੀਆਂ ਹਨ, ਇਸ ਦੇ ਵਿੱਚ 52 ਧੁਨੀਆਂ ਹਨ। ਡੈਸ਼ ਦੇ ਕੇ ਲਿਖੋ 13 ਸਵਰ ਅਤੇ 39 ਵਿਅੰਜਨ। ਸਵਰ ਅਤੇ ਵਿਅੰਜਨ ਬਾਰੇ ਤਾਂ ਪਤਾ ਹੀ ਹੋਣਾ ਤੁਹਾਨੂੰ, ਜਾਣਦੇ ਹੋ ਕਿ ਨਹੀਂ? ਵੋਵਲ ਕੌਨਸੋਨੈਂਟ ਜਾਣਦੇ ਹੋ ਕਿ ਨਹੀਂ? ਏ ਈ ਆਈ ਓ ਯੂ ਪੰਜਾਬੀ ਦੇ ਵਿੱਚ ਵੀ ਹੈਗੇ ਨੇ, ਫਿਰ ਕੱਕਾ ਕੱਕਾ ਤੋਂ ਤੁਹਾਡੇ ਵਿਅੰਜਨ ਸ਼ੁਰੂ ਹੋ ਜਾਣੇ। ਠੀਕ ਹੈ, ਪੰਜਾਬੀ 'ਚ ਆਪਾਂ ਲਿਖਦੇ ਹਾਲੇ ਆਵਾਂਗੇ, ਪਹਿਲਾਂ ਤਾਂ ਤੁਸੀਂ ਇਹਦਾ ਵੈਦਿਕ ਦਾ ਲਿਖ ਰਹੇ ਹੋ ਨਾ ਹਾਲੇ। ਇਹਦੇ ਵਿੱਚ ਕੀ ਨੇ 52 ਧੁਨੀਆਂ ਨੇ, ਇਹਦੇ ਵਿੱਚ 39 ਵਿਅੰਜਨ ਨੇ, 13 ਸਵਰ ਨੇ। ਦੂਜਾ ਪੁਆਇੰਟ ਲਿਖੋ, ਇਸ ਵਿੱਚ 3 ਲਿੰਗਾਂ ਦੀ ਵਰਤੋਂ ਹੁੰਦੀ ਹੈ, ਇਸ ਵਿੱਚ 3 ਲਿੰਗਾਂ ਦੀ ਵਰਤੋਂ ਹੁੰਦੀ ਹੈ। ਡੈਸ਼ ਤੇ ਲਿਖੋ ਪੁਲਿੰਗ ਪੁਲਿੰਗ ਕੌਮਾ ਇਸਤਰੀ ਲਿੰਗ ਇਸਤਰੀ ਲਿੰਗ ਅਤੇ ਤੀਸਰਾ ਨਿਪੁੰਸਕ ਲਿੰਗ ਨਿਪੁੰਸਕ ਲਿੰਗ। ਅਗਲਾ ਪੁਆਇੰਟ, ਵੈਦਿਕ ਭਾਸ਼ਾ ਵਿੱਚ 3 ਵਚਨਾਂ ਦੀ ਵਰਤੋਂ ਹੁੰਦੀ ਹੈ, 3 ਵਚਨਾਂ ਦੀ ਵਰਤੋਂ ਹੁੰਦੀ ਹੈ। ਡੈਸ਼ ਤੇ ਦੇਖੋ ਇੱਕ ਵਚਨ ਕੌਮਾ ਦਿਵਚਨ ਇੱਕ ਵਚਨ ਦਿਵਚਨ ਕੌਮਾ ਬਹੁਵਚਨ ਬਹੁਵਚਨ। ਗ੍ਰਾਮਰ ਵਾਲੀ ਫੀਲਿੰਗ ਆ ਰਹੀ ਹੈ ਕਿ ਨਹੀਂ? ਵੈਦਿਕ ਭਾਸ਼ਾ ਵਿੱਚ, ਅਗਲਾ, ਵੈਦਿਕ ਭਾਸ਼ਾ ਵਿੱਚ 8 ਕਾਰਕ ਹਨ, ਵੈਦਿਕ ਭਾਸ਼ਾ ਵਿੱਚ 8 ਕਾਰਕ ਹਨ, ਜਿਵੇਂ ਕਰਤਾ ਕੌਮਾ ਕਰਮ ਕਰਤਾ ਕੌਮਾ ਕਰਮ ਕੌਮਾ ਕਰਨ ਇਤਿਆਦਿ ਇਤਿਆਦਿ। ਅਗਲਾ, ਕਰਤਾ ਕੌਮਾ ਕਰਨ ਕੌਮਾ ਕਰਨ, ਠੀਕ ਹੈ, ਕਰਮ ਤੇ ਕਰਨ ਇਤਿਆਦਿ। ਫਿਰ ਦੇਖੋ ਵੈਦਿਕ ਭਾਸ਼ਾ ਵਿੱਚ ਸਾਰੇ ਰੂਪਾਂ ਦੀ ਰਚਨਾ, ਵੈਦਿਕ ਭਾਸ਼ਾ ਵਿੱਚ ਸਾਰੇ ਰੂਪਾਂ ਦੀ ਰਚਨਾ ਸੰਯੋਗਾਤਮਕ ਹੁੰਦੀ ਹੈ, ਸਾਰੇ ਰੂਪਾਂ ਦੀ ਰਚਨਾ ਸੰਯੋਗਾਤਮਕ ਹੁੰਦੀ ਹੈ। ਇਸ ਦਾ ਭਾਵ ਹੈ ਕਿ ਅਗੇਤਰ ਅਤੇ ਪਿਛੇਤਰ ਲਾ ਕੇ ਵੱਖ ਵੱਖ ਸ਼ਬਦ ਤਿਆਰ ਕੀਤੇ ਜਾਂਦੇ ਹਨ,
ਅਗੇਤਰ ਅਤੇ ਪਿਛੇਤਰ ਲਾ ਕੇ ਵੱਖ ਵੱਖ ਸ਼ਬਦ ਤਿਆਰ ਕੀਤੇ ਜਾਂਦੇ ਹਨ। ਲਾਸਟ ਪੁਆਇੰਟ ਲਿਖੋ, ਵੈਦਿਕ ਵਿੱਚ ਸਮਾਸਾਂ ਦੀ ਬਹੁਲਤਾ ਹੈ। ਵੈਦਿਕ ਵਿੱਚ ਸਮਾਸਾਂ ਦੀ ਬਹੁਲਤਾ ਹੈ। ਸਮਾਸ ਤਾਂ ਸਮਝਦੇ ਹੋਵੋਗੇ, ਡੈਸ਼ ਦੇ ਕੇ ਜਿਹੜੇ ਵਰਡ ਨਹੀਂ ਬਣਦੇ, ਹੱਥੋ ਹੱਥੀ, ਮੁੱਕੋ ਮੁੱਕੀ, ਦਿਨ ਰਾਤ, ਹੈ ਨਾ। ਪੈਰਾਗ੍ਰਾਫ ਚੇਂਜ ਕਰਕੇ ਦੇਖੋ, ਵੈਦਿਕ ਵਿੱਚ ਬਹੁਤ ਸਾਰਾ ਸਾਹਿਤ ਰਚਿਆ ਗਿਆ। ਵੈਦਿਕ ਵਿੱਚ ਪੁਆਇੰਟ ਨਹੀਂ ਹੈ, ਪੈਰਾਗ੍ਰਾਫ ਚੇਂਜ ਕਰਕੇ ਲਿਖੋ ਤੁਹਾਡੇ। ਵੈਦਿਕ ਵਿੱਚ ਬਹੁਤ ਸਾਰਾ ਸਾਹਿਤ ਰਚਿਆ ਗਿਆ। ਵੇਦਾਂ ਦੀ ਸਿਰਜਣਾ ਪੰਜਾਬ ਦੀ ਧਰਤੀ ਤੇ ਹੋਈ। ਵੇਦਾਂ ਦੀ ਸਿਰਜਣਾ ਪੰਜਾਬ ਦੀ ਧਰਤੀ ਤੇ ਹੋਈ। ਇਸ ਲਈ ਪੰਜਾਬੀ ਭਾਸ਼ਾ ਅਜੇ ਤੱਕ ਵੈਦਿਕ ਸ਼ਬਦਾਵਲੀ ਦੇ ਤਤਸਮ ਰੂਪਾਂ ਨੂੰ ਆਪਣੇ ਵਿੱਚ ਸਮੋਈ ਬੈਠੀ ਹੈ। ਤਤਸਮ ਤੇ ਤਦਭਵ ਸ਼ਬਦ ਦਾ ਪਤਾ ਹੋਣੇ ਤੁਹਾਨੂੰ? ਹਾਂ, ਜਿਹੜੇ ਸੰਸਕ੍ਰਿਤ ਦੇ ਹਾਲੇ ਵੀ ਅਸੀਂ ਯੂਜ਼ ਕਰ ਰਹੇ ਉਹਨਾਂ ਨੂੰ ਤਤਸਮ, ਜਿਹੜੇ ਹੁਣ ਚੇਂਜ ਹੋ ਗਏ, ਬਦਲ ਗਏ ਹਿੰਦੀ ਦੇ ਨਵੇਂ ਰੂਪ ਜਾਂ ਹੋਰ ਕਿਸੇ ਭਾਸ਼ਾ ਦੇ ਪ੍ਰਭਾਵ ਨਾਲ ਚੇਂਜ ਹੋ ਗਏ, ਉਹਨਾਂ ਨੂੰ ਅਸੀਂ ਤਦਭਵ ਸ਼ਬਦ ਕਹਿੰਦੇ ਹਾਂ, ਹੈ ਨਾ। ਥੱਲੇ ਇੱਕ ਲਾਈਨ ਲਿਖੋ, ਛੋਟੀ ਜਿਹੀ ਹੈਡਿੰਗ ਪਾਓ, ਵੈਦਿਕ ਦਾ ਪ੍ਰਭਾਵ। ਬਸ ਇੰਨੀ ਹੈਡਿੰਗ ਪਾਓ ਅਤੇ ਅੱਗੇ ਲਿਖੋ, ਵੈਦਿਕ ਦਾ ਪ੍ਰਭਾਵ। ਹਾਲਾਂਕਿ ਅਸੀਂ ਵੱਖਰਾ ਵੀ ਲਿਖਾਂਗੇ, ਬਟ ਇਹ ਪਹਿਲਾਂ ਇੱਕ ਪੰਜਾਬੀ 'ਤੇ ਪ੍ਰੋਪਰ ਜੇ ਪੁੱਛੇ, ਵੈਦਿਕ ਦਾ ਪ੍ਰਭਾਵ ਪੱਲੇ ਪਾ ਕੇ ਹੈ ਡੈਸ ਤੇ ਲਿਖਿਓ। ਪਹਿਲਾ ਪੁਆਇੰਟ ਲਿਖਿਓ, ਪੰਜਾਬੀ ਦੀਆਂ ਉਪਭਾਸ਼ਾਵਾਂ ਲਹਿੰਦੀ ਅਤੇ ਪੋਠੋਹਾਰੀ ਵਿੱਚ ਸੰਜੋਗਾਤਮਕ ਸ਼ਬਦਾਂ ਦੀ ਬਹੁਲਤਾ ਨੂੰ ਦੇਖਿਆ ਜਾ ਸਕਦਾ ਹੈ। ਦੂਸਰਾ ਪੁਆਇੰਟ, ਦੋਹਰੇ ਸਮਾਸਾਂ ਦੀ ਵਰਤੋਂ ਵੀ ਦੇਖੀ ਜਾ ਸਕਦੀ। ਜਿਵੇਂ ਹੱਥੋ ਹੱਥੀ ਡੈਸ਼ ਦੇ ਕੇ ਲਿਖਿਓ ਵਿੱਚ, ਹੱਥੋ ਹੱਥੀ ਕੌਮਾ ਮੁੱਕੋ ਮੁੱਕੀ ਕੌਮਾ ਗੁੱਤਮ ਗੁੱਤੀ ਕੌਮਾ ਜੁੱਤਮ ਜੁੱਤੀ ਇਤਿਆਦਿ। ਹੱਥੋ ਹੱਥੀ ਕੌਮਾ ਮੁੱਕੋ ਮੁੱਕੀ ਕੌਮਾ ਗੁੱਤਮ ਗੁੱਤੀ ਕੌਮਾ ਜੁੱਤਮ ਜੁੱਤੀ
ਠੀਕ ਹੈ ਜੀ, ਥੱਲੇ ਹੈਡਿੰਗ ਪਾਓ ਕਲਾਸੀਕਲ ਸੰਸਕ੍ਰਿਤ। ਕਲਾਸੀਕਲ ਸੰਸਕ੍ਰਿਤ ਥੱਲੇ ਲਿਖੋ। ਕਲਾਸੀਕਲ ਦਾ ਅਰਥ ਹੈ, ਕਲਾਸੀਕਲ ਦਾ ਅਰਥ ਹੈ ਮਾਂਝੀ ਸਵਾਰੀ ਹੋਈ ਭਾਸ਼ਾ। ਮਾਂਝੀ ਸਵਾਰੀ ਹੋਈ ਭਾਸ਼ਾ। ਵੈਦਿਕ ਸੰਸਕ੍ਰਿਤ ਨੂੰ, ਵੈਦਿਕ ਸੰਸਕ੍ਰਿਤ ਨੂੰ ਦੇਵਤਿਆਂ ਦੀ ਭਾਸ਼ਾ ਸਮਝ ਕੇ, ਵੈਦਿਕ ਸੰਸਕ੍ਰਿਤ ਨੂੰ ਦੇਵਤਿਆਂ ਦੀ ਭਾਸ਼ਾ ਸਮਝ ਕੇ ਵੇਦ ਵਿਆਸ ਕੌਮਾ ਪਾਣੀਨੀ, ਵੇਦ ਵਿਆਸ ਕੌਮਾ ਪਾਣੀ ਨਾਮ ਲਿਖਾਂ। ਠੀਕ ਹੈ, ਵੇਦ ਵਿਆਸ ਕੌਮਾ ਪਾਣੀਨੀ ਆਦਿ ਨੇ, ਆਦਿ ਨੇ ਸੂਤਰਾਤਮਕ ਸ਼ੈਲੀ ਵਿੱਚ, ਸੂਤਰਾਤਮਕ ਸ਼ੈਲੀ ਵਿੱਚ ਨਿਯਮਬੱਧ ਕਰ ਦਿੱਤਾ, ਨਿਯਮਬੱਧ ਕਰ ਦਿੱਤਾ ਇਹ ਸੂਤਰ ਕਾਫੀ ਜਟਿਲ ਹੋ ਗਏ, ਇਹ ਸੂਤਰ ਕਾਫੀ ਜਟਿਲ ਹੋ ਗਏ ਅਤੇ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੋ ਗਏ, ਅਤੇ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੋ ਗਏ। ਪੈਰਾਗ੍ਰਾਫ ਚੇਂਜ ਕਰਕੇ ਲਿਖੋ। ਸੰਸਕ੍ਰਿਤ ਵਿੱਚ, ਸੰਸਕ੍ਰਿਤ ਵਿੱਚ ਵੈਦਿਕ ਭਾਸ਼ਾ ਨਾਲੋਂ, ਸੰਸਕ੍ਰਿਤ ਵਿੱਚ ਵੈਦਿਕ ਭਾਸ਼ਾ ਨਾਲੋਂ ਕਾਫੀ ਅੰਤਰ ਆ ਗਿਆ। ਕਾਫੀ ਅੰਤਰ ਆ ਗਿਆ ਜਿੱਥੇ ਵੈਦਿਕ ਭਾਸ਼ਾ, ਜਿੱਥੇ ਵੈਦਿਕ ਭਾਸ਼ਾ ਬੰਦਸ਼ਾਂ, ਜਿੱਥੇ ਵੈਦਿਕ ਭਾਸ਼ਾ ਬੰਦਸ਼ਾਂ ਤੋਂ ਸੁਤੰਤਰ ਸੀ, ਜਿੱਥੇ ਵੈਦਿਕ ਭਾਸ਼ਾ ਬੰਦਸ਼ਾਂ ਤੋਂ ਸੁਤੰਤਰ ਸੀ ਉੱਥੇ ਕਲਾਸੀਕਲ ਸੰਸਕ੍ਰਿਤ ਨੂੰ, ਕਲਾਸੀਕਲ ਸੰਸਕ੍ਰਿਤ ਨੂੰ ਅਸੂਲਾਂ ਦੀ ਕਰੜੀ ਕੈਦ ਵਿੱਚ, ਅਸੂਲਾਂ ਦੀ ਕਰੜੀ ਕੈਦ ਵਿੱਚ ਜਕੜ ਦਿੱਤਾ ਗਿਆ। ਉੱਥੇ ਕਲਾਸੀਕਲ ਸੰਸਕ੍ਰਿਤ ਨੂੰ ਅਸੂਲਾਂ ਦੀ ਕਰੜੀ ਕੈਦ ਵਿੱਚ ਜਕੜ ਦਿੱਤਾ ਗਿਆ, ਇਸ ਲਈ ਇਹ ਭਾਸ਼ਾ, ਇਸ ਲਈ ਇਹ ਭਾਸ਼ਾ ਕੁਝ ਲੋਕਾਂ ਤੱਕ ਹੀ ਸੀਮਿਤ ਹੋ ਗਈ, ਇਸ ਲਈ ਇਹ ਭਾਸ਼ਾ ਕੁਝ ਲੋਕਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਆ, ਹੋ ਗਈ। ਠੀਕ ਹੈ ਜੀ, ਥੱਲੇ ਹੈਡਿੰਗ ਪਾਓ ਕਲਾਸੀਕਲ ਸੰਸਕ੍ਰਿਤ ਦੀਆਂ ਵਿਸ਼ੇਸ਼ਤਾਵਾਂ।
ਕਲਾਸੀਕਲ ਸੰਸਕ੍ਰਿਤ ਦੀਆਂ ਵਿਸ਼ੇਸ਼ਤਾਵਾਂ। ਪਹਿਲਾ ਪੁਆਇੰਟ, ਕਲਾਸੀਕਲ ਸੰਸਕ੍ਰਿਤ ਕਿਉਂਕਿ ਮਾਂਝੀ ਸਵਾਰੀ ਹੋਈ ਭਾਸ਼ਾ ਸੀ। ਕਲਾਸੀਕਲ ਸੰਸਕ੍ਰਿਤ ਕਿਉਂਕਿ ਮਾਂਝੀ ਸਵਾਰੀ ਹੋਈ ਭਾਸ਼ਾ ਸੀ। ਇਸ ਲਈ ਇਸ ਵਿੱਚ ਸੰਧੀਆਂ ਦੀ ਪਾਬੰਦੀ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ। ਸੰਧੀਆਂ ਦੀ ਪਾਬੰਦੀ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ। ਦੂਸਰਾ ਪਾਣੀ, ਕਲਾਸੀਕਲ ਸੰਸਕ੍ਰਿਤ ਵਿੱਚ ਪੰਡਤਾਊਪੁਣਾ ਵਧੇਰੇ ਸੀ। ਕਲਾਸੀਕਲ ਸੰਸਕ੍ਰਿਤ ਵਿੱਚ ਪੰਡਤਾਊਪੁਣਾ ਵਧੇਰੇ ਸੀ। ਤੀਸਰਾ ਪੁਆਇੰਟ, ਇਸ ਭਾਸ਼ਾ ਦਾ ਉਚਾਰਣ ਵੀ ਕਾਫੀ ਜਟਿਲ ਹੋ ਗਿਆ ਸੀ। ਜਦਕਿ ਵੈਦਿਕ ਭਾਸ਼ਾ ਇੱਕ ਕੁਦਰਤੀ ਭਾਸ਼ਾ ਸੀ ਜਿਸ ਦਾ ਉਚਾਰਣ ਕਾਫੀ ਸਰਲ ਸੀ। ਅਗਲਾ ਪੁਆਇੰਟ, ਕਲਾਸੀਕਲ ਭਾਸ਼ਾ ਵਿੱਚ ਲੰਮੇ ਲੰਮੇ ਸਮਾਸਾਂ ਦੀ ਵਰਤੋਂ ਕੀਤੀ ਜਾਂਦੀ ਸੀ। ਕਲਾਸੀਕਲ ਸੰਸਕ੍ਰਿਤ ਜਾਂ ਭਾਸ਼ਾ ਵਿੱਚ ਲੰਮੇ ਲੰਮੇ ਸਮਾਸਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਕਰਕੇ ਇਹ ਸਾਹਿਤਕ ਭਾਸ਼ਾ ਵਜੋਂ ਵਧੇਰੇ ਪ੍ਰਸਿੱਧ ਹੋਈ। ਵੈਦਿਕ ਦੇ ਕਈ ਸ਼ਬਦ ਹੁਣ ਉੱਡ ਪੁੱਡ ਗਏ ਜਿਵੇਂ ਕਰਕੇ ਲਿਖੋ, ਕਥਿਤੀ, ਇੱਦਾਂ ਲਿਖੋ ਕਥਿਤੀ, ਇਹਦੇ ਸਾਹਮਣੇ ਲਿਖੋ ਇਸਦਾ ਪਹਿਲਾ ਅਰਥ ਬਸਤੀ ਸੀ ਕੌਮਾ ਹੁਣ ਧਰਤੀ ਹੋ ਗਿਆ। ਅੰਡਰਲਾਈਨ ਕਰ ਲਿਓ ਬਸਤੀ ਨੂੰ ਤੇ ਧਰਤੀ ਨੂੰ। ਇਸਦਾ ਪਹਿਲਾ ਮਤਲਬ ਪਹਿਲਾ ਅਰਥ ਇਹਦਾ ਬਸਤੀ ਹੁੰਦਾ ਸੀ, ਕੌਮਾ ਹੁਣ ਧਰਤੀ ਹੋ ਗਿਆ।
ਪਹਿਲਾ ਇਹ ਐਦਾਂ ਪੁਆਇੰਟ ਪਾ ਕੇ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ। ਫਿਰ ਦੂਜਾ ਦੇਖੋ ਵਰਤ, ਉੱਪਰ ਲਿਖਾਂ ਕਤਦੀ ਵਾਲਾ ਹੋ ਗਿਆ ਕਿ ਨਹੀਂ, ਦੇਖੋ ਵਰਤ ਇਹਦੇ ਸਾਹਮਣੇ ਲਿਖੋ। ਇਸਦਾ ਪਹਿਲਾ ਅਰਥ ਪ੍ਰਸ਼ਾਸਨ ਸੀ, ਪ੍ਰਸ਼ਾਸਨ ਸੀ, ਹੁਣ ਹੁਣ ਪ੍ਰਤੀਗਿਆ, ਪ੍ਰਤੀਗਿਆ ਦੇ ਬ੍ਰੈਕਟ ਚ ਲਿਖ ਲਓ ਅੰਨ ਨਾ ਖਾਣਾ, ਹੁਣ ਪ੍ਰਤੀਗਿਆ ਹੋ ਗਿਆ। ਵਰਤ ਨੂੰ ਆਪਾਂ ਵਰਤ ਵਰਤ ਕਹਿਣ ਲੱਗ ਗਏ ਨਾ, ਹੁਣ ਫਾਸਟ ਨਹੀਂ ਹੋ ਗਿਆ, ਹੁਣ ਇਹ ਪਹਿਲਾ ਵਰਤ ਕਿਹਾ ਥਾ ਪ੍ਰਸ਼ਾਸਨ ਕੀ ਇਕਾਈ ਕੋ ਬੁਲਾਇਆ ਤਾ। ਅਗਲਾ ਪੁਆਇੰਟ ਲਿਖੋ, ਹੁਣ ਇਹ ਐਗਜ਼ਾਮਪਲ ਹੋ ਗਿਆ, ਅਗਲਾ ਪੁਆਇੰਟ ਇਹਦੇ ਵਿੱਚ ਹੀ ਲਿਖੋ ਵਿਸ਼ੇਸ਼ਤਾਵਾਂ 'ਚ। ਕਲਾਸੀਕਲ ਸੰਸਕ੍ਰਿਤ ਵਿੱਚ, ਕਲਾਸੀਕਲ ਸੰਸਕ੍ਰਿਤ ਵਿੱਚ ਪਰਦੇਸੀ ਸ਼ਬਦ ਵੀ ਸ਼ਾਮਿਲ ਹੋ ਗਏ, ਪਰਦੇਸੀ ਸ਼ਬਦ ਵੀ ਸ਼ਾਮਿਲ ਹੋ ਗਏ। ਇਹ ਪਰਦੇਸੀ ਸ਼ਬਦ ਇਰਾਨੀ ਕੌਮਾ ਯੂਨਾਨੀ, ਇਹ ਪਰਦੇਸੀ ਸ਼ਬਦ ਇਰਾਨੀ ਕੌਮਾ ਯੂਨਾਨੀ ਕੌਮਾ ਰੋਮਨ ਕੌਮਾ ਅਰਬੀ ਆਦਿ ਦੇ ਸੀ, ਕੌਮਾ ਅਰਬੀ ਇਤਿਆਦ ਦੇ ਸੀ। ਅਗਲਾ, ਕਲਾਸੀਕਲ ਸੰਸਕ੍ਰਿਤ ਵਿੱਚ, ਕਲਾਸੀਕਲ ਸੰਸਕ੍ਰਿਤ ਵਿੱਚ ਧੁਨੀਆਂ ਉਚਾਰਨ ਵਿੱਚ ਵੀ ਅੰਤਰ ਆ ਗਿਆ, ਧੁਨੀਆਂ ਉਚਾਰਨ ਵਿੱਚ ਵੀ ਅੰਤਰ ਆ ਗਿਆ। ਜਿਵੇਂ ਜਿਵੇਂ ਰ ਇੱਦਾਂ ਲਿਖਣਾ, ਰ ਲ ਦੇ ਵਿੱਚ ਤਬਦੀਲ ਹੋ ਗਿਆ, ਥੱਲੇ ਭਾਵੇਂ ਡੰਡਾ ਨਾ ਲਇਓ ਇੱਦਾਂ ਲਿਖਿਓ, ਰ ਲ ਦੇ ਵਿੱਚ ਤਬਦੀਲ ਹੋ ਗਿਆ। ਅਤੇ ਲ ਕੌਮਾ ਲ ਦੀ ਥਾਂ, ਲ ਕੌਮਾ ਲ ਦੀ ਥਾਂ ਦ ਤੇ ਢ ਦਾ ਪ੍ਰਚਲਨ ਸ਼ੁਰੂ ਹੋ ਗਿਆ, ਦ ਤੇ ਢ ਦਾ ਪ੍ਰਚਲਨ ਸ਼ੁਰੂ ਹੋ ਗਿਆ। ਰ ਦੀ ਥਾਂ ਲ ਦਾ ਪ੍ਰਚਾਰਨ ਸ਼ੁਰੂ ਹੋ ਗਿਆ ਜਾਂ ਲ ਵਰਤਿਆ ਗਿਆ। ਦੂਸਰਾ, ਲ ਕੌਮਾ ਲ ਦੀ ਥਾਂ ਦ ਤੇ ਢ ਦਾ ਪ੍ਰਚਾਰਨ ਸਮਝ ਗਏ, ਲਿਖ ਲਿਆ ਕਿ ਨਹੀਂ? ਸ਼ੋਰਟ ਚ ਵੀ ਲਿਖ ਸਕਦੇ ਹੋ ਤੁਸੀਂ, ਰੋ ਦੀ ਥਾਂ ਤੇ ਲੋ ਏਦਾਂ ਡੰਡਾ ਪਾ ਕੇ ਲਿਖ ਦਿਓ, ਇਹਦੀ ਥਾਂ ਤੇ ਏਦਾਂ, ਏਦਾਂ ਵੀ ਲਿਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਪ੍ਰਚਲਨ, ਪ੍ਰਚਲਨ, ਪ੍ਰਚਲਨ ਸ਼ੁਰੂ ਹੋ ਗਿਆ, ਪ੍ਰਚਲਨ ਲਿਖ ਲਓ, ਪ੍ਰਚਲਨ ਸ਼ੁਰੂ ਹੋ ਗਿਆ, ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਹੈ ਜੀ, ਪੈਰਾਗ੍ਰਾਫ ਚੇਂਜ ਕਰਕੇ ਲਿਖੋ। ਕਲਾਸੀਕਲ ਸੰਸਕ੍ਰਿਤ, ਕਲਾਸੀਕਲ ਸੰਸਕ੍ਰਿਤ ਸਾਹਿਤ ਵਿੱਚ ਪ੍ਰਯੁਕਤ ਹੁੰਦੀ ਰਹੀ, ਕਲਾਸੀਕਲ ਸੰਸਕ੍ਰਿਤ ਸਾਹਿਤ ਵਿੱਚ ਪ੍ਰਯੁਕਤ ਹੁੰਦੀ ਰਹੀ। ਲਿਖ ਲਓਗੇ ਪ੍ਰਯੁਕਤ? ਲਿਖਾਂ, ਮੈਨੂੰ ਲੱਗਦਾ ਇਸ ਪੇਪਰ ਦੇ ਵਿੱਚ ਬੋਰਡ ਜ਼ਿਆਦਾ ਯੂਜ ਹੋਣਾ। ਪ੍ਰਯੁਕਤ ਹੁੰਦੀ ਰਹੀ,
ਇਸ ਦੇ ਸਮਾਨਾਂਤਰ, ਇਸ ਦੇ ਸਮਾਨਾਂਤਰ ਲੋਕ ਭਾਸ਼ਾ ਵਿਕਾਸ ਕਰਦੀ ਹੋਈ, ਇਸ ਦੇ ਸਮਾਨਾਂਤਰ ਲੋਕ ਭਾਸ਼ਾ ਵਿਕਾਸ ਕਰਦੀ। ਹੁਣ ਜ਼ਰੂਰੀ ਥੋੜ੍ਹੀ ਜਿਹੀ ਵਿਸ਼ੇਸ਼ਤਾਵਾਂ ਲਿਖੀਆਂ ਨੇ ਕਲਾਸੀਕਲ ਦੀਆਂ, ਤਿੰਨ ਚਾਰ ਵੀ ਤੁਹਾਨੂੰ। ਟੈਨਸ਼ਨ 'ਚ ਤਾਂ ਆਉਣਾ ਹੀ ਨਹੀਂ ਨਾ ਹੈਗਾ, ਟੈਨਸ਼ਨ ਦੂਰ ਰੱਖਣੀ, ਵੈਸੇ ਵੀ ਲੈਂਦੇ ਤੁਸੀਂ ਮੈਨੂੰ ਪਤਾ, ਪਰ ਫਿਰ ਵੀ ਨਹੀਂ ਲੈਣੀ। ਅੱਠ ਦਿੱਤੀਆਂ ਨੇ, ਚਾਰ ਵੀ ਲਿਖ ਦੋਗੇ ਤਾਂ ਵੀ ਖੁਸ਼ ਹੋ ਜਾਣਾ ਉਹਨੇ, ਫਿਰ ਤਾਂ ਹੋ ਜਾਣਾ, ਫਿਰ ਤਾਂ ਕੋਈ ਚੱਕਰ ਨਹੀਂ। ਮੈਂ ਤੁਹਾਨੂੰ ਜਿਸ ਫਾਰਮ ਦੇ ਵਿੱਚ ਲਿਖਾ ਰਿਹਾ ਨਾ, ਤੁਸੀਂ ਸੀਰੀਅਸਲੀ ਇਸ ਪੇਪਰ ਦਾ ਕੰਟੈਂਟ ਚੱਕ ਕੇ ਦੇਖਿਓ, ਤੁਹਾਨੂੰ ਸਮਝ ਆਉਣਾ। ਬਹੁਤ ਡਿਫਿਕਲਟ ਕਈ ਕਿਤਾਬਾਂ ਚੋਂ ਕਰਕੇ ਫਿਰ ਇੱਕਦਮ ਟੂ ਦਾ ਪੁਆਇੰਟ ਜਿਹੜਾ ਹੈਗਾ ਤੁਹਾਨੂੰ ਮਿਲ ਜਾਣਾ ਕੰਟੈਂਟ, ਇਸ ਕਰਕੇ ਬਸ ਤੁਸੀਂ ਸਟ੍ਰੈਸ ਨਹੀਂ ਲੈਣਾ ਹੈ। ਦੇਖੀਏ, ਆਪਕੋ ਚਿੰਤਾ ਬਿਲਕੁਲ ਨਹੀਂ ਕਰਨੀ। ਉਹ ਇਮਰਾਨ ਖਾਨ ਦਾ ਡਾਇਲੋਗ ਹੈਗਾ ਨਾ ਪਾਕਿਸਤਾਨ ਦਾ ਜਿਹੜਾ ਹੈਗਾ, ਦੇਖੀਏ, ਸਭਸੇ ਪਹਿਲੇ ਆਪਨੇ ਘਬਰਾਉਣਾ ਨਹੀਂ, ਉਹ ਹਾਲੇ ਵੀ ਐਵੇਂ ਕਹਿ ਰਿਹਾ, ਸਭਸੇ ਪਹਿਲੇ ਆਪਨੇ ਘਬਰਾਉਣਾ ਨਹੀਂ ਹੈ। ਉਹ ਵਿਚਾਰੇ ਦੀ ਜਿਹੜੀ ਪਾਰਟੀ ਉਹਨੂੰ ਬੈਨ ਕੀਤਾ ਹੋਇਆ, ਉਹਦੇ ਜਿਹੜੇ ਨੇ ਇੰਡੀਪੈਂਡੈਂਟ ਜਿਹੜੇ ਨੇ ਉਹ ਲੋਕ ਜਿੱਤ ਗਏ ਨੇ, ਫਿਰ ਵੀ ਉਹਨੂੰ ਹਵਾ ਨਹੀਂ ਲੱਗ ਰਹੀ ਵਿਚਾਰੇ ਨੂੰ, ਅਤੇ ਕਿਸਮਤ ਕਈ ਵਾਰੀ ਇੱਦਾਂ ਵੀ ਮਾੜੀ ਹੁੰਦੀ ਹੈ। ਠੀਕ ਹੈ ਜੀ, ਲਿਖੋ ਇਹਦੇ ਵਿੱਚ ਸਮਾਨਾਂਤਰ ਲੋਕ ਭਾਸ਼ਾ, ਇਸ ਦੇ ਸਮਾਨਾਂਤਰ ਲੋਕ ਭਾਸ਼ਾ ਵਿਕਾਸ ਕਰਦੀ ਹੋਈ ਪਾਲੀ ਦੇ ਰੂਪ ਵਿੱਚ ਪ੍ਰਗਟ ਹੋਈ। ਲੋਕ ਭਾਸ਼ਾ ਵਿਕਾਸ ਕਰਦੀ ਹੋਈ ਪਾਲੀ ਦੇ ਰੂਪ ਵਿੱਚ ਪ੍ਰਗਟ ਹੋਈ। ਥੱਲੇ ਤੁਸੀਂ ਹੈਡਿੰਗ ਪਾਓ, ਵੈਦਿਕ ਅਤੇ ਪੰਜਾਬੀ ਵਿੱਚ ਸਮਾਨਤਾਵਾਂ, ਵੈਦਿਕ ਅਤੇ ਪੰਜਾਬੀ ਵਿੱਚ ਸਮਾਨਤਾਵਾਂ। ਇਹ 92 ਪਹਿਲਾ ਪੁਆਇੰਟ, ਵੈਦਿਕ ਲਿਪੀ ਦੇਵਨਾਗਰੀ ਸੀ, ਵੈਦਿਕ ਲਿਪੀ ਦੇਵਨਾਗਰੀ ਸੀ ਅਤੇ ਦੇਵਨਾਗਰੀ ਲਿਪੀ ਤੋਂ ਹੀ ਪੰਜਾਬੀ ਨੇ ਸਵਰ ਲਏ, ਦੇਵਨਾਗਰੀ ਲਿਪੀ ਤੋਂ ਹੀ ਪੰਜਾਬੀ ਨੇ ਸਵਰ ਲਏ। ਠੀਕ ਹੈ ਜੀ, ਪਹਿਲਾ ਪਾਠ। ਦੂਸਰੀ ਸਮਾਨਤਾ, ਵੈਦਿਕ ਵਿੱਚ 13 ਸਵਰ ਅਤੇ 39 ਵਿਅੰਜਨ ਸੀ, ਵੈਦਿਕ ਵਿੱਚ 13 ਸਵਰ ਅਤੇ 39 ਵਿਅੰਜਨ ਸੀ, ਪੰਜਾਬੀ ਵਿੱਚ 10 ਸਵਰ ਅਤੇ 29 ਵਿਅੰਜਨ, 29 ਪੰਜਾਬੀ ਵਿੱਚ 10 ਸਵਰ ਅਤੇ 29 ਵਿਅੰਜਨ ਮੌਜੂਦ ਹਨ। ਤੀਸਰਾ ਪੁਆਇੰਟ, ਵੈਦਿਕ ਸੰਸਕ੍ਰਿਤ ਵਿੱਚ ਤਿੰਨ ਵਚਨਾਂ ਦੀ ਵਰਤੋਂ ਦੇਖਣ ਨੂੰ ਮਿਲਦੀ ਸੀ, ਤਿੰਨ ਵਚਨਾਂ ਦੀ ਵਰਤੋਂ ਦੇਖਣ ਨੂੰ ਮਿਲਦੀ ਸੀ। ਡੈਸ਼ ਟੈਕ ਲਿਖੋ, ਇੱਕ ਵਚਨ ਕੌਮਾ, ਦ੍ਰਿਵਚਨ ਕੌਮਾ, ਬਹੁਵਚਨ, ਇੱਕ ਵਚਨ ਕੌਮਾ, ਦ੍ਰਿਵਚਨ ਕੌਮਾ, ਬਹੁਵਚਨ।
ਜਦਕਿ ਪੰਜਾਬੀ ਵਿੱਚ ਦੋ ਵਚਨਾਂ ਦੀ ਵਰਤੋਂ ਕੀ ਚਾਹੀਦਾ ਵੀ ਤੈਨੂੰ? ਜਦਕਿ ਪੰਜਾਬੀ ਵਿੱਚ ਦੋ ਵਚਨਾਂ ਦੀ ਵਰਤੋਂ ਹੁੰਦੀ ਹੈ, ਦੋ ਵਚਨਾਂ ਦੀ ਵਰਤੋਂ ਹੁੰਦੀ ਹੈ, ਜਿਵੇਂ ਇੱਕ ਵਚਨ ਕੌਮਾ ਬਹੁ ਵਚਨ, ਇੱਕ ਵਚਨ ਕੌਮਾ ਬਹੁ ਵਚਨ। ਅਗਲਾ, ਸੰਸਕ੍ਰਿਤ ਦੀਆਂ 8 ਕਾਰਕ ਵਿਭਗਤੀਆਂ ਸੰਸਕ੍ਰਿਤ ਦੀਆਂ 8 ਕਾਰਕ ਵਿਭਗਤੀਆਂ ਪੰਜਾਬੀ ਵਿੱਚ ਵੀ ਮੌਜੂਦ ਹਨ। 8 ਕਾਰਕ ਵਿਭਗਤੀਆਂ ਪੰਜਾਬੀ ਵਿੱਚ ਵੀ ਮੌਜੂਦ ਹਨ। ਅਗਲਾ, ਪੰਜਾਬੀ ਵਿੱਚ ਸੰਸਕ੍ਰਿਤ ਵਾਂਗ ਸਮਾਸੀਕਰਨ ਵੀ ਮੌਜੂਦ ਹੈ। ਪੰਜਾਬੀ ਵਿੱਚ ਸੰਸਕ੍ਰਿਤ ਵਾਂਗ ਸਮਾਸੀਕਰਨ ਵੀ ਮੌਜੂਦ ਹੈ, ਜਿਵੇਂ ਡੰਡੋ ਡੰਡੀ, ਡੰਡੋ ਡੰਡੀ ਕੌਮਾ ਹੱਥੋਂ ਹੱਥੀ। ਸਰ ਨੂੰ ਆਰਾਮ ਨਾ ਕਰਨ ਦਿਓ ਤੁਸੀਂ। ਹੁਣ ਇਹ ਵੀ ਲਿਖਣਾ ਹੈ ਇਤਿਹਾਸ, ਫਿਰ ਥੱਲੇ ਲਿਖੋ। ਅਗਲਾ ਪੁਆਇੰਟ, ਸੰਸਕ੍ਰਿਤ ਵਿੱਚ ਇੱਦਾਂ ਲਿਖਿਓ, ਸ਼ ਧੁਨੀ ਨੂੰ, ਹਿੰਦੀ ਵਾਲਾ ਸ਼ ਸੰਸਕ੍ਰਿਤ ਵਿੱਚ ਸ਼ ਧੁਨੀ ਨੂੰ ਖ ਉਚਾਰਨ ਕੀਤਾ ਜਾਂਦਾ ਸੀ। ਸੰਸਕ੍ਰਿਤ ਵਿੱਚ ਸ਼ ਧੁਨੀ ਨੂੰ ਖ ਉਚਾਰਨ ਕੀਤਾ ਜਾਂਦਾ ਸੀ। ਪੰਜਾਬੀ ਵਿੱਚ ਵੀ ਇਹ ਰੁਚੀ ਮੌਜੂਦ ਹੈ, ਪੰਜਾਬੀ ਵਿੱਚ ਵੀ ਇਹ ਰੁਚੀ ਮੌਜੂਦ ਹੈ, ਜਿਵੇਂ ਮਨੁੱਖ ਕੌਮਾ ਸੰਤੋਖ, ਜਿਵੇਂ ਮਨੁੱਖ ਕੌਮਾ ਸੰਤੋਖ ਆਦਿ। ਅਗਲਾ, ਸੰਸਕ੍ਰਿਤ ਦੇ ਸਮਾਨਾਂਤਰ ਪੰਜਾਬੀ ਵੀ ਇੱਕ ਸੁਰਾਤਮਕ ਭਾਸ਼ਾ ਹੈ, ਟੋਨਲ ਲੈਂਗੁਏਜ। ਸੰਸਕ੍ਰਿਤ ਦੇ ਸਮਾਨਾਂਤਰ ਪੰਜਾਬੀ ਵੀ ਇੱਕ ਸੁਰਾਤਮਕ ਭਾਸ਼ਾ ਹੈ। ਅਗਲਾ ਪੁਆਇੰਟ, ਸ਼ਬਦ ਸੰਰਚਨਾ ਦੇ 3 ਅੰਸ਼ ਸ਼ਬਦ ਸੰਰਚਨਾ ਦੇ 3 ਅੰਸ਼ ਪਹਿਲਾ ਧਾਤੂ ਕੌਮਾ ਮੂਲਾਂਸ਼, ਧਾਤੂ ਕੌਮਾ ਮੂਲਾਂਸ਼ ਕੌਮਾ ਵਧੇਤਰ ਪੰਜਾਬੀ ਵਿੱਚ ਵੀ ਮੌਜੂਦ ਹਨ। ਵਧੇਤਰ ਲਿਖਣਾ ਸੀ, ਲੈ ਦੱਸ
ਵਧੇਤਰ ਪੰਜਾਬੀ ਵਿੱਚ ਵੀ ਮੌਜੂਦ ਹਨ। ਜਿਵੇਂ ਜਿਵੇਂ ਇੱਦਾਂ ਹੀ ਲਿਖਿਓ ਜਿੱਦਾਂ ਮੈਂ ਲਿਖੂੰਗਾ, ਵੀ ਪਲੱਸ ਯੋਗ ਪਲੱਸ ਈ ਵਿਜੋਗੀ, ਜਿਹੜਾ ਵਿਜੋਗ ਦੇ ਵਿੱਚ ਹੋਵੇ। ਠੀਕ ਹੈ ਜੀ, ਵਿਜੋਗੀ। ਫਿਰ ਦੇਖੋ ਪੰਜਾਬੀ ਭਾਸ਼ਾ ਅਤੇ ਵੈਦਿਕ ਭਾਸ਼ਾ ਦੇ, ਪੰਜਾਬੀ ਭਾਸ਼ਾ ਅਤੇ ਵੈਦਿਕ ਭਾਸ਼ਾ ਦੇ ਵਾਕ ਵਿਉਂਤ ਦੇ ਪੈਟਰਨ ਵਿੱਚ ਵੀ ਸਾਂਝ ਹੈ। ਵਾਕ ਵਿਉਂਤ ਦੇ ਪੈਟਰਨ ਵਿੱਚ ਵੀ ਸਾਂਝ ਹੈ। ਠੀਕ ਹੈ ਜੀ, ਅੱਗੇ ਪਾਓ ਪਾਲੀ ਭਾਸ਼ਾ ਬੋਲੋ। ਹਾਂ, ਉਹ ਵੀ ਅੱਗੇ ਐਡ ਕਰ ਦਿਓ। ਬਣਾ ਲਿਆ ਤੂੰ ਪੁਆਇੰਟ, ਦਿਮਾਗ ਲਾਉਣ ਲੱਗ ਗਿਆ ਤੂੰ, ਮੈਂ ਭੁੱਲ ਗਿਆ ਇਹ ਪੁਆਇੰਟ, ਇਹ ਵੀ ਲਿਖ ਸਕਦੇ ਤੁਸੀਂ, ਲਿਖ ਲਓ। ਸੰਸਕ੍ਰਿਤ ਵਿੱਚ ਤਿੰਨ ਲਿੰਗਾਂ ਦੀ ਵਰਤੋਂ ਹੁੰਦੀ ਸੀ। ਜਲਦੀ, ਸੰਸਕ੍ਰਿਤ ਵਿੱਚ ਤਿੰਨ ਲਿੰਗਾਂ ਦੀ ਵਰਤੋਂ ਕੀਤੀ ਜਾਂਦੀ ਸੀ, ਜਿਵੇਂ ਪੁਲਿੰਗ ਕੌਮਾ ਇਸਤਰੀ ਕੌਮਾ ਨਿਪੁੰਸਕ ਲਿੰਗ, ਪੁਲਿੰਗ ਕੌਮਾ ਇਸਤਰੀ ਕੌਮਾ ਨਿਪੁੰਸਕ ਲਿੰਗ। ਇਹ ਤਾਂ ਤੂੰ ਕਦੇ ਨਹੀਂ ਭੁੱਲਦਾ ਹੁਣ, ਕਿਉਂਕਿ ਤੂੰ ਕਲਾਸ 'ਚ ਇਹਨੂੰ ਆਪਣੇ ਦਿਮਾਗ ਨਾਲ ਯੂਜ਼ ਕੀਤਾ ਨਾ ਲਿੰਗ। ਅਤੇ ਪੰਜਾਬੀ ਵਿੱਚ ਦੋ ਲਿੰਗਾਂ ਦੀ ਵਰਤੋਂ ਹੁੰਦੀ ਹੈ, ਪੰਜਾਬੀ ਵਿੱਚ ਦੋ ਲਿੰਗਾਂ ਦੀ ਵਰਤੋਂ ਹੁੰਦੀ ਹੈ, ਪੁਲਿੰਗ ਅਤੇ ਇਸਤਰੀ ਲਿੰਗ। ਪਾਲੀ ਭਾਸ਼ਾ ਕੀ ਹੋ ਗਿਆ ਬਾਬਾ? ਸੇਵਾ ਹੁਣ ਆਏ ਸੀ ਤਾਂ ਪਹਿਲਾਂ ਦੀ ਸੀ ਇਹ ਵੀਡੀਓ, ਆਏ ਸੀ ਪਰਸੋਂ, ਉਹ ਵੀ ਸੀਗੇ ਨਾ ਨਾਲ ਲਾਇਰ ਜਿਹੜੇ ਹੈਗੇ ਨੇ, ਸੁਪਰੀਮ ਕੋਰਟ ਦੇ ਵਿੱਚ ਕੇਸ ਉਹੀ ਲੜ ਰਹੇ ਨਾ 84 ਵਾਲਾ। ਤੂੰ ਜਾਣਾ 16 ਨੂੰ ਭਾਰਤ ਬੰਦ ਆ? ਚੱਲੀਏ ਫਿਰ ਘਰੇ, ਜਲਦੀ ਭਰ ਚੱਲੀ ਜਾਂਦਾ। ਹਾਂ, ਉਹ ਮੈਂ ਦੇਖਿਆ ਸਾਰਾ ਸਿਸਟਮ, ਐਮ ਐਸ ਪੀ ਨੂੰ ਲੀਗਲ ਬਣਾਉਣ ਦੀ, ਹੁਣ ਤਾਂ ਐਮ ਐਸ ਪੀ ਕੋ ਲੀਗਲ ਬਣਾਓ। ਬਟ ਇਸ ਵਾਰ ਨਾ ਸਰਕਾਰ ਐਕਟਿਵ ਜ਼ਿਆਦਾ, ਇਸ ਵਾਰ ਇਕੱਠੇ ਹੋਣ ਨਹੀਂ ਦੇਣਾ ਉਹਨੇ। ਅਤੇ ਜਿਹੜੇ ਕਿਸਾਨ ਨੇ ਬੜੇ ਦਿਮਾਗ ਨਾਲ ਚੱਲੇ, ਕਿਉਂਕਿ ਇਲੈਕਸ਼ਨ ਆ, ਫੋਰਸ ਯੂਜ਼ ਕਰਨੀ ਪਊਗੀ ਸਰਕਾਰ ਬਹੁਤਾ, ਕਿਉਂਕਿ ਮਈ ਦੇ ਵਿੱਚ ਤੱਕ ਤਾਂ ਨਹੀਂ ਕਰ ਸਕਦੀ। ਜੇ ਕਿਤੇ ਇਹਨਾਂ ਨੇ ਮਈ ਤੋਂ ਬਾਅਦ ਛੇੜਿਆ ਹੁੰਦਾ ਕੰਮ, ਹੁਣ ਤੱਕ ਤਾਂ ਆਪਣੇ ਵਾਲਿਆਂ ਨੂੰ ਇਹਨਾਂ ਨੇ ਤੰਗ ਕੀਤਾ ਹੋਣਾ ਸੀ, ਅਤੇ ਦੇਖਦੇ ਹਾਂ ਕੀ ਰਿਜ਼ਲਟ ਆਉਂਦਾ ਵਾ। ਪੰਗੇ ਆਪਣੇ ਵਾਲੇ ਵੀ ਹੱਟਦੇ ਨਹੀਂ ਹੈਗੇ। ਐਮ ਐਸ ਪੀ ਚੱਲੀ ਜਾਂਦਾ, ਹੁਣ ਉਹਨੂੰ ਲੀਗਲ ਬਣਾ ਕੇ ਕੀ ਕਰਨਾ ਤੁਸੀਂ? ਛੱਡੋ ਭਰਾ ਪੰਗੇ, ਪਰ ਸਾਡੇ ਵਾਲੇ ਹੱਟਦੇ ਨਹੀਂ ਹੈਗੇ। ਹਰਿਆਣਾ ਵੀ ਪੂਰਾ ਹੈ ਨਾ,
ਹੁਣ ਫਿਰ ਆ ਕੇ ਪੰਜਾਬ ਇੱਥੇ ਹਰਿਆਣਾ ਵਾਲੇ ਹੈ ਨਾ, ਫਿਰ ਉਹੀ ਲੰਗਰ ਲਾਉਣੇ, ਫਿਰ ਉਹੀ ਗੱਲਾਂ ਬਾਤਾਂ, ਹੋਰ ਦੱਸੋ ਵੀ ਕੀ ਚੱਲਦਾ। ਉਦੋਂ ਪੰਜਾਬ ਅਤੇ ਹਰਿਆਣਾ ਇੰਨੇ ਕਲੋਜ਼ ਆ ਗਏ, ਉਹ ਕਈ ਮੁੰਡੇ ਦੱਸਦੇ ਹੁੰਦੇ ਸੀ ਕਹਿੰਦਾ ਸਾਨੂੰ ਤਾਂ ਵਿਆਹ 'ਤੇ ਬੁਲਾਇਆ ਉਹਨਾਂ ਨੇ, ਹਰਿਆਣਾ ਵਾਲਿਆਂ ਨੇ ਵੀ ਅਸੀਂ ਜਾਣਾ ਵਿਆਹ 'ਤੇ, ਅਸੀਂ ਵੀ ਬੁਲਾਵਾਂਗੇ ਉਹਨਾਂ। ਮੈਂ ਕਿਹਾ ਤੁਸੀਂ ਸਾਂਝ ਜੀ ਪਾਈ ਫਿਰਦੇ ਹੋ, ਤੁਸੀਂ ਤਾਂ ਇੱਥੇ ਅੰਦੋਲਨ ਲੜਨ ਆਏ ਸੀ, ਹੈ ਤੁਸੀਂ ਕਰਨ ਕੀ ਆਏ ਸੀ, ਤੁਸੀਂ ਕਰ ਕੀ ਰਹੇ ਹੋ। ਅਤੇ ਉਹ ਫਿਰ ਉਹਨਾਂ ਨੂੰ ਉਹ ਦਿਨ ਦੁਬਾਰਾ ਯਾਦ ਆਉਂਦੇ ਆ ਆਪਣੇ ਵਾਲਿਆਂ ਨੂੰ, ਚੱਲੀਏ ਯਾਰ। ਬਥੇਰਾ ਜੀ ਜੂ ਲੱਗ ਗਿਆ ਸੀ, ਚੱਲਦੇ ਹਾਂ ਉੱਥੇ ਥੋੜ੍ਹਾ ਜਿਹਾ ਟਾਈਮ ਜਿਹਾ ਪਾਸ ਕਰਕੇ ਆਉਂਦੇ ਹਾਂ, ਹੈ ਕਿ ਨਹੀਂ, ਨਾਲੇ ਸਰਕਾਰ ਤੋਂ ਥੋੜ੍ਹਾ ਤੰਗ ਵੀ ਕਰਾਂਗੇ। ਬਟ ਉਹਨੂੰ ਪਤਾ ਨਹੀਂ ਹੈਗਾ ਵੀ ਸਰਕਾਰ ਹੁਣ ਥੋੜ੍ਹਾ ਜਿਹਾ ਜ਼ਿਆਦਾ ਐਕਟਿਵ ਹੈ ਇਸ ਵਾਰ। ਇੱਕ ਵਾਰੀ ਤਾਂ ਚੱਲ ਗਈ ਅਗਲੀ, ਬਾਹਲਾ ਚੱਲ ਗਈ ਸੀ ਉਦੋਂ ਤਾਂ, ਬਟ ਹੁਣ ਜਿਹੜਾ ਹੈਗਾ ਸਿਸਟਮ ਜ਼ਿਆਦਾ ਦੇਖਦੇ ਹਾਂ ਕੀ ਬਣਦਾ। ਪਰ ਸਰਕਾਰ ਦੀ ਪ੍ਰੋਬਲਮ ਬਸ ਇੱਕੋ ਹੀ ਆ ਕਿ ਇਲੈਕਸ਼ਨ ਆ, ਕਿਸੇ ਨੂੰ ਤੰਗ ਕਰਨਾ ਹੋਵੇ ਨਾ ਇਹ ਸਭ ਤੋਂ ਬੈਸਟ ਆ। ਮੈਂ ਕਿਹੜਾ ਵੀ ਕੀ ਕਰੀ ਹੁਣ ਇਹਨਾਂ ਦਾ, ਜੇ ਇਹਨਾਂ ਨੂੰ ਰੋਕਦੇ ਹਾਂ ਤਾਂ ਇਲੈਕਸ਼ਨ ਵਾਲਾ ਪੁਆਇੰਟ ਵੀ ਦੇਖੋ, ਫੋਰਸ ਯੂਜ਼ ਕੀਤਾ ਜੀ, ਇਹ ਕੀਤਾ, ਕੀ ਕਰੀਏ ਇਹਨਾਂ ਦਾ। ਜੇ ਇਹਨਾਂ ਨੂੰ ਆਉਣ ਦਿੰਦੇ ਹਾਂ ਫਿਰ ਇਹਨਾਂ ਨੇ ਸੜਕਾਂ ਸੁੜਕਾਂ ਬੰਦ ਕਰ ਦੇਣੀਆਂ ਇੱਥੇ ਦਿੱਲੀ, ਫਿਰ ਟੈਨਸ਼ਨ ਆ ਜਾਣੀ। ਇਸ ਕਰਕੇ ਹੁਣ ਸਰਕਾਰ ਲਈ ਬੜਾ ਚੈਲੇਂਜਿੰਗ ਆ ਵੀ ਹੁਣ ਇਸ ਚੀਜ਼ ਨੂੰ ਕਿਵੇਂ ਡੀਲ ਕੀਤਾ ਜਾਵੇ। ਅਤੇ ਹੁਣ ਜੇ ਚੱਲੇ ਉਹ, ਮੰਨ ਲਓ ਕੱਲ੍ਹ ਨੂੰ ਦਿੱਲੀ ਪਹੁੰਚ ਵੀ ਜਾਓ, ਫਿਰ ਜਿਹੜੀਆਂ ਮੰਗਾਂ ਮੁੰਗਾਂ ਹੈਗੀਆਂ ਨੇ ਸਾਰੀਆਂ ਮਨਾ ਲਓ, ਕਿਉਂਕਿ ਹੁਣ ਤਾਂ ਮੰਨ ਲੈਣੀ ਸਰਕਾਰ ਨੇ ਜੋ ਵੀ ਕਿਸਾਨਾਂ ਦੀਆਂ ਮੰਗਾਂ, ਇੱਦਾਂ ਹੋਰ ਨਹੀਂ, ਹੋਰ ਤਾਂ ਉਹਨਾਂ ਨੇ ਨਹੀਂ ਮੰਨਣੀ। ਬਟ ਜੋ ਕਿਸਾਨਾਂ ਫਾਰਮਰ ਵਾਲੀਆਂ ਜਿਹੜੀਆਂ ਜੈਨੂਅਨ ਡਿਮਾਂਡਸ ਨੇ ਉਹ ਹੁਣੇ ਹੀ ਸਾਰੀਆਂ, ਇਹ ਨਾ ਹੋਵੇ ਫਿਰ 6 ਮਹੀਨੇ ਬਾਅਦ ਜਾਓ ਫਿਰ ਆ ਜਾਓ, ਇਹ ਤੁਸੀਂ ਹਮੇਸ਼ਾ ਹੀ ਇਹ ਬਣਾ ਲਿਆ ਵੀ ਚੱਲ ਚੱਲਦੇ ਹਾਂ, ਹੈ ਨਾ, ਇਹ ਨਹੀਂ ਕਰਨਾ ਹੈਗਾ, ਕਿਉਂਕਿ ਉਹਨਾਂ ਨੇ ਨਹੀਂ ਚੱਲਣਾ, ਜ਼ਿਆਦਾ ਨਹੀਂ ਚੱਲਣਾ, ਫਿਰ ਕੰਮ ਖਰਾਬ ਹੋ ਜਾਣਾ। ਫਿਰ ਇੱਥੋਂ ਸਟਾਰਟ ਹੁੰਦੀਆਂ ਨੇ ਚੀਜ਼ਾਂ ਗਲਤ ਡਾਇਰੈਕਸ਼ਨ ਦੀਆਂ, ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਸਰਕਾਰ ਕੁੱਟੇ, ਮੰਨ ਲਓ ਫੋਰਸ ਯੂਜ਼ ਕਰਦੀ ਹੈ, ਫਿਰ ਉਹਦੀਆਂ ਰੀਲਸ ਵਾਇਰਲ ਹੁੰਦੀਆਂ ਨੇ, ਫਿਰ ਲੋਕਾਂ ਕੋਲ ਪਹੁੰਚਦੀਆਂ ਨੇ, ਫਿਰ ਲੋਕਾਂ ਨੂੰ ਲੱਗਦਾ ਵੀ ਸਰਕਾਰ ਧੱਕਾ ਕਰ ਰਹੀ ਹੈ, ਉਹ ਫਿਰ ਧੱਕਾ ਜਿਹੜਾ ਹੈਗਾ, ਫਿਰ ਕਈ ਸੁਖਮਨ ਵਰਗੇ ਵੀ ਕਹਿੰਦੇ ਵੀ ਛੱਡ ਪੰਜਾਬੀ 'ਚ ਹੁਣ ਕੀ ਫਾਇਦਾ, ਚੱਲੀਏ ਉੱਧਰ, ਕਿਸਾਨ ਅੰਦੋਲਨ 'ਚ ਮੇਰੀ ਲੋੜ ਆ, ਹੈ ਨਾ, ਫਾਰਮਰ ਪ੍ਰੋਟੈਸਟ 'ਚ ਮੇਰੀ ਲੋੜ ਆ। ਜਦੋਂ ਦੇਖਦਾ ਡੰਡੇ ਭੱਜਦੇ ਸਭ ਤੋਂ ਤੇਜ਼ ਹੀ ਭੱਜਦਾ। ਸਰਕਾਰ ਕੋ ਕੈਸੇ ਪਰੇਸ਼ਾਨ ਕਰੇਂਗੇ, ਜੰਤਰ ਮੰਤਰ ਪੇ ਹਮ ਬੈਠੇ ਰਹੇਂਗੇ ਤੋ ਕੋਈ ਆਏਗਾ ਹੀ ਨਹੀਂ ਹਮਾਰੇ ਪਾਸ। ਹਾਂ ਉਹ ਤੋ ਹੋ ਹੀ ਰਿਹਾ, ਫਿਰ ਹੋਤਾ ਰਹੇ। ਹਮ ਕਹਾਂ ਸਪੋਰਟ ਕਰ ਰਹੇ, ਹਮ ਥੋੜੀ ਕਹਿ ਰਹੇ ਕਿ ਕਰਨਾ ਚਾਹੀਏ, ਨਹੀਂ ਸਮਝਦੇ ਨਾ, ਉਹ ਮੈਂ ਕਿਆ ਕਰੂੰ, ਮੇਰੀ ਥੋੜੀ ਗਲਤੀ। ਹਾਂ ਦੋਨੋਂ ਤਰਫ ਸੇ ਲੜਾਈ ਸ਼ੁਰੂ ਹੋ ਚੁੱਕੀ ਹੈ, ਡਿਬੇਟ ਜੋ ਹੈ ਅਬ ਇੱਕਦਮ ਐਕਸਟ੍ਰੀਮ ਲੈਵਲ 'ਤੇ ਆ ਚੁੱਕੀ, ਅਤੇ ਉਹਨਾਂ ਨੇ ਆਪਣੇ ਹੱਕ ਮੰਗਣੇ, ਹੱਕ ਜਿਹਨਾਂ ਦੇ ਆਪਣੇ ਆਪੇ ਲੈਣਗੇ ਖੋ, ਉਹਨਾਂ ਦੀ ਆਪਣਾ ਦੁੱਖ ਹੈ, ਇਹਨਾਂ ਦਾ ਆਪਣਾ ਦੁੱਖ, ਕੀ ਕਰ ਸਕਦੇ। ਬਟ ਦੇਖੋ ਗੱਲ ਪਤਾ ਕੁਛ ਹੱਦ ਤੱਕ ਇਹ ਵੀ ਹੈਗੀ ਨਾ ਵੀ ਹੁਣ ਵਾਰ ਵਾਰ ਆਪਾਂ ਵੀ ਇਹ ਚੀਜ਼ ਕਰਨੀ ਠੀਕ ਨਹੀਂ ਹੈਗੀ, ਮੰਨ ਲਓ ਹੁਣ ਆਪਾਂ ਸੜਕਾਂ ਰੋਕਾਂਗੇ, ਬਹੁਤਾ ਤੰਗ ਕਰਾਂਗੇ, ਤਾਂ ਫਿਰ ਉਹ ਸਰਕਾਰ ਐਟ ਦੀ ਐਂਡ ਆਫ ਦੀ ਡੇ ਸਰਕਾਰ ਕੀ ਕਰੇਗੀ, ਫੋਰਸ ਯੂਜ਼ ਕਰਨਾ ਹੀ ਪੈਣਾ। ਹਾਂ ਖੈਰ ਇਹਨਾਂ ਨੇ ਸਰਕਾਰ ਨੇ ਪ੍ਰੋਮਿਸ ਕੀਤਾ ਸੀ ਵੀ ਅਸੀਂ ਲੀਗਲ ਕਰ ਦਾਂਗੇ MSP, ਤੁਸੀਂ ਜਾਓ, ਫਿਰ ਮੁੱਕਰ ਗਈ ਸਰਕਾਰ। ਇਹ ਗੱਲ ਤਾਂ ਬਿਲਕੁਲ ਸਹੀ ਕਹਿ ਰਹੇ ਹੋ, ਤੁਸੀਂ ਕਹਿ ਕੇ ਤਾਂ ਨਾ ਮੁੱਕਰੋ, ਜਿਹੜੀ ਗੱਲ ਤੁਸੀਂ ਕੀਤੀ ਸੀ ਹੁਣ ਉਹ ਤਾਂ ਪੂਰੀ ਕਰੋ ਨਾ। ਫਿਰ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਇਸ਼ੂ ਹੋ ਗਿਆ ਸੀਗਾ ਉਹ ਹਾਲੇ ਵੀ ਬਣਿਆ ਹੋਇਆ, ਹਾਲੇ ਵੀ ਕਿਸਾਨਾਂ ਨੂੰ ਉਸ ਚੀਜ਼ ਨੂੰ ਲੈ ਕੇ, ਹਾਂ ਹੱਲ ਨਹੀਂ ਹੋਇਆ। ਹਾਂ
ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਿਸ ਕਰਕੇ ਲੋਕ ਜਿਹੜੇ ਨੇ ਆ ਰਹੇ ਨੇ ਦੇਖਦੇ ਨੇ। ਪੰਜਾਬ 'ਚ ਥੋੜ੍ਹਾ ਜਿਹਾ ਧੱਕੇਸ਼ਾਹੀ ਚੱਲ ਵੀ ਰਹੀ ਹੈ ਹੁਣ, ਆਮ ਆਦਮੀ ਪਾਰਟੀ ਨੂੰ ਲੈ ਕੇ ਥੋੜ੍ਹਾ ਜਿਹਾ ਕਈ ਬੰਦਿਆਂ ਨੂੰ ਚੱਕ ਕੇ ਲੱਖਾ ਸਿਧਾਣਾ ਦਾ ਅਤੇ ਉਹਨਾਂ ਦਾ ਚੱਲ ਹੀ ਰਿਹਾ ਮੈਟਰ, ਹੈ ਨਾ, ਅਤੇ ਉਹ ਫਿਰ ਸਾਰੇ ਹੀ ਆਪਸ 'ਚ ਮਰਜ ਹੋ ਜਾਂਦੇ ਆ ਸਾਰੇ ਇਸ਼ੂਜ਼, ਫਿਰ ਮਰਜ ਹੋ ਜਾਂਦੇ, ਫਿਰ ਸਰਕਾਰ ਨੂੰ ਤੰਗ ਕਰਨਾ ਵਧੀਆ ਲੱਗਦਾ। ਸਰਕਾਰ ਦੇਖੋ, ਪਰ ਇੱਕ ਗੱਲ ਇਹ ਵੀ ਆ, ਦੇਖੋ ਸਾਨੂੰ ਨਾ ਇਹ ਗੱਲ ਸੋਚਣ ਦੀ ਲੋੜ ਹੈਗੀ ਆ ਵੀ MSP ਨੂੰ ਲੀਗਲ ਬਣਾਉਣਾ ਕਿ ਸੀਰੀਅਸਲੀ ਇਜ਼ ਇਟ ਪੋਸੀਬਲ। ਤੁਸੀਂ ਆਪ ਸੋਚ ਕੇ ਦੇਖੋ ਵੀ ਹੁਣ ਜਿਵੇਂ ਮੰਨ ਲਓ ਆਪਾਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਹਾਂ, ਹੈ ਨਾ, ਹੁਣ ਇਹ ਤਾਂ ਹੁਣ ਇੱਕ ਹਿਸਾਬ ਨਾਲ ਧੱਕਾ ਆਪਾਂ ਨੂੰ ਇੱਦਾਂ ਕਿਵੇਂ, ਮੈਂ ਤਾਂ ਦੱਸ ਰਿਹਾ, ਤੁਸੀਂ ਆਪ ਸੋਚ ਕੇ ਦੇਖੋ। ਜਿਵੇਂ ਮੰਨ ਲਓ ਨਾ ਡਿਮਾਂਡਸ, ਜਿਵੇਂ ਮੰਨ ਲਓ 3 ਐਕਟ ਸੀ ਜਿਹੜੇ ਉਹਨਾਂ ਨੇ ਵਾਪਸ ਲੈ ਲਏ, ਉਹ ਤਾਂ ਸਮਝ ਆ ਰਿਹਾ ਸੀਗਾ ਵੀ ਕਾਰਪੋਰੇਟ ਸੈਕਟਰ ਦੇ ਫੇਵਰ 'ਚ ਨੇ ਆ ਉਹ ਨੇ, ਬਟ ਦੋ ਤਿੰਨ ਚੀਜ਼ਾਂ ਸਮਝ ਕੇ ਇੱਥੇ ਸਾਨੂੰ ਲੋੜ ਆ। ਜਿਵੇਂ ਮੰਨ ਲਓ ਕੋਈ ਐਕਟ ਆਇਆ, ਕੋਈ ਕਾਨੂੰਨ ਆਇਆ, ਹੈ ਨਾ, ਉਸ ਐਕਟ ਨੂੰ ਇੱਕ ਸੈਗਮੈਂਟ ਜਿਹੜਾ ਹੈਗਾ, ਹੁਣ ਤੁਸੀਂ ਇਹਨੂੰ ਗਲਤ ਨਾ ਲਿਆਓ, ਮੈਂ ਤੁਹਾਨੂੰ ਵੈਸੇ ਦੱਸ ਰਿਹਾ, ਤੁਹਾਨੂੰ ਹੈਲਪ ਕਰੇਗੀ ਤਿਆਰੀ ਦੇ ਵਿੱਚ, ਇਹਨੂੰ ਹੁਣ ਆਪਾਂ ਦੋ ਪਾਸੇ ਹੋ ਕੇ ਨਹੀਂ ਚੱਲਣਾ ਵੀ ਪੰਜਾਬ ਦੇ ਅੱਗੋਂ ਸੋਚਾਂਗੇ ਫਿਰ ਸਾਨੂੰ ਹੋਰ ਪਾਸੇ ਜਾਣਾ ਪੈਣਾ, ਜੇ ਸਾਨੂੰ ਅਸੀਂ ਸਿਵਲ ਸਰਵੈਂਟ ਦੇ ਅਕੋਰਡਿੰਗ ਸੋਚਾਂਗੇ ਫਿਰ ਸਾਨੂੰ ਹੋਰ ਪਾਸੇ ਜਾਣਾ। ਮੈਂ ਤੁਹਾਨੂੰ ਇੱਕ ਨਿਊਟਰਲ ਜੀ ਗੱਲ ਦੱਸ ਰਿਹਾ, ਮੰਨ ਲਓ ਕੋਈ ਐਕਟ ਬਣਿਆ, ਉਹਨੂੰ ਕੋਈ ਇੱਕ ਸਪੈਸ਼ਲ ਸੈਗਮੈਂਟ ਸਪੈਸੀਫਿਕ ਉੱਠੇ ਕਿ ਉਹ ਵਿਰੋਧ ਕਰੇ ਬਹੁਤ ਜ਼ਿਆਦਾ, ਇੰਨਾ ਵਿਰੋਧ ਕਰੇ ਨਾ ਕਿ ਸਰਕਾਰ ਮਜਬੂਰ ਹੋ ਕੇ ਉਸ ਐਕਟ ਨੂੰ ਵਾਪਸ ਲੈ ਲਵੇ, ਇਹਦੇ ਤੋਂ ਵੀ ਤਾਂ ਇੱਕ ਨੈਗੇਟਿਵ ਸਿਗਨਲ ਦੁਨੀਆ 'ਚ ਜਾਂਦਾ ਨਾ ਵੀ ਹਾਂ ਕੱਲ੍ਹ ਨੂੰ ਜੇ ਸਰਕਾਰ ਦੇ ਕਿਸੇ ਵੀ ਐਕਟ ਦਾ ਵਿਰੋਧ ਕੀਤਾ ਜਾ ਸਕਦਾ। ਹੁਣ ਐਕਟ ਕਿਵੇਂ, ਮੈਂ ਪਹਿਲੀ ਗੱਲ ਤਾਂ ਇਹ ਆ ਵੀ ਜੇ ਅਸੀਂ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹਾਂ ਤਾਂ ਐਕਟ ਬਣਾਉਣ ਦੀ ਪਾਵਰ ਕਿਹਦੇ ਕੋਲ ਆ? ਗੌਰਮੈਂਟ ਕੋਲ ਆ, ਕਿ ਹੁਣ ਗੌਰਮੈਂਟ ਕਿੱਦਾਂ ਦਾ ਵੀ ਐਕਟ ਬਣਾਵੇ, ਪਹਿਲੀ ਚੀਜ਼ ਤਾਂ ਇਹ। ਦੂਸਰਾ, ਜੇ ਗਲਤ ਹੁੰਦਾ ਚਲੋ ਠੀਕ ਹੈ, ਕਿਸਾਨ ਮੂਵਮੈਂਟ ਇੰਨਾ ਵੱਡਾ ਹੋਇਆ, ਮਜਬੂਰ ਹੋ ਕੇ ਸਰਕਾਰ ਨੂੰ ਐਕਟ ਵਾਪਸ ਲੈਣੇ ਪਏ, ਇੱਕ ਹਿਸਾਬ ਨਾਲ ਤਾਂ ਨੈਤਿਕ ਹਾਰ ਹੀ ਸੀ ਨਾ ਸਰਕਾਰ ਦੀ ਉਹ, ਹੁਣ ਸਰਕਾਰ ਮੰਨੇ ਚਾਹੇ ਨਾ ਮੰਨੇ ਹੈਗੀ ਤਾਂ ਹਾਰ ਹੀ ਸੀ, ਉਹ ਨੈਤਿਕ ਹਾਰ ਸੀ, ਚਲੋ ਉਹ ਸਾਡੀ ਮੰਨ ਲਈ ਗਈ। ਹੁਣ ਅਸੀਂ ਕਹਿੰਦੇ ਹਾਂ ਵੀ MSP ਨੂੰ ਲੀਗਲ ਕਰ ਦਿਓ ਤੁਸੀਂ, ਠੀਕ ਹੈ। ਉਸ ਕਰਕੇ ਫਿਰ ਥੋੜ੍ਹਾ ਜਿਹਾ ਇਸ਼ੂ ਇਹ ਵੀ ਆ ਵੀ ਪ੍ਰੈਕਟੀਕਲੀ ਤੁਸੀਂ ਸੋਚ ਕੇ ਦੇਖੋ ਵੀ ਜਿਵੇਂ ਮੰਨ ਲਓ ਆਰਕਸ਼ਣ ਆ, ਇੱਕ ਟੈਂਪਰੇਰੀ ਪ੍ਰੋਵੀਜ਼ਨ ਆ, ਹਮੇਸ਼ਾ ਲਈ ਤਾਂ ਨਹੀਂ ਨਾ ਰੱਖ ਸਕਦੇ, MSP ਵੀ ਟੈਂਪਰੇਰੀ ਪ੍ਰੋਵੀਜ਼ਨ ਆ, ਹਮੇਸ਼ਾ ਲਈ ਨਹੀਂ ਰੱਖ ਸਕਦੇ। ਹੁਣ ਆਪਾਂ ਇਹਨੂੰ ਉਸ ਫੋਰਮ 'ਚ ਦੇਖਣਾ, ਹੁਣ ਦੇਖਣ ਨੂੰ ਤਾਂ ਇਹ ਗੱਲ ਵੀ MSP ਤਾਂ ਜ਼ਰੂਰੀ ਬਹੁਤ ਆ, ਕਿਉਂਕਿ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਹੀ ਨਹੀਂ ਮਿਲ ਰਿਹਾ, ਉਹ ਵੀ ਕੀ ਕਰਨ, ਹਾਲੇ ਤੱਕ ਸਰਕਾਰ ਇਸ ਚੀਜ਼ ਨੂੰ ਨਹੀਂ ਕਰ ਪਾਈ। ਅੱਜ ਵੀ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦਾ ਜਿਹੜਾ ਮੇਨ ਮੁੱਲ ਮਿਲਣਾ ਚਾਹੀਦਾ ਉਹ ਮਿਲਦਾ ਹੀ ਨਹੀਂ ਹੈਗਾ, ਵਿਚਾਰੇ ਧੱਕੇ ਖਾਂਦੇ ਰਹਿੰਦੇ, ਬਰਬਾਦ ਹੁੰਦੀਆਂ ਰਹਿੰਦੀਆਂ ਨੇ ਫਸਲਾਂ। ਇੰਨਾ ਕੁਛ ਇਸ ਵਾਰੀ ਪੰਜਾਬ ਦੇ ਵਿੱਚ ਫਲੱਡ ਆਇਆ, ਕੀ ਕੀਤਾ ਸੈਂਟਰ ਗੌਰਮੈਂਟ? ਇਹ ਵੀ ਤਾਂ ਸੋਚਣ ਦੀ ਗੱਲ ਆ ਨਾ, ਪੰਜਾਬ ਸਰਕਾਰ ਨੇ ਕਿਹੜਾ ਕੰਮ ਕਰਤਾ? ਕੁਛ ਨਹੀਂ, ਅਤੇ ਫਿਰ ਫਸਲਾਂ ਫਿਰ ਲੈ ਦੇ ਕੇ ਇੱਕ MSP ਬਚਦਾ ਸਾਡੇ ਲਈ, ਇਹ ਵੀ ਤੁਸੀਂ ਜੇ ਕੱਲ੍ਹ ਨੂੰ ਹਟਾਉਣ ਦੀ ਗੱਲ ਕਰਦੇ ਹੋ ਪ੍ਰੋਬਲਮ ਆ। ਪਰ ਕੀ ਇਹਨੂੰ ਲੀਗਲ ਬਣਾਇਆ ਜਾ ਸਕਦਾ? ਇਹ ਆਪਣੇ ਆਪ 'ਚ ਬਹੁਤ ਵੱਡਾ ਕੁਸ਼ਚਨ ਆ। ਜੇ ਲੀਗਲ ਰਹੇਗਾ, ਅੱਛਾ ਤੁਹਾਨੂੰ ਕੀ ਲੱਗਦਾ, ਮੰਨ ਲਓ ਇੱਕ ਵਾਰੀ ਲੀਗਲ ਕਰਤਾ, ਕੀ ਸਰਕਾਰ ਫਿਰ ਕਾਨੂੰਨ ਵਾਪਸ ਨਹੀਂ ਲੈ ਸਕਦੀ? ਅੱਜ ਸਰਕਾਰ ਕਾਨੂੰਨ ਬਣਾ ਦੇ, 4 ਮਹੀਨੇ ਬਾਅਦ ਸਰਕਾਰ ਫਿਰ ਵਾਪਸ ਲੈ ਲਈ, ਫਿਰ ਤੁਸੀਂ ਕੀ ਕਰੋਗੇ? ਹੈ ਕਿ ਨਹੀਂ ਪ੍ਰੋਬਲਮ? ਇਹ ਚੀਜ਼ ਕਾਨੂੰਨ ਤਾਂ ਕਦੇ ਵੀ ਵਾਪਸ ਲਿਆ ਜਾ ਸਕਦਾ ਨਾ, ਇਹ ਤਾਂ ਹੈ ਨਹੀਂ ਕੋਨਸਟੀਟਿਊਸ਼ਨ 'ਚ ਲਿਖਿਆ। ਜੇ ਕੋਨਸਟੀਟਿਊਸ਼ਨ 'ਚ ਵੀ ਲਿਖਤਾ ਤਾਂ ਵੀ ਅਮੈਂਡਮੈਂਟ ਕਰ ਸਕਦੇ, ਇੰਨੀ ਪਾਵਰ ਆ। ਇਹਦਾ ਮਤਲਬ ਸਾਨੂੰ ਡਿਮਾਂਡ ਨੂੰ ਲੈ ਕੇ ਵੀ ਸੋਚਣ ਦੀ ਲੋੜ ਆ ਵੀ MSP ਨੂੰ ਲੈ ਕੇ ਕੱਲ੍ਹ ਨੂੰ ਸਰਕਾਰ ਨੂੰ ਇਹ ਲੱਗਦਾ ਵੀ ਹਮੇਸ਼ਾ ਲਈ ਮੈਂ ਕਿੰਨਾ ਬਰਡਨ ਝੱਲਾਂ ਇਸ ਚੀਜ਼ ਨੂੰ ਲੈ ਕੇ। ਇਹ ਇਸ ਤੋਂ ਬੈਟਰ ਇਹ ਆ ਵੀ ਸਾਡੀ ਡਿਮਾਂਡ ਇਸ ਚੀਜ਼ ਨੂੰ ਲੈ ਕੇ ਹੋਵੇ ਵੀ ਸਰਕਾਰ ਨੂੰ ਅਸੀਂ ਇਹ ਕਹੀਏ ਤੁਸੀਂ MSP ਨੂੰ ਚਲੋ ਲੀਗਲ ਜਦੋਂ ਤੱਕ ਕਰਨਾ ਕਰਨਾ, ਤੁਸੀਂ ਐਗਰੀਕਲਚਰ ਨੂੰ ਲੈ ਕੇ ਰਿਫੋਰਮ ਕਰੋ। ਜਿੰਨਾ ਜ਼ਿਆਦਾ ਫਰਟੀਲਾਈਜ਼ਰ ਅਸੀਂ ਪੰਜਾਬ 'ਚ ਯੂਜ਼ ਕਰ ਰਹੇ ਹਾਂ, ਗਰਾਊਂਡ ਵਾਟਰ ਇੰਡੀਆ ਪੰਜਾਬ ਦੇ ਵਿੱਚ ਇੰਨਾ ਘੱਟ ਗਿਆ ਹੈਗਾ, ਇਹਨਾਂ ਚੀਜ਼ਾਂ 'ਤੇ ਸਾਨੂੰ ਬਹੁਤ ਹੀ ਡਿਮਾਂਡ ਕਰਨ ਦੀ ਲੋੜ ਆ ਤਾਂ ਕਿ ਸਰਕਾਰ ਇਹ ਚੀਜ਼ਾਂ ਕਰੇ, ਤਾਂ ਕਿ ਕੱਲ੍ਹ ਨੂੰ ਸਾਨੂੰ ਜੇ ਆਪਣਾ ਮੁੱਲ ਮਿਲਣਾ ਲੱਗ ਜੇ ਫਿਰ ਸਾਨੂੰ MSP ਦੀ ਲੋੜ ਕੀ ਆ? ਜੇ ਇਨਫਰਾਸਟ੍ਰਕਚਰ ਪ੍ਰੋਪਰ ਪ੍ਰਪੇਅਰ ਕਰ ਦਿੱਤਾ ਜਾਵੇ, ਨੈਸ਼ਨਲ ਐਗਰੀਕਲਚਰ ਮਾਰਕੀਟ ਨੂੰ ਲੈ ਕੇ ਚੀਜ਼ਾਂ ਬਹੁਤ ਵਧੀਆ ਪ੍ਰਪੇਅਰ ਹੋਏ, ਫਿਰ ਮੁੱਲ ਲੋੜ ਕੀ ਆ?
ਇਹ ਕੁਝ ਚੀਜ਼ਾਂ ਜਿਹੜੀਆਂ ਪ੍ਰੈਕਟੀਕਲ ਪੋਸੀਬਲ ਹੋਣ। ਮੇਰਾ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਸਰਕਾਰ ਦੇ ਫੇਵਰ ਜਾਂ ਅਗੇਂਸਟ। ਕੱਲ੍ਹ ਨੂੰ ਤੁਸੀਂ ਤਿਆਰੀ ਕਰਨੀ, ਐਗਜ਼ਾਮ ਦੇਣਾ, ਤੁਹਾਨੂੰ ਫਿਰ ਉਸ ਅਕੋਰਡਿੰਗ ਸੋਚਣਾ ਵੀ ਪੈਣਾ। ਤੁਸੀਂ ਜਿੱਥੋਂ ਬਿਲੋਂਗ ਕਰਦੇ ਹੋ, ਇੱਕ ਉਹ ਆ, ਇੱਕ ਤੁਹਾਡੀ ਦੇਖੋ ਇੱਕ ਤੁਹਾਡੀ ਰੀਜਨਲ ਆਈਡੈਂਟੀ ਆ, ਇੱਕ ਤੁਹਾਡੀ ਨੈਸ਼ਨਲ ਆਈਡੈਂਟੀ ਆ। ਇੱਕ ਰੀਜਨਲ ਇਸ਼ੂਜ਼ ਨੇ, ਇੱਕ ਨੈਸ਼ਨਲ ਇਸ਼ੂਜ਼ ਨੇ। MSP ਨੂੰ ਲੈ ਕੇ ਸਰਕਾਰ 'ਤੇ ਬਰਡਨ ਆਉਂਦਾ ਹੈਗਾ, ਫਿਸਕਲ ਬਰਡਨ, ਇਹ ਨੈਸ਼ਨਲ ਇਸ਼ੂ ਆ। MSP ਨੂੰ ਲੈ ਕੇ ਕਿਸਾਨਾਂ, ਇੱਕ ਸਪੈਸੀਫਿਕ ਸਟੇਟ ਦੇ ਕਿਸਾਨਾਂ ਨੂੰ ਪ੍ਰੋਬਲਮ ਆ, ਇਹ ਰੀਜਨਲ ਇਸ਼ੂ ਆ। ਐਜ਼ ਏ DM ਤੁਹਾਡੇ ਲਈ ਤਾਂ ਇਹ ਹੈ ਨਾ, ਤੁਸੀਂ ਨੈਸ਼ਨਲ ਇਸ਼ੂਜ਼ ਨੂੰ ਪ੍ਰਮੋਟ ਕਰੋਗੇ ਜਾਂ ਉਹਨੂੰ ਉੱਪਰ ਰੱਖੋਗੇ। ਤਾਂ ਕਰਕੇ ਥੋੜ੍ਹਾ ਜਿਹਾ ਇਸ ਚੀਜ਼ ਨੂੰ ਉਸ ਨਜ਼ਰੀਏ ਨਾਲ ਸੋਚਣ ਦੀ ਲੋੜ ਆ, ਦੋਨੋਂ ਪੱਖ ਨੇ, ਇੱਧਰ ਵੀ ਅਤੇ ਉੱਧਰ ਵੀ ਸਰਕਾਰ। ਅਤੇ ਇਹ ਜਿਹੜਾ ਕਿਸਾਨਾਂ ਵਾਲਾ ਜਿਹੜੀ ਪ੍ਰੋਬਲਮ ਆ ਵੀ ਸਾਡਾ, ਇਹ ਤਾਂ ਰਿਫੋਰਮ ਕਰਕੇ ਬੇੜਾ ਛੁੱਟਣਾ ਇਹਦਾ, ਬੜੇ ਇਨਵੈਸਟਮੈਂਟ ਕਰਨੀ ਪੈਣੀ ਗੌਰਮੈਂਟ ਨੂੰ ਕਿਸਾਨਾਂ ਨੂੰ ਨਵੀਆਂ ਟੈਕਨੀਕਸ ਦੇ ਕੇ, ਭਾਵੇਂ ਉਹ ਪਰਾਲੀ ਨੂੰ ਲੈ ਕੇ ਹੋਵੇ, ਭਾਵੇਂ ਪ੍ਰੋਡਕਸ਼ਨ ਵਧਾਉਣ ਦੀ ਲੈ ਕੇ ਹੋਵੇ, ਕੁਛ ਵੀ ਹੋਵੇ, ਪਾਣੀ ਨੂੰ ਲੈ ਕੇ ਕੀ ਕਰ ਸਕਦੇ ਹਾਂ ਅਸੀਂ। ਅਸੀਂ ਕੀ ਕੀਤਾ ਦੱਸੋ, ਸਾਨੂੰ ਸਬਸਿਡੀ ਮਿਲੀ ਪਾਣੀ ਨੂੰ ਲੈ ਕੇ, ਅਸੀਂ ਪਾਣੀ ਫਾਲਤੂ ਵੇਸਟ ਕੀਤਾ, ਕੀਤਾ ਕਿ ਨਹੀਂ ਕੀਤਾ ਪੰਜਾਬ ਵਾਲਿਆਂ, ਗਰਾਊਂਡ ਵਾਟਰ ਖਤਮ ਕਰਤਾ ਕਿ ਨਹੀਂ ਅਸੀਂ। ਅਸੀਂ ਸੋਚਿਆ ਇਸ ਵਾਰ ਵੀ ਕੱਲ੍ਹ ਨੂੰ ਸਾਨੂੰ ਪਾਣੀ ਕੌਣ ਦਊਗਾ, ਚੱਲਦੀਆਂ ਨੇ ਮੋਟਰਾਂ ਭਰ 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 ਅਸੀਂ ਝੋਨਾ ਲਾਈ ਜਾਂਦੇ ਹਾਂ, ਲੋੜ ਵੀ ਨਹੀਂ ਹੁੰਦੀ ਉਹਨੇ ਪਾਣੀ ਦੀ, ਫਿਰ ਵੀ ਚੱਲੀ ਜਾਂਦਾ ਪਾਣੀ, ਖਤਮ ਕਰ ਲਿਆ ਕਿ ਨਹੀਂ। ਅਸੀਂ ਉਹ ਕੀਤਾ ਕਿ ਕਿਸੇ ਨੇ ਬਾਹਰ ਆ ਕੇ ਸਾਨੂੰ ਖਤਮ ਕਰ ਲਿਆ, ਸਾਨੂੰ ਵੀ ਤਾਂ ਸੋਚਣ ਦੀ ਲੋੜ ਆ। ਫਿਰ ਗ੍ਰੀਨ ਰੈਵੋਲਿਊਸ਼ਨ ਚਲੋ ਸਰਕਾਰ ਲੈ ਕੇ ਆਈ, ਅਸੀਂ ਫਰਟੀਲਾਈਜ਼ਰ ਯੂਜ਼ ਕਰ ਕਰਕੇ ਮਿੱਟੀ ਦਾ ਕੀ ਹਾਲ ਕੀਤਾ ਪੰਜਾਬ ਦਾ। ਆਪਣੇ ਵੱਲ ਵੀ ਤਾਂ ਸਾਨੂੰ ਦੇਖਣਾ ਪੈਣਾ, ਉੱਥੇ ਵੀ ਸੁਧਾਰ ਕਰਨ ਦੀ ਲੋੜ ਆ। ਮੈਂ ਇਹ ਨਹੀਂ ਕਹਿ ਰਿਹਾ ਵੀ ਸਰਕਾਰ ਹਰ ਥਾਂ 'ਤੇ ਦੋਸ਼ੀ ਨਹੀਂ ਹੈਗੀ, ਮੈਂ ਤਾਂ ਸਰਕਾਰ ਨੂੰ ਮੰਨਦਾ ਹੀ ਹਾਂ, ਸਰਕਾਰ ਦੀ ਚੀਜ਼ ਨੂੰ ਮੈਂ ਬਹੁਤ ਪ੍ਰੋਪਰ ਤਰੀਕੇ ਨਾਲ ਮੰਨਦਾ ਵੀ ਸਰਕਾਰ ਨੇ ਨਹੀਂ ਕੀਤੀਆਂ ਗੱਲਾਂ ਜੋ ਸਰਕਾਰ ਨੇ ਕਹੀਆਂ ਸੀ। ਪਰ ਮੇਨ ਇਹ ਸੀ ਵੀ ਜਿਹੜਾ ਸਭ ਤੋਂ ਪਹਿਲਾਂ ਮੂਵਮੈਂਟ ਸ਼ੁਰੂ ਹੋਇਆ ਸੀਗਾ ਉਹਦਾ ਐਕਟ ਨੂੰ ਲੈ ਕੇ ਸੀ, ਉਹ ਖਤਮ ਹੋ ਗਿਆ ਸੀ। MSP ਤਾਂ ਲੀਗਲ ਵੇਚੇ ਵਾਲੀ ਡਿਮਾਂਡ ਕ੍ਰੀਏਟ ਹੋ ਗਈ ਸੀ। ਲਖੀਮਪੁਰ ਖੇਰੀ ਵਾਲਾ ਮੈਟਰ ਹੈਗਾ, ਉਹ ਹੈਗਾ, ਉਹ ਸਾਰੀਆਂ ਚੀਜ਼ਾਂ ਚਲੋ ਹੈਗੀਆਂ ਨੇ, ਬਟ ਸਾਨੂੰ ਵੀ ਇਹ ਸੋਚਣਾ ਹੋਣਾ ਵੀ ਅਸੀਂ ਵਾਰ ਵਾਰ ਮੂਵਮੈਂਟ ਦਾ ਯੂਜ਼ ਕਰਕੇ ਨਾ ਅਸੀਂ ਕੋਈ ਬਹੁਤਾ ਚੰਗਾ ਸਿਗਨਲ ਆਪਣੇ ਲਈ ਵੀ ਕ੍ਰੀਏਟ ਨਹੀਂ ਕਰ ਰਹੇ, ਸਮਝੋ ਨਾ। ਅਸੀਂ ਆਪਣੀ ਕੌਮ ਨੂੰ ਇੱਦਾਂ ਨਹੀਂ ਖੜਾ ਕਰਨਾ ਹੈਗਾ ਵੀ ਇਹ ਸਰਕਾਰ ਦੇ ਵਿਰੋਧੀ ਨੇ, ਇਹ ਮੈਸੇਜ ਵੀ ਕ੍ਰੀਏਟ ਹੁੰਦਾ, ਸੋਚ ਕੇ ਦੇਖੋ। ਚਲੋ ਬਈ, ਕੱਲ੍ਹ ਜਿਹੜਾ ਹੈਗਾ ਅਸੀਂ ਅੱਗੇ ਕੰਟੀਨਿਊ ਕਰਾਂਗੇ ਸਾਡਾ ਜਿਹੜਾ ਹੈਗਾ। ਰਵੀ ਤੁਸੀਂ ਇੱਕ ਵਾਰੀ ਭਾਵੇਂ ਚਾਹੋ ਤਾਂ ਮੇਰੇ ਨਾਲ ਗੱਲ ਕਰ ਲਿਓ, ਬੱਚੇ ਜੇ ਸੁਣ ਰਹੇ ਹੋ ਤਾਂ ਇੱਕ ਵਾਰੀ ਗੱਲ ਕਰ ਸਕਦੇ ਹੋ ਇਸ ਚੀਜ਼ ਨੂੰ ਲੈ ਕੇ। ਬਾਕੀ ਜਿਹੜੇ ਹੋਰ ਬੱਚੇ ਨੇ ਉਹਨਾਂ ਨੂੰ ਕੱਲ੍ਹ ਜਿਹੜਾ ਹੈਗਾ ਪੜ੍ਹ ਕੇ ਫਿਰ ਆਪਾਂ ਇਹਦੇ 'ਚੋਂ ਟੈਸਟ ਲਵਾਂਗੇ, ਠੀਕ ਹੈ ਨਾ। ਇਹ ਵਾਲਾ ਸਾਰਾ ਸੈਗਮੈਂਟ ਪੜ੍ਹ ਕੇ ਆਓ ਬਈ, ਸਾਰੇ ਕੱਲ੍ਹ ਜਿਹੜਾ ਹੈ ਆਂਸਰ ਰਾਈਟਿੰਗ ਪੈਰਲਲ ਜਿਹੜਾ ਹੈਗਾ ਕਲਾਸ ਦੇ ਵਿੱਚ ਹੁੰਦਾ ਰਹੇਗਾ। ਅੱਜ ਨਹੀਂ ਕਿਉਂਕਿ ਅੱਜ ਪੜ੍ਹਿਆ ਨਹੀਂ ਸੀ ਤੁਸੀਂ ਕੁਛ, ਤਾਂ ਕਰਕੇ। ਠੀਕ ਹੈ ਜੀ, ਆਲਵੇਜ਼ ਵੈਲਕਮ ਰਵਨੀਤ, ਥੈਂਕ ਯੂ।